चैनल वाइज देख रहे सारे दर्शकों नूं वेलकम बैक और तुहाडा साडा साथ जिहड़ा जी जिन्ना चिर चाहोगे घंटा डेढ़ घंटा बनाई रखांगे घंटा मिनीमम और डेफिनेटली जी हुण कॉल्स लई लाइनस ओपन कर देंगे और यू कैन कॉल एको ही चीज़ है जी हर एक दी रिस्पैक्ट खास दे गैसट की रिस्पैक्ट एक दूसरे कालर की रिस्पैक्ट नूं मेनटेन जरूर रखना और सदा ही साडे जिहड़े कालर आ बहुत ही वधिया सभ्यत भाषा दे विच साडा साथ दिंदे आ इनपुट तुहाडी बहुत जरूरी आ कि असी कैनेडा की जिहड़ी हारमोनी आ जो साडी कनेडियन सभ्यता आ इनू असी किमें बैटर बना सकते हैं जिहड़ा साडा आ पाड़ा पै रहा इनू किमें असी जिहड़े आ दो तीन मुद्दे डिस्कस किए आ कि हिडन एजेंडा नहीं होना चाहिए कि पोलीटिकल जिहड़े 8-10 लोग होणगे 15 लोग होणगे क्योंकि राइडिंगां ही साडे को 12-14 आ मैक्सीमम तिन्ना ही पार्टियां नाल रला के 35 लोग होणगे 40 लोग होणगे जिन्हां दी अंबिशन होणगे कि मैं पोलीटिकली सिस्टम दे विच आउणा आ सो मैं पोलीटिकली इन्हां लोगों के इमोशन नूं किमें एक्सप्लॉयट करा कि वह 35-40-50 लोगों नूं असी अपने आप नूं ओवररूल करन देंगे उन्हां नूं किवें रोकांगे सो इस मुद्दे दे उत्ते तुहाडे की विचार हैगे आ तुसीं की सोचदे आ जिहड़ियां इह रैलियां चाहे वह किसान फेवर दीआं रैलियां हैगियां चाहे वह सरकार फेवर दीआं रैलियां हैगियां डू दे रीली सॉल्व द परपज़ ऑफ रैली इस चीज़ के उत्ते मैं एक्सपैक्ट करूँगा कि तुहाडियां कॉल्स जिहड़ियां वह साडे सारे दर्शकों के नाल सांझियां कीतियां जाण और विचार तुहाडे आपो अपने आओ पैनल नूं एक बार वैलकम बैक करदे आ हाँ जी आजाद साहब वैलकम बैक ਬਿਰਕ ਸਾਹਿਬ ਵੈਲਕਮ ਬੈਕ ਥੈਂਕ ਯੂ ਜੀ ਸੈਣੀ ਸਾਹਿਬ ਵੈਲਕਮ ਬੈਕ ਧੰਨਵਾਦ ਜੀ ਔਰ ਦਲਜੀਤ ਵੈਲਕਮ ਬੈਕ ਔਰ ਸੁਦੀਪ ਜੀ ਵੈਲਕਮ ਥੈਂਕ ਯੂ ਭਾਈ ਬਿਲਕੁਲ ਜੀ ਡੈਫੀਨੇਟਲੀ ਸਾਡੇ ਨਾਲ ਇੱਕ ਕਾਲਰ ਜੁੜੇ ਆ ਔਰ ਉਸ ਤੋਂ ਬਾਅਦ ਸਾਡੇ ਪੈਨਲਿਸਟ ਦੇ ਨਾਲ ਗੱਲਾਂ ਬਾਤਾਂ ਜਾਰੀ ਰਹਿਣਗੀਆਂ ਹਾਂਜੀ ਫਸਟ ਕਾਲ ਜੀ ਤੁਹਾਡਾ ਸਵਾਗਤ ਹੈ ਜੀ ਕੌਣ ਸਾਹਿਬ ਬੋਲਦੇ ਜੀ ਚੈਨਲ ਵਾਈ ਤੇ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਬੋਲਦੇ ਜੀ ਮਨਜੀਤ ਸਿੰਘ ਬੋਲਦਾ ਹਾਂਜੀ ਮਨਜੀਤ ਸਿੰਘ ਜੀ ਤੁਸੀਂ ਏਅਰ ਦੇ ਉੱਤੇ ਆ ਜੀ ਹਾਂਜੀ ਮੈਂ ਇੱਕ ਦੋ ਗੱਲਾਂ ਕਰਨੀਆਂ ਨੇ ਜੀ ਬੜੇ ਦੇਰ ਤੇ ਬੈਠੇ ਹੋਏ ਆ ਤੁਹਾਡੇ ਵਿਚਾਰ ਸੁਣਦੇ ਪਏ ਆ ਥੈਂਕ ਯੂ ਜੀ ਹਾਂਜੀ ਮੈਂ ਇਹ ਕਹਿਣਾ ਚਾਹੁੰਦਾ ਜੀ ਪਹਿਲੀ ਤਾਂ ਇਹ ਗੱਲ ਆ ਕਿ ਜਿਸ ਤਰੀਕੇ ਨਾਲ ਹੁਣ ਨਾ ਆਪਾਂ ਪੋਲੀਟੀਸ਼ੀਅਨਾਂ ਨੂੰ ਵਾਜਾਂ ਮਾਰਦੇ ਆ ਜੀ ਵੀ ਆਓ ਇਸ ਮਸਲੇ ਦੇ ਵਿੱਚ ਹੋਵੋ ਹਾਂਜੀ ਹਾਂਜੀ ਤੁਸੀਂ ਇਹ ਦੇਖੋ ਵੀ ਸੰਧਾ ਸਾਹਿਬ ਜਿਹੜੀ ਨਾ ਇਹਨਾਂ ਨੇ ਪਹਿਲਾਂ ਬੰਦ ਕੀਤੀ ਹੈਗੀ ਆ ਵੀ ਕਹੀ ਦਾ ਵੀ ਕੈਪਟਨ ਸਾਹਿਬ ਨੂੰ ਨੀ ਆਉਣ ਦਿੱਤਾ ਜਾਂ ਕਿਸੇ ਹੋਰ ਨੂੰ ਨੀ ਆਉਣ ਦਿੱਤਾ ਕੁਛ ਐਮ ਪੀ ਆਏ ਹੋਣਗੇ ਉਹਨਾਂ ਨੂੰ ਨੀ ਕਰ ਦਿੱਤਾ ਉਦੋਂ ਕਾਨੂੰਨ ਬਣਿਆ ਸੀਗਾ ਇੱਥੇ ਵੀ ਬਾਹਰੋਂ ਆ ਕੇ ਤੁਸੀਂ ਇੱਥੇ ਆਪਣੀ ਕੋਈ ਪੋਲੀਟੀਕਲ ਏਜੰਡੇ ਨਹੀਂ ਕਰ ਸਕਦੇ ਜੀ ਹੈ ਜੀ ਉਹਦੇ ਤਹਿਤ ਉਹ ਚੀਜ਼ ਰੋਕੀ ਗਈ ਯੂਜ ਕੀਤੀ ਗਈ ਆ ਇਹਨਾਂ ਦਿਨਾਂ ਦੇ ਵਿੱਚ ਉਹ ਲੈਂਗੁਏਜ ਬਿਲਕੁਲ ਇਹ ਹੂਬਹੂ ਕਰਦੀ ਆ ਕਿ ਹੁਣ ਅਸੀਂ ਅੰਦਰ ਆ ਕੇ ਕਰਾਂਗੇ ਸੋ ਇਹ ਜਿਹੜੀ ਚੀਜ਼ ਆ ਜੇਕਰ ਪੋਲੀਟੀਸ਼ੀਅਨਾਂ ਨੇ ਦਖਲ ਅੰਦਾਜ਼ੀ ਕੀਤੀ ਕਿਸੇ ਇੱਕ ਜਾਂ ਦੋ ਕਮਿਊਨਿਟੀ ਕਹਿ ਲਓ ਜਾਂ ਕੁਛ ਕੁਛ ਵਰਕਰਾਂ ਆਪਣੇ ਇਹਨਾਂ ਬੰਦਿਆਂ ਵੱਲੋਂ ਇਹ ਕੀਤਾ ਜਾਏ ਤਾਂ ਉਹ ਸਾਰਿਆਂ ਦੇ ਉੱਤੇ ਨਹੀਂ ਥੋਪਿਆ ਜਾ ਸਕਦਾ ਜੀ ਉਹ ਹੁਣ ਜੇਕਰ ਉਹ ਸੇਮ ਵੇ ਦੇ ਉੱਤੇ ਉਹਨਾਂ ਨੂੰ ਰੋਕ ਸਕਦੇ ਆ ਤੇ ਉਹ ਜ਼ਰੂਰ ਇੱਥੇ ਵੀ ਇਸ ਪਾਸੇ ਨੂੰ ਜਦੋਂ ਕਿਤੇ ਲੌਬੀ ਹੋਊਗੀ ਇਸ ਜਿਹੀ ਸੋਚ ਨੂੰ ਭਾਵੇਂ ਉਹ ਕਿਸੇ ਵੀ ਦੇਸ਼ ਤੋਂ ਆਈ ਹੋਵੇ ਔਰ ਆਪਣੇ ਦੇਸ਼ਾਂ ਦੇ ਵਿੱਚ ਇੱਦਾਂ ਕਰਦੀ ਹੋਵੇ ਔਰ ਸਾਡੇ ਕੈਨੇਡਾ ਦੇ ਵਿੱਚ ਇਹ ਦਖਲਅੰਦਾਜ਼ੀ ਹੁੰਦੀ ਹੋਵੇ ਤਾਂ ਉਹ ਵਾਕਿਆ ਉਹਨਾਂ ਨੂੰ ਸਟੌਪ ਕਰਨਗੇ ਹੋਣੀ ਚਾਹੀਦੀ ਇਹ ਨਹੀਂ ਹੈਗਾ ਕਿ ਆਪਾਂ ਰੋਜ਼ ਕਹੀਏ ਕਿ ਰੈਲੀਆਂ ਜਿਹੜੀਆਂ ਜੀ ਕਈ ਹੁੰਦੀਆਂ ਤੁਸੀਂ ਵੀ ਦੇਖਿਆ ਅਸੀਂ ਵੀ ਦੇਖਦੇ ਹਾਂ ਨਾ ਪਰ ਜਿਹੜੀ ਲੈਂਗੁਏਜ ਹੁਣ ਯੂਜ਼ ਹੋਈ ਹੈ ਨਾ ਜੀ ਇੱਥੇ ਕਿ ਅਸੀਂ ਇੰਨੇ ਹੋ ਗਏ ਆ ਹੁਣ ਹਾਂਜੀ ਹਾਂਜੀ ਅਸੀਂ ਆ ਹੋ ਗਏ ਆ ਹੁਣ ਹਨਾ ਉਹ ਜਿਹੜੀਆਂ ਚੀਜ਼ਾਂ ਹੈ ਨਾ ਜੀ ਉਹ ਮਤਲਬ ਇਹ ਹੈਗਾ ਕਿ ਹਾਂ ਭਾਈ ਹੁਣ ਕੀ ਗੱਲ ਅੰਦਰ ਆ ਕੇ ਜੇ ਅੱਗੇ ਪਹਿਲਾਂ ਨਹੀਂ ਹੁਣ ਵੜਨ ਦਿੱਤੇ ਉਸ ਕੰਮ ਲਈ ਤਾਂ ਤੁਸੀਂ ਹੁਣ ਅੰਦਰ ਆ ਕੇ ਦਖਲਅੰਦਾਜ਼ੀ ਕਰੋਗੇ ਸੋ ਇੱਕ ਤਾਂ ਮੇਰੀ ਇਹ ਗੱਲ ਆ ਔਰ ਦੂਸਰੀ ਮੈਂ ਇਹ ਕਹੂੰਗਾ ਜੀ ਜੀ ਕੈਰੀ ਓਨ ਜੀ ਹੈਲੋ ਜੀ ਹਾਂਜੀ ਮਨਜੀਤ ਸਿੰਘ ਜੀ ਹੈਲੋ ਜੀ ਹਾਂਜੀ ਦੁਬਾਰਾ ਕਰ ਲਓ ਜੀ ਤੁਸੀਂ ਕਾਲ ਹਾਂਜੀ ਨੈਕਸਟ ਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਬੋਲਦੇ ਜੀ ਚੈਨਲ ਵਾਈ ਤੇ ਸਵਾਗਤ ਹੈ ਜੀ ਹਾਂਜੀ ਮੈਂ ਪ੍ਰਭਜੋਤ ਬੋਲ ਰਿਹਾ ਜੀ ਹਾਂਜੀ ਪ੍ਰਭਜੋਤ ਜੀ ਤੁਸੀਂ ਏਅਰ ਤੇ ਆ ਹਾਂਜੀ ਹਾਂਜੀ ਸੋਰੀ ਉਹ ਨਾ ਫੋਨ ਲਾਇਆ ਸੀਗਾ ਤੇ ਉਹ ਆਵਾਜ਼ ਆ ਨਹੀਂ ਸੀ ਰਹੀ ਇਹਦੇ ਤੇ ਉੱਤੇ ਚਲੋ ਆਪਣੇ ਸੰਗਾ ਸਾਹਿਬ ਇਸ ਤਰ੍ਹਾਂ ਵਾ ਹਾਂਜੀ ਤੁਸੀਂ ਬਹੁਤ ਸੋਹਣਾ ਮੁੱਦਾ ਲੈ ਕੇ ਆਏ ਜੀ ਵਧੀਆ ਥੈਂਕ ਯੂ ਜੀ ਇਸ ਚੀਜ਼ ਦੀ ਬਹੁਤ ਤੁਹਾਡੀ ਰਿਸਪੈਕਟ ਕਰਦਾ ਵਾਂ ਔਰ ਜਿੰਨੇ ਵੀ ਤੁਹਾਡੇ ਪੈਨਲ ਤੇ ਆਏ ਨਾ ਸਾਰੇ ਬੜੇ ਵਧੀਆ ਪੈਨਲ ਦੇ ਉੱਤੇ ਬੈਠੇ ਨੇ ਬਹੁਤ ਸੋਹਣੇ ਚੰਗੇ ਬੋਲਦੇ ਨੇ ਵਿਚਾਰ ਦਿੰਦੇ ਆਪਣੇ ਹਨਾ ਜੀ ਪਰ ਇੱਕ ਗੱਲ ਦਾ ਆਪਣੇ ਜ਼ਰੂਰ ਵਿਚਾਰ ਦਿਓ ਆਪਣੇ ਸੰਘਾ ਸਾਹਿਬ ਠੀਕ ਹੈ ਜੀ
कि इस तरह क्यों हो रहा वा भी आप सारे इतने हम सिस्टम नू गलत क्यों कर रहे हैं आप गलत क्यों कर रहे हैं वही तो बचा रहे हैं जी। हाँ जी ठीक है होना नहीं चाहिए इस तरह आप प्यार नाल सारे रहिए इज्जत मान दे नाल सारे इतने रहिए एक दूजे के नाल रिस्पैक्ट होनी चाहिए एक दूजे की आप हिंदू भरा भी कट्ठे हाँ तो सिख भी कट्ठे हाँ तो सारे सिख भी कट्ठे हाँ इस चीज नू गलत नू पाड़ा ना पाके जाया जावे ते इस चीज का थोड़ा जा विरक साहब भी इत्थे बैठे ने ठीक है जी ते विरक साहब भी यह जवाब देण अज कि क्यों आपां नहीं इकट्ठे रह सकते हैगे कि मतलब कि विरक साहब को जवाब हैगा इस गल दा। ठीक है जी तुसीं ऑफ द एयर बाद च सुन लेना जी। थैंक यू जी। हाँ जी चैनल वाई ते तुहाडा स्वागत है जी। नैक्सट कॉल जी मैं क्या लाइन पर हूँ। हाँ जी हाँ जी हाँ जी बिल्कुल जी सिंगर भाई आदाब आदाब जी आदाब आदाब और मैं विरक भाई को भी और सैनी साहब को भी लाली साहब को भी सिंगला साहब को भी आवाज साहब को भी सब हजार को आदाब कहूंगा। अल्लाह हाफिज़। आप तमाम हफ्ते यही सोचते हैं कि यकजहती कैसी हो जी। यकीन कीजिए आप पूरा हफ्ता ही बहुत कोशिश करते हैं और मैं आपकी आपका प्रोग्राम बड़े दिल से सुनता हूँ क्योंकि मैंने जानता हूँ मजहब नहीं सिखाता आपस में बैर रखे। वेरी ट्रू। यकीन मानिए मजहब नहीं सिखाता आपस में बैर रखना। आज मैंने कुछ और पढ़ना था लेकिन आपका प्रोग्राम देख के मैंने दोस्ती रद्द करूंगा। बिल्कुल। आदमी बन गए इंसान ना बन सके जी। आदमी बन गए इंसान ना बन सके सुबह उठ के चल पड़े मेहमान ना बन सके जी। सुबह उठ के चल पड़े मेहमान ना बन सके। मैं ज्यादा वक्त नहीं लूंगा लेकिन आपने ये कहा कि हमें क्या इकदाम करने चाहिए जी ताकि हमारी कम्युनिटी तो मैं ये कहूंगा इंटर मैरिजेस हो जाए जी। ये बहुत लाजमी है जैसे मेरे घर में है सरदार की बेटी मेरे घर में है जी। मेरी बहू है और मैं इतना खुश हूँ इतना कई बार बार के चुको और वो यकीन कीजिए डॉक्टर है जी 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 PhD इंग्लिश अगर आप उसके प्रोफेसरों के रिमार्क पढ़ते तो आप हैरान परेशान होते जी, ये सही है कि वो नहीं पैदा हुई और मेरा बेटा भी बड़ा पढ़ा हुआ है तो मैं ये कहता हूँ कि इंटर मैरिज होना चाहिए कि हम में और तुम में और मुझ में कोई फर्क नहीं दुर्ग भाई में कोई फर्क नहीं। थैंक यू जी। हम एक इंसान है। हाँ जी, थैंक यू। आपका धर्म कुछ है मेरा धर्म कुछ है और मैं सुबह भी कह बैठा हूँ जदवीर भाई से उनका तो खैर जवाब ही नहीं और आपका भी जवाब नहीं। जितने भी पे हैं लोग आते हैं पाकिस्तान में सरदारों की कोई कदर होती है। मैं आपको भी कहता हूँ मैं पाकिस्तान लाहौर का रहने वाला हूँ और यजवीर भाई को भी कह बैठो अगर आप कभी जिंदगी में पाकिस्तान है तो मुझसे चाबी ले जाइए। मैं कृष्ण नगर का रहने वाला हूँ और मेरा मकान हमने मेरे बाप ने हिंदू से दिया था उसका नाम ऋषि भवन था मकान का। थैंक यू जी। थैंक यू। ठहरे आप उसमें ठहरे। देखिए मैं यही कहूंगा कि आपका प्रोग्राम लोगों को देखना चाहिए और उससे कुछ लर्न करना चाहिए। थैंक यू। और खासतौर पर वीर साहब का तजर्बा सैलनी साहब का तजर्बा मैं यकीन कीजिए खुद बड़ा लिखा हूँ और आपको तो जवाब नहीं और यजवीर भाई का जवाब नहीं। थैंक यू। तो लोगों को चाहिए कि ये आपस की बुराई निकाल दे और बड़े इत्मीनान से बड़े मोहब्बत से एक दूसरे को सुने तो हमारी कम्युनिटी बुलंद हो जाएगी। थैंक यू जी। थैंक यू जी। सो नाइस ऑफ यू। बनारसी साहब तुहाडे बहुत वधिया अल्फाज हुंदे ऑलवेज तुसीं बहुत वधिया सोच रखदे जी। मैं तो हुणे कह के हटिया देखो साडी सिखां दी बेटी तुहाडे घर है और तुहाडी बेटी साडे वैनकूवर परिवार दे विच है ये तो साडा आदान प्रदान है। मेरे मदर का जन्म पाकिस्तान का आ माइग्रेट हो के इधर आ गए सो मेरा तो नानका परिवार बेसिकली पाकिस्तान दे विच हैगा। साडे मामा जी हुणां दे क्लासमेट दे आर मोर दैन रियल ब्रदरस पाकिस्तान तो कल्ला आउंदियां इंडिया दे विच 90 साल की उम्र हैगी है। सो साडियां तां टाइज बहुत ज़्यादा स्ट्रोंग हैगियां। असी तां जिवें तुसीं कहा बई असी आदमी बने इंसान बने ही नहीं सिर्फ असी एक जामा पहन लिया आदमी वाला इंसान बनी है। हाँ जी नैक्सट कॉल जी चैनल वाई ते तुहाडा स्वागत है जी। हिंदुस्तान
ਬਹੁਤ ਪਿਆਰਾ ਲੱਗਾ ਜੀ ਉਹ ਚੀਜ਼ ਤੇ ਉੱਥੋਂ ਉਹੀ ਯਾਦ ਆ ਗਿਆ ਕਹਿੰਦੇ ਕਿ ਖੁਰਾਸਾਨ ਖਸਮਾਨਾ ਕੀ ਆ ਹਿੰਦੁਸਤਾਨ ਡਰਾਇਆ ਜਿੰਨੀ ਦੇਰ ਤੱਕ ਉਹ ਜਿਹੜਾ ਹਿੰਦੁਸਤਾਨ ਵਾਲਾ ਕੰਮ ਆ ਨਾ ਜੀ ਜਦੋਂ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਆ ਗਿਆ ਨਾ ਉਹ ਗਲਤ ਹੋ ਗਿਆ ਅੱਜ ਤੁਸੀਂ ਦੇਖੋ ਉੱਥੇ ਦੇ ਪੋਲੀਟੀਸ਼ੀਅਨ ਕਿੱਦਾਂ ਆਪਣੇ ਆਪ ਨੂੰ ਵਿਚਾਰੇ ਸਾਬਤ ਕਰਨ ਲੱਗ ਗਏ ਆ ਬੰਗਾਲ ਦੇ ਵਿੱਚ ਇਲੈਕਸ਼ਨ ਦਾ ਦੌਰ ਚੱਲਣ ਲੱਗਾ ਆ ਹੈਂਜੀ ਈਵਨ ਜੇ ਆਪਾਂ ਕਹੀਏ ਦੂਜਾ ਪਰਿਵਾਰ ਜਿਹੜਾ ਹੈਗਾ ਗਾਂਧੀ ਪਰਿਵਾਰ ਰਾਈਟ ਉਹ ਜਾ ਕੇ ਦੱਸਦੇ ਆ ਕਿ ਅਸੀਂ ਵੀ ਇਹ ਹੀ ਆ ਭਾਈ ਅਸੀਂ ਵੀ ਇਹ ਹੀ ਆ ਹੈਂਜੀ ਹੁਣ ਇਹਦਾ ਮਤਲਬ ਇਹ ਹੋ ਗਿਆ ਕਿ ਉਸ ਹਿੰਦੁਸਤਾਨ ਜਿਹਨੂੰ ਦੱਦੇ ਨੂੰ ਹੋੜਾ ਲੱਗਦਾ ਹੈਂਜੀ ਤੇ ਜਦੋਂ ਦਾ ਇਹਨਾਂ ਨੇ ਔਂਕੜ ਲਾਤੀਆਂ ਨਾ ਥੱਲੇ ਦੋ ਹੈਂਜੀ ਉਸ ਚੀਜ਼ ਨੇ ਬਹੁਤ ਜ਼ਿਆਦਾ ਕ੍ਰੀਏਟ ਕੀਤੀ ਹੋਈ ਚੀਜ਼ ਤੁਸੀਂ ਦੇਖਿਆ ਤੁਹਾਡੇ ਬਜ਼ੁਰਗ ਵੀ ਦੱਸਦੇ ਹੋਣਗੇ ਜਦੋਂ ਇੱਥੇ ਆਏ ਆ ਜਿੱਦਾਂ ਆਪਾਂ ਪਹਿਲਾਂ ਵੀ ਗੱਲਾਂ ਕਰੀ ਦੀਆਂ ਸ਼ੋਅ ਦੇ ਵਿੱਚ ਕਿ ਪੇਪ ਗੁਰਦੁਆਰਾ ਸਾਹਿਬ ਤੇ ਆਪਣੇ ਮੰਦਿਰ ਜਿਹੜੇ ਬਣੇ ਸੀਗੇ ਸਾਰੇ ਇਕੱਠੇ ਹੋ ਕੇ ਬਣਾਉਂਦੇ ਸੀ ਹੈਂਜੀ ਸਭ ਕੁਛ ਤਾਂ ਠੀਕ ਸੀ ਉਦਣ ਆਪਾਂ ਇਹ ਗੱਲ ਨੂੰ ਤਾਂ ਬਿਲਕੁਲ ਅਸੀਂ ਝੁਠਲਾ ਦਿੱਤਾ ਪਹਿਲੇ ਦਿਨ ਤੋਂ ਹੀ ਵੀ ਅਸੀਂ ਇੱਕ ਹਾਂ ਹੈਂਜੀ ਜਿੱਦਣ ਦੀ ਹਿੰਦੁਸਤਾਨ ਦੀ ਆਜ਼ਾਦੀ ਲਈ ਆ ਉਦੋਂ ਤੋਂ ਸਾਰੇ ਇੱਕ ਸੀ ਹੁਣ ਅੱਜ ਇਹਨਾਂ ਦੇ ਕੱਲ ਜਾਂ ਪਰਸੋਂ ਤੱਕ ਜਿਹੜੀਆਂ ਆਹ ਚੀਜ਼ਾਂ ਜਿਹੜੇ ਹੁਣ ਨਵੇਂ ਵਿਚਾਰ ਸੁਣਦੇ ਆ ਕਿ ਹੁਣ ਅਸੀਂ ਹੋ ਗਏ ਆ ਇਹ ਕੀ ਚੀਜ਼ ਆ ਬਿਲਕੁਲ ਸਹੀ ਮੈਨੂੰ ਇਹ ਸਮਝ ਨਹੀਂ ਆਉਂਦੀ ਇਸ ਸੋਚ ਨੂੰ ਉਹਨਾਂ ਨੂੰ ਰਿਵਾਈਜ਼ ਕਰਨਾ ਚਾਹੀਦਾ ਤੇ ਨਹੀਂ ਭਾਈ ਅਸੀਂ ਹੈਗੇ ਆ ਇਹਨੂੰ ਚੀਜ਼ ਨੂੰ ਕਹਿਣਾ ਚਾਹੀਦਾ ਜਦੋਂ ਤੁਸੀਂ ਕਹੋਗੇ ਭਾਈ ਹੁਣ ਸਾਡੀ ਮੈਜੋਰਿਟੀ ਹੋ ਗਈ ਆ ਆਹ ਸਿੰਗਲਾ ਸਾਹਿਬ ਵੀ ਵਿੱਚ ਬੈਠੇ ਹੋਏ ਆ ਕਿਉਂਕਿ ਪਹਿਲੀ ਇਹ ਗੱਲ ਆ ਸਿੰਗਲਾ ਸਾਹਿਬ ਮੈਂ ਤੁਹਾਨੂੰ ਗੱਲ ਦੱਸਾਂ ਜੀ ਇਹ ਜਿਹੜਾ ਦੇਸ਼ ਆ ਨਾ ਜੀ ਇਹਦੇ ਵਿੱਚ ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ ਨਾ ਸੰਘਾ ਸਾਹਿਬ ਨੇ ਕਿ ਇਟਾਲੀਅਨ ਆਏ ਇਟਾਲੀਅਨ ਸਾਡੇ ਨੇਬਰਹੁੱਡ ਦੇ ਵਿੱਚ ਵੀ ਰਹੇ ਉਹ ਜਿਹੜੇ ਆ ਉਹਨਾਂ ਦੀ ਕੰਟਰੀਬਿਊਸ਼ਨ ਵੀ ਜਿਹੜੀ ਆ ਇਸ ਦੇਸ਼ ਦੇ ਵਿੱਚ ਬਹੁਤ ਹੈਗੀ ਆ ਪਰ ਦ ਥਿੰਗ ਇਜ਼ ਦਿਸ ਜਿੱਦਾਂ ਸੰਘਾ ਸਾਹਿਬ ਨੇ ਕਿਹਾ ਕਿ ਸਾਨੂੰ 125 ਸਾਲ ਹੋ ਗਿਆ ਇੱਥੇ ਜੀ ਹਾਂਜੀ 125 ਸਾਲ ਦੇ ਵਿੱਚ ਇਕੱਲੇ ਇੱਥੇ ਵੀ ਆਪਾਂ ਸੈਲੀਬ੍ਰੇਟ ਕਰਦੇ ਹਾਂ ਪਰ ਜੇ ਕਿਤੇ ਹਿਸਟਰੀ ਪੜ੍ਹਨ ਲੱਗੇ ਨਾ ਸਟਾਕਟਨ ਗੁਰਦੁਆਰਾ ਸਾਹਿਬ ਦੀ ਹਾਂਜੀ ਜਿੱਥੋਂ ਪੂਰੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਵਾਸਤੇ ਸਾਡੇ ਇਧਰੋਂ ਬਜ਼ੁਰਗ ਗਏ ਸੀ ਹਾਂਜੀ ਜਿਨ੍ਹਾਂ ਨੇ ਉਸ ਵੇਲੇ ਨਾਰਾ ਲਾਇਆ ਸੀ ਕਿ ਜੇ ਕਿਸੇ ਨੇ ਆਪਣੇ ਧਰਮ ਦੀ ਆ ਕੇ ਗੱਲ ਇੱਥੇ ਕੀਤੀ ਤਾਂ ਉਹ ਸਾਡੇ ਵਿੱਚ ਨਾ ਆਵੇ ਬਿਲਕੁਲ ਅਸੀਂ ਚੱਲੇ ਹੈਗੇ ਆ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਗਦਰ ਉਹ ਜਿਹੜੇ ਲੋਕਾਂ ਨੇ ਕਿਸੇ ਵੀ ਉਹਨਾਂ ਨੂੰ ਤਰਜੀਹ ਨਹੀਂ ਸੀ ਦਿੱਤੀ ਪਰ ਹੁਣ ਮੈਂ ਇਹ ਕਹਿੰਦਾ ਕਿ ਪਲੀਜ਼ ਪਲੀਜ਼ ਇਹ ਜਿਹੜੀ ਕਮਿਊਨਿਟੀ ਦੇ ਵਿੱਚੋਂ ਸਾਡੇ ਚੋਂ ਕੋਈ 1 ਤੋਂ 1% ਦਾ ਵੀ ਮਤਲਬ ਤੁਸੀਂ ਕਹਿ ਸਕਦੇ ਹੋ 5% ਆ ਜਿਹਦੇ ਮਨ ਵਿੱਚ ਇਹ ਸ਼ੰਕਾ ਪੈਦਾ ਹੋ ਗਈ ਆ ਕਿ ਅਸੀਂ ਹੁਣ ਇੱਥੇ ਇਦਾਂ ਦੇ ਹੋ ਗਏ ਆ ਪਲੀਜ਼ ਆਪਣੇ ਆਪ ਨੂੰ ਵਿਚਾਰੋ ਆਪਣੇ ਆਪ ਨੂੰ ਸੁਣੋ ਕਿਉਂਕਿ ਕਈਆਂ ਨੂੰ 10 ਸਾਲ ਵੀ ਨਹੀਂ ਹੋਏ ਇੱਥੇ ਆਇਆਂ ਨੂੰ ਬਿਲਕੁਲ ਕਈਆਂ ਨੂੰ 15 ਵੀ ਨਹੀਂ ਹੋਏ ਪਰ ਆਪਾਂ 125 ਸਾਲ ਦੀ ਗੱਲ ਕਰਦੇ ਹਾਂ ਆਪਾਂ ਇੱਥੇ ਹੈਗੇ ਹਾਂ ਅਗਰ ਯੋਗਦਾਨ ਪਾਉਣਾ ਨਾ ਜੀ ਸੰਘਾ ਸਾਹਿਬ ਸਭ ਤੋਂ ਵੱਧ ਇਹ ਹੋਣਾ ਚਾਹੀਦਾ ਕਿ ਜਿਹੜੇ ਆਪਾਂ ਆਪਣੇ ਆਜ਼ਾਦੀ ਦਿਵਸ ਮਨਾਉਂਦੇ ਹਾਂ ਉਹਨਾਂ ਵਾਸਤੇ ਲੋਕਾਂ ਨੂੰ ਮੋਟੀਵੇਟ ਕਿੱਦਾਂ ਕੀਤਾ ਜਾਵੇ ਨਾਲ ਭਾਈ ਆ ਜਾਓ ਉੱਥੇ ਚੱਲੀਏ ਆਪਾਂ ਸੈਲੀਬ੍ਰੇਟ ਕਰੀਏ ਆਪਣੇ ਉਸ ਹਿੰਦੁਸਤਾਨ ਲਈ ਜਿਹਨੂੰ ਤੁਹਾਡੇ ਬਜ਼ੁਰਗਾਂ ਨੇ ਆਜ਼ਾਦ ਕਰਾਇਆ ਨਾ ਕਿ ਇੱਦਾਂ ਦੀ ਪਿਰਤ ਪਾਈਏ ਕਿ ਭਾਈ ਅਸੀਂ ਤਾਂ ਆਏ ਹਾਲੇ ਕੱਲ ਆ ਅਸੀਂ ਆਏ ਹੁਣੇ ਹੀ ਆ ਸਾਡੀ ਮੈਜੋਰਿਟੀ ਹੁਣ ਹੋਣ ਲੱਗੀ ਆ ਇੱਦਾਂ ਦੀ ਸੋਚ ਕਦੇ ਨਹੀਂ ਚੱਲਣੀ ਨਾ ਇਹਨੂੰ ਚਲਾਓ ਕਿਉਂਕਿ ਇੱਥੇ ਜੇਕਰ ਉਹ ਚੀਜ਼ ਪੈਦਾ ਹੋ ਗਈ ਜਿਸ ਤਰੀਕੇ ਨਾਲ ਪਹਿਲਾਂ ਉਹਨਾਂ ਨੇ ਬੰਦ ਕੀਤੇ ਬਾਹਰੋਂ ਆਏ ਹੋਏ ਲੋਕਾਂ ਨੂੰ ਨਹੀਂ ਪੋਲੀਟੀਕਲੀ ਇੱਥੇ ਹੋਣ ਦੇਣਾ ਜੇ ਇੱਥੇ ਉੱਤੇ ਜੇ ਲੱਗੂਗੀ ਚੀਜ਼ ਤਾਂ ਉਹ ਚੀਜ਼ ਦਾ ਅਸਰ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਲੋਕੀ ਜੇ ਹੁਣ ਆਪਾਂ ਕਹਿੰਦੇ ਹਾਂ ਕਿ ਬਾਹਰਲੇ ਦੇਸ਼ਾਂ ਦੇ ਵਿੱਚੋਂ ਹਨਾ ਵੀ ਆਵਾਜ਼ ਉੱਠੀ ਜਿਵੇਂ ਉਹ ਜਿਹੜੀ ਆਪਣੇ ਇਨਵਾਇਰਨਮੈਂਟ ਕੁੜੀ ਸੀਗੀ ਉੱਥੇ ਕੀ ਆਪਣੇ ਨਾਮ ਆ ਗ੍ਰੇਟਾ ਜਿਹੜੀ ਔਰ ਜਾਂ ਕਹੀਏ ਪੀ ਉਹਨਾਂ ਨੇ ਦੇਖੋ ਕੀਤਾ ਕੀ ਆ ਇੱਕ ਲਫ਼ਜ਼ ਕਿਹਾ ਤੇ ਜੇ ਉੱਥੇ 1 ਮਿਲੀਅਨ ਪਾਪੂਲੇਸ਼ਨ ਵਾਲੇ ਦੇਸ਼ ਨੂੰ ਵਕਤ ਪਾ ਦਿੱਤਾ ਤੁਸੀਂ ਅਗਰ ਕੋਈ ਗੱਲ ਕਰਨੀ ਆ ਤੁਸੀਂ ਇੱਥੇ ਹੀ ਵਕਤ ਕਿਉਂ ਪਾਉਂਦੇ ਆਪਸ ਵਿੱਚ ਹੀ ਤੁਸੀਂ ਕੋਈ ਇਹੋ ਜਿਹੀ ਗੱਲ ਕਰੋ ਜਿਹਦੇ ਨਾਲ ਸੱਚਮੁੱਚ ਕੁਛ ਅਸਰ ਹੋਵੇ ਤਾਂ ਕਿ ਜੇ ਸਾਡੇ ਦੇਸ਼ ਦੇ ਵਿੱਚ ਉੱਥੇ ਪਿੱਛੇ ਕੋਈ ਗਲਤੀ ਆ ਉਹਨੂੰ ਸਮਝ ਆਵੇ ਹੈਂਜੀ ਜੇ ਕੈਨੇਡਾ ਦੇ ਵਿੱਚ ਕੋਈ ਗਲਤੀ ਆ ਤਾਂ ਇਹਨੂੰ ਕੋਈ ਸਮਝ ਆਵੇ ਜੇ ਪੋਲੀਟੀਕਲ ਮੋਟਿਵ ਦਿਖਾਉਣੇ ਆ ਤਾਂ ਕੈਨੇਡਾ ਨੂੰ ਬੈਟਰ ਬਣਾਉਣ ਵਾਸਤੇ ਦਿਖਾਓ ਜੇ ਇੰਡੀਆ ਵਾਸਤੇ ਕਰਨਾ ਇੰਡੀਆ ਨੂੰ ਬੈਟਰ ਬਣਾਉਣ ਵਾਸਤੇ ਕਰੋ ਜੇ ਕੀ ਤੁਸੀਂ ਇੱਥੇ ਹੀ ਇਸ ਆਪਣੀ ਕਮਿਊਨਿਟੀ ਦੇ ਵਿੱਚ ਇਹੋ ਜਿਹਾ ਨੈਰੇਟਿਵ ਬਣਾਉਣ ਲਈ ਇਹ ਨਾ ਭਾਗੀਦਾਰ ਬਣੋ ਸੋਚ ਨੂੰ ਉੱਪਰ ਕਰੋ ਜਿੱਥੇ 125 ਸਾਲ ਦਾ ਇਤਿਹਾਸ ਆ ਸੋਚ ਨੂੰ ਇੱਥੇ ਕਰੋ ਜਿੱਥੇ ਆਪਣੇ ਉਹ ਗੱਲ ਕਹੀ ਬਾਬੇ ਨਾਨਕ ਨੇ ਕਿ ਭਾਈ ਬਾਬਰ ਨੂੰ ਕਿਹਾ ਨਾ ਉਹਨਾਂ ਨੇ ਜਾਬਰ ਕਿ ਹਿੰਦੁਸਤਾਨ ਡਰਾਇਆ ਹੁਣ ਉਹ ਹੁਣ ਇਹ ਇਹਨਾਂ ਬੰਦਿਆਂ ਨੂੰ ਕਹੋ ਵੀ ਤੁਸੀਂ ਕਿਉਂ ਹਿੰਦੁਸਤਾਨ ਡਰਾਇਆ ਕਿਉਂਕਿ ਸਾਰਿਆਂ ਨੂੰ ਕਿਉਂ ਤੁਸੀਂ ਖੌਫ ਚ ਪਾਇਆ ਹੋਇਆ
ਸਾਰੇ ਸਾਰੇ ਭੈਣ ਭਰਾ ਇਕੱਠੇ ਹੋ ਕੇ ਆਪਾਂ ਅੱਗੇ ਵਧੀਏ, ਇਹੀ ਸੰਦੇਸ਼ ਦੇਣਾ ਚਾਹੀਦਾ ਜੀ। ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ ਜੀ। ਨੈਕਸਟ ਕਾਲ ਜੀ, ਬਰੀਫ ਚ ਰੱਖਣਾ ਜੀ। ਹਾਂਜੀ, ਸਵਾਗਤ ਹੈ ਜੀ ਤੁਹਾਡਾ ਚੈਨਲ ਵਾਈ ਤੇ। ਹੈਲੋ ਹੈਲੋ, ਹਾਂਜੀ ਕੌਣ ਸਾਹਿਬ ਬੋਲਦੇ ਜੀ? ਇੰਗਲੈਂਡ ਹੋਇਆ, ਇੰਗਲੈਂਡ ਤੋਂ ਇੱਥੇ ਆ ਗਏ, ਅਸੀਂ ਮਾਰ ਮਾਰ ਕੇ ਇੱਥੇ ਮਸੀਹ ਇੱਥੇ ਪਹੁੰਚੇ ਆ, ਤੇ ਹੁਣ ਜੇ ਚੰਗੇ ਸਾਨੂੰ ਇੱਥੇ ਸਭ ਕੁਛ ਮਿਲਦਾ ਆ, ਤਾਂ ਹੁਣ ਇਹਨੂੰ ਅਸੀਂ ਇੱਦਾਂ ਨਾ ਖਰਾਬ ਕਰੀਏ ਕਿ ਇੰਨਾ ਬਣਿਆ ਬਣਾਇਆ, ਸਵਾ ਸੌ ਸਾਲ ਲੱਗਿਆ ਸਾਰੀ ਹਿਸਟਰੀ ਦਾ ਪਤਾ ਕਿੱਦਾਂ। ਉੱਥੇ ਪਾਲਦੀ ਦੇ ਵਿੱਚ ਸਾਡੇ ਇੱਕ ਬੰਦੇ ਦੀ ਇੰਨੀ ਚੱਲਦੀ ਸੀਗੀ, ਉਹਨੂੰ ਪੁੱਛ ਕੇ ਤੁਰਦੇ 75% ਉਹ ਇਕਾਨਮੀ ਓਨ ਕਰਦਾ ਸੀ ਵੈਨਕੂਵਰ ਦੇ ਵਿੱਚ, ਕਿਉਂਕਿ ਉਹ ਇੱਕ ਤੁਹਾਨੂੰ ਪਤਾ ਹੀ ਆ ਪਾਲਦੀ ਦਾ ਜਿਹੜਾ ਮੇਵਾ ਸਿੰਘ, ਤੋਂ ਇਹ ਉਹਨਾਂ ਦੇ ਉੱਥੇ ਵੈਨਕੂਵਰ ਵਿੱਚ ਇੰਨਾ ਸਾਡੇ ਲੋਕਾਂ ਨੇ ਕੰਮ ਕੀਤਾ, ਜਾ ਕੇ ਦੇਖੋ। ਇੱਥੇ ਤਾਂ ਅਸੀਂ ਅਜੇ ਇੰਨਾ ਕਰੇ ਨਹੀਂ ਸਕੇ, ਕਿਉਂਕਿ ਅਸੀਂ ਤਾਂ ਇੱਥੇ ਕਰ ਲੈਣੇ ਤਾਂ ਮਹਿੰਗਾ ਬੜਾ ਪੈਂਦਾ ਸਾਰਾ ਕੁਛ। ਚਲੋ ਇੱਥੇ ਬੜਾ ਚੰਗਾ ਸੈਟਲ ਹੋ ਗਿਆ, ਸਾਰੇ ਘਰੋ ਘਰ ਬਿਜ਼ਨਸ ਸ਼ੁਕਰ ਕਰੋ। ਇੱਥੇ ਤਾਂ ਲੋਕਾਂ ਨੂੰ ਕੰਮ ਤੇ ਨੀ ਬੜੇ ਔਖੇ ਹੁੰਦੇ ਸੀ, ਕਿ ਤੁਸੀਂ ਇੱਥੇ ਆ ਕੇ ਦੇਖਦੇ ਸੀ ਕਿੱਦਾਂ ਵੈਕੀ ਪੈਕੀ ਹੁੰਦਾ ਸੀਗਾ। ਅੱਜ ਅਸੀਂ ਇਸ ਨੂੰ ਮਾਣੀਏ, ਇੱਥੇ ਅਸੀਂ ਦਵੈਤ ਨਾ ਕਰੀਏ ਕਿ ਉਹ ਸਿੱਖ ਵਾਜੀ ਉਹ ਹਿੰਦੂ, ਉੱਥੇ ਇਹਨਾਂ ਦੇ ਇੰਨੇ ਬਹਿ ਗਏ MP ਉੱਥੇ, ਇਹ ਕੀ ਚੀਜ਼ਾਂ ਆ। ਤੁਸੀਂ ਰਲ ਮਿਲ ਕੇ ਸਾਰਾ ਕੁਛ ਕਰਨਾ ਆ, ਅਸੀਂ ਇਸ ਦੇਸ਼ ਨੂੰ ਆਪਣੇ ਅੱਗੇ ਲੈ ਕੇ ਜਾਣਾ। ਅਸੀਂ ਜਿੱਥੋਂ ਆਏ ਉਹਨਾਂ ਦਾ ਭਲਾ ਸੋਚੀਏ, ਇੱਥੇ ਸਾਨੂੰ ਜ਼ਿਆਦਾ ਭਲੇ ਦੀ ਲੋੜ ਆ, ਕਿਉਂਕਿ ਇੱਥੇ ਸਾਡੇ ਸਾਡਾ ਬੱਚਿਆਂ ਦਾ ਭਵਿੱਖ ਇੱਥੇ ਆ, ਸਾਡੇ ਆਉਣ ਵਾਲੀਆਂ ਜਨਰੇਸ਼ਨਾਂ ਇੱਥੇ ਆ। ਠੀਕ ਆ, ਅਸੀਂ ਪਿੱਛੇ ਬਾਰੇ ਤੜਫਦੇ ਹਾਂ, ਅਸੀਂ ਉੱਥੋਂ ਉੱਥੇ ਜੰਮ ਪਾ ਕੇ ਉੱਥੇ ਵੱਡੇ, ਹੁਣ ਵੀ ਸਾਨੂੰ ਬੜਾ ਫਿਕਰ ਸੀ ਜ਼ਿਮੀਂਦਾਰ। ਮੈਨੂੰ ਪਤਾ ਮੇਰੇ ਫਾਦਰ ਨੇ ਕਿੰਨਾ ਕੰਮ ਕਰ ਕਰਕੇ ਸਾਨੂੰ ਛੀਆਂ ਭੈਣਾਂ ਭਰਾ ਪੜਾਇਆ। ਅਤੇ ਸੋਈ ਜੀ, ਤੁਸੀਂ ਇਹ ਨਾ ਸੋਚੋ, ਸਿੰਗਲਾ ਸਾਹਿਬ ਤੁਸੀਂ ਜਿਹੜੀ ਗੱਲ ਉਹ ਪਹਿਲੇ ਕੈਮਰ ਕਹਿ ਕੇ ਬਹੁਤ ਸਿਆਣਪ ਨਾਲ ਗੱਲ ਕਰਕੇ ਗਏ ਆ, ਸਗੋਂ ਸਾਨੂੰ ਇਹਦਾ ਆਨੰਦ ਮਾਣਨਾ ਚਾਹੀਦਾ। ਜੇ ਰੈਲੀਆਂ ਕੱਢ ਦਿੱਤੀਆਂ, ਹੁਣ ਇਹਨਾਂ ਬਸ ਕਰਨੀਆਂ ਚਾਹੀਦੀਆਂ ਇੱਦਾਂ ਦੀਆਂ, ਜਿੱਦਾਂ ਇੱਥੇ ਕਰੋ ਨਾ ਕੋਈ ਵੀ, ਕਿਉਂਕਿ ਇੰਡੀਆ ਵਿੱਚ ਅੱਗੇ ਉਹ ਕਹੀ ਜਾਂਦੇ ਆ ਵੀ ਇੱਕੋ ਬੋਲੀ ਇੱਕੋ ਭਾਸ਼ਾ ਇੱਕੋ ਸਾਰਾ ਕੁਛ ਹੋ ਜਾਊਗਾ, ਇਹ ਗੱਲ ਕਦੇ ਹੋਣੀ ਨਹੀਂ, ਕਿਉਂਕਿ ਇੰਨੇ ਸੂਬੇ ਉਹਨਾਂ ਦੇ ਆਪਣੇ ਆਪਣੇ ਸਾਰੇ ਰਵਾਇਤ ਵਾ, ਇੱਕੋ ਕੰਮ ਕਦੇ ਕਿਸੇ ਇੱਥੇ ਅਸੀਂ ਇੰਨਾ ਆਨੰਦ ਮਾਣਦੇ ਮਾਸਟਰ ਕਾਲ 'ਚ ਸਾਨੂੰ ਸਾਰੀਆਂ ਸਹੂਲਤਾਂ ਮਿਲਦੀਆਂ, ਜਿਸ ਦੇਸ਼ 'ਚ ਅਸੀਂ ਆਏ ਉੱਥੇ ਸਾਨੂੰ ਕਿਉਂ ਨਹੀਂ ਮਿਲਦਾ। ਉੱਥੇ ਅਸੀਂ ਆਹਾ ਬੀਜ ਇੱਥੇ ਭੇਜਣ ਲੱਗੇ, ਬਿਲਕੁਲ ਅਸੀਂ ਏਦਾਂ ਕਰਨਾ। ਮੰਦਰ ਗੁਰਦੁਆਰੇ ਤਾਂ ਪਹਿਲਾਂ ਤੋਂ ਇੱਥੇ ਹੈਗੇ, ਉੱਥੇ ਜਾ ਕੇ ਅਸੀਂ ਜਿੱਦਣ ਦੇ ਆਏ ਉੱਥੇ ਇੱਕ ਮੰਦਰ ਸੁਣੀ ਦਾ ਸੀ ਜ਼ਰੂਰ, ਕਿਉਂਕਿ ਲੋਕ ਇੰਨੇ ਜਾ, ਕਿਉਂਕਿ ਸਾਡੇ ਲੋਕਾਂ ਦੇ ਵਿੱਚ ਇੱਕ ਗੁਰੂ ਨੇ ਸਾਨੂੰ ਗੁਰੂਆਂ ਨੇ ਦਿੱਤਾ ਹੈਗਾ, ਅਸੀਂ ਜਿੱਥੇ ਜਾਂਦੇ ਆਪਣਾ ਚਾਹੇ 10 ਬੰਦੇ ਵੀ ਇਕੱਠੇ ਹੋਏ, ਮੈਂ ਆਪ ਇੱਕ ਅਸੀਂ ਇੰਗਲੈਂਡ ਦੇ ਵਿੱਚ ਥੋੜ੍ਹੇ ਸੀ, ਅਸੀਂ ਉੱਥੇ ਖੋਲ ਲਿਆ, ਕਿਉਂਕਿ ਸਾਨੂੰ ਇਹ ਇੱਕ ਵੱਡੀ ਹੁੰਦਾ ਇਕੱਠੇ ਹੋ ਕੇ ਬੈਠੀਏ। ਸਾਡਾ ਤਾਂ ਬਹੁਤ ਗੁਰਦੁਆਰਿਆਂ ਦੇ ਵਿੱਚ ਕਈ ਕੁਛ ਹੁੰਦਾ, ਲੰਗਰ ਉੱਥੇ ਲੈ ਕੇ ਬਣਾ ਕੇ ਜਾਣਾ ਬੜੀ ਸ਼ਰਧਾ ਆ। ਹੁਣ ਅਸੀਂ ਅੰਦਰ ਬੈਠੇ, ਸਾਨੂੰ ਕਿੰਨਾ ਔਖਾ, ਦੇਖੋ ਸਾਡੇ ਇਸ ਕਰੋਨਾ ਦੇ ਵਿੱਚ ਉੱਦਾਂ ਹੀ ਅਸੀਂ ਰੱਬ ਤੋਂ ਡਰੀਏ, ਕਿੰਨੇ ਅੰਦਰ ਵਾੜਿਆ, ਕਿੰਨੇ ਦੁਖੀ ਹੋਏ ਪਏ ਆ। ਠੀਕ ਆ, ਉੱਥੇ ਹੁਣ ਕਿਸਾਨ ਸੌਖੇ ਬੈਠੇ ਜਿਹੜੇ ਇੰਨੇ ਚਿਰਾਂ ਦੇ ਬੈਠੇ, ਬਿਲਕੁਲ ਜੀ ਬਿਲਕੁਲ। ਇੱਕ ਦਿਨ ਜਾਣਾ, ਤੁਹਾਨੂੰ ਪਤਾ ਆਪਣੇ ਬੇਟਾ ਜੀ ਕਿੰਨਾ ਔਖਾ ਹੈ, ਘਰੋਂ ਛੱਡ ਕੇ ਆਇਆ, ਬੱਚੇ ਛੱਡ ਕੇ ਆਇਆ, ਬਿਲਕੁਲ ਜੀ ਬਿਲਕੁਲ। ਕਿੰਨੇ 250-350 ਬੰਦਾ ਮਰ ਗਿਆ, ਉਹ ਜਾਨਾ ਜਿਹੜੇ ਦੇ ਗਿਆ ਉਹ ਕਿੱਦਾਂ, ਉਹਨਾਂ ਦੇ ਘਰ ਵਾਲਿਆਂ ਨੂੰ ਪੁੱਛੋ ਥੈਂਕ ਯੂ ਔਖਾ ਹੈ। ਅਸੀਂ ਇੱਥੇ ਬੈਠੇ ਗੱਲਾਂ ਦਾ ਮਾਰੀ ਜਾਂਦੇ ਹਾਂ ਵੀ ਆਪਣਾ ਉੱਥੇ ਜਾ ਕੇ ਠੀਕ ਆ, ਥੋੜ੍ਹਾ ਜਿਹਾ ਸਾਰਿਆਂ 'ਚ ਹੋਇਆ, ਆਸਟ੍ਰੇਲੀਆ ਵੀ ਕੀਤਾ, ਇੰਗਲੈਂਡ ਵਾਲਿਆਂ ਨੇ ਰੱਜ ਕੇ ਰੈਲੀਆਂ ਕੱਢੀਆਂ, ਪਰ ਸਾਡੇ ਇੱਥੇ ਜਾਵੇ ਕਿਉਂਕਿ ਬ੍ਰਹਮਟਨ ਚੁੱਭਣ ਲੱਗ ਗਿਆ ਸਾਰਿਆਂ ਨੂੰ, ਇਹ ਲੋਕ ਸੋਚ ਕੇ ਕੰਮ ਕਰਨ ਚਾਹੀਦਾ ਕਰਨਾ। ਬ੍ਰਹਮਟਨ ਹੱਥ ਜੋੜ ਕੇ ਬ੍ਰਹਮਟਨ ਵੀਰੋ, ਤੁਹਾਨੂੰ ਅਰਦਾਸ ਇਹ ਹੈ ਕਿ ਸਮਝੋ ਤੁਸੀਂ ਕਿੱਦਾਂ ਦੇ ਕਿੱਥੇ ਰਹਿੰਦੇ ਆ, ਲੋਕਾਂ ਦੇ ਆਪਣੇ ਆਪ ਨੂੰ ਉੱਚੀਆਂ ਚੱਕੋ ਨਾ, ਕਿ ਫੜ ਫੜ ਦਈਆਂ ਕਰਾਓ ਇੱਕ ਦੂਜੇ ਨੂੰ ਛੇੜ ਕੇ, ਤਾਂ ਚਾਰੀਆਂ ਸਾਲੀਆਂ ਦੀ ਮਾਈਆਂ ਨੂੰ ਪਤਾ ਤੁਸੀਂ ਧੱਕਾ ਕੀ ਦਿੱਤਾ, ਮੈਨੂੰ ਸਮਝ ਆ ਗਈ ਕੀ ਕਰਦੇ ਆ। ਓਕੇ ਬੇਟਾ ਜੀ, ਸਤਿ ਸ਼੍ਰੀ ਅਕਾਲ, ਟਾਈਮ ਦੇ ਵਾਸਤੇ ਧੰਨਵਾਦ। ਹਾਂਜੀ, ਨੈਕਸਟ ਕਾਲ ਜੀ, ਫਿਰ ਪੈਨਲ ਮੈਂਬਰਸ ਦੇ ਵਿਚਾਰ ਲਏ ਜਾਣਗੇ, ਇੱਕ ਕਾਲ ਲੈ ਕੇ ਫਿਰ ਬਾਕੀ ਕਾਲਰਸ ਨੂੰ ਬੇਨਤੀ ਆ ਕਿ ਲਾਈਨਾਂ ਹੋਲਡ ਦੇ ਉੱਤੇ ਰੱਖਣੀਆਂ। ਹਾਂਜੀ, ਨੈਕਸਟ ਕਾਲ ਜੀ, ਹੋਲਡ ਤੇ ਕਰੀ ਜਾਂਦੇ ਤੇ ਤੁਸੀਂ ਆਨਸਰ ਤੇ ਪੁੱਛਦੇ ਨਹੀਂ, ਜਿਹੜੇ ਪੈਨਲ ਪਠਾਏ ਨਹੀਂ ਕਿ ਤੁਸੀਂ ਉਹਨਾਂ ਤੋਂ ਕੁਐਸਚਨ, ਉਹਨਾਂ ਤੋਂ ਪੁੱਛਣ ਹੀ ਨਹੀਂ ਲੈਣਾ। ਮੈਂ ਪਹਿਲਾਂ ਜੀ ਲਾਈਨ, ਪਹਿਲਾਂ ਕਾਲਰਸ ਨੂੰ ਟਾਈਮ ਜੀ, ਮੈਂ ਤਾਂ ਹੀ ਕਿਹਾ ਜੀ ਲਾਸਟ ਕਾਲ ਲੈਣੀ ਆ ਜੀ, ਫਿਰ ਪੈਨਲ ਵੱਲ ਜਾਣਾ ਆ। ਹਾਂਜੀ, ਤੇ ਫਿਰ ਆ ਬੈਟਰ ਟੂਗੈਦਰ ਲਿਖਿਆ ਨਾ, ਬੈਟਰ ਟੂਗੈਦਰ ਲਿਖਿਆ, ਬੈਟਰ ਟੂਗੈਦਰ ਤੁਸੀਂ ਕਰ ਨਹੀਂ ਰਹੇ ਹੈਗੇ, ਬੈਟਰ ਟੂਗੈਦਰ ਤੁਸੀਂ ਕਰ ਨਹੀਂ ਰਹੇ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਬਿਲਕੁਲ ਜੀ, ਬਿਰਕ ਸਾਹਿਬ ਤੁਹਾਨੂੰ ਸਵਾਲ ਆਇਆ ਸੀ, ਹਾਂਜੀ ਤੁਸੀਂ ਉਹਦਾ ਜਵਾਬ ਦੇ ਦਿਓ। ਹਾਂਜੀ, ਬਾਕੀ ਪੈਨਲ ਮੈਂਬਰਸ ਦੇ ਵੀ ਸਵਾਲ ਆਇਆ ਸੀ, ਤੁਹਾਨੂੰ ਉਹਨਾਂ ਨੇ ਪੁੱਛਿਆ ਸੀ ਨਾ, ਹਾਂਜੀ ਕਾਲਰਸ ਦੋਆਂ ਨੇ ਵੀ, ਹਾਂਜੀ ਬਿਰਕ ਸਾਹਿਬ ਜਵਾਬ ਦਿਓ ਇਹਦਾ। ਹਾਂਜੀ, ਮੈਨੂੰ ਕੀ ਪੁੱਛਿਆ ਜੀ, ਮੈਨੂੰ ਦੱਸੋ ਨਾ ਤੁਸੀਂ। ਠੀਕ ਹੈ ਜੀ, ਉਹਨਾਂ ਨੇ ਇਹੀ ਗੱਲ ਕਰਦੇ ਸੀ, ਉਹ ਕਹਿੰਦੇ ਵੀ ਜਿਹੜੀਆਂ ਇੱਥੇ ਸਮਾਜ ਦੇ ਵਿੱਚ ਵੰਡੀਆਂ ਪੈ ਰਹੀਆਂ, ਇਹਦੇ ਵਿੱਚ ਜਿਹੜਾ ਰੋਕਣਾ ਆ, ਠੀਕ ਹੈ ਵੀ ਉਹ ਇਸ ਵੇਲੇ ਕਿਵੇਂ ਅਸੀਂ ਉਹਨੂੰ ਰੋਕਿਆ ਜਾਵੇ, ਕਿਵੇਂ ਜਿਹੜਾ ਸਮਾਜ ਆ ਉਹਨੂੰ ਬੈਟਰ ਕੀਤਾ ਜਾਵੇ,
ਡੈਫੀਨਿਟਲੀ ਜੀ ਇਸੇ ਤਾਂ ਅਸੀਂ ਜਦੋਂ ਤੋਂ ਸ਼ੁਰੂ ਕੀਤਾ ਪ੍ਰੋਗਰਾਮ ਉਦੋਂ ਤੋਂ ਚੱਲ ਰਿਹਾ ਇਹੀ ਟੌਪਿਕ ਚੱਲ ਰਿਹਾ ਇਸੇ 'ਤੇ ਇਹੀ ਡਿਸਕਸ਼ਨ ਚੱਲ ਰਹੀ ਸਾਰੀ ਔਰ 3 ਵਾਰੀ ਮੇਰੀ ਵਾਰੀ ਆਈ 3 ਵਾਰੀ ਮੈਂ ਇਹੀ ਕੁਛ ਕਿਹਾ ਬਈ ਜਿਸ ਸਟੇਜ 'ਤੇ ਅਸੀਂ ਹੁਣ ਪਹੁੰਚੇ ਪਏ ਹਾਂ ਅਤੇ ਆ ਜਿਹੜਾ ਘਟਨਾ ਵਾਪਰੀ ਹੈ ਇਹ ਇਸ ਚੀਜ਼ ਨੂੰ ਦਰਸਾਉਂਦੀ ਹੈ ਕਿ ਇੱਥੇ ਹੁਣ ਸਰਕਾਰ ਥੋੜ੍ਹੀ ਜਿਹੀ ਐਕਟਿਵ ਹੋਵੇ ਅਤੇ ਜਿਹੜੇ ਐਲੀਮੈਂਟਸ ਇਹਨਾਂ ਗੱਲਾਂ ਨੂੰ ਉਤਸ਼ਾਹ ਕਰ ਰਹੇ ਨੇ ਉਹਨਾਂ ਨੂੰ ਨੱਥ ਪਾਵੇ ਅਤੇ ਕੈਨੇਡੀਅਨ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾ ਕੇ ਰੱਖੇ ਇਹ ਹੁਣ ਕੈਨੇਡੀਅਨ ਗੌਰਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਪੋਲੀਟੀਸ਼ੀਅਨਾਂ ਦੀ ਕਿ ਜਿਵੇਂ ਪਹਿਲਾਂ ਗੱਲ ਕੀਤੀ ਆ ਜਿਹੜੀਆਂ ਦੇਖੋ ਦੋ ਦੂਸਰੀਆਂ ਵੀ ਮੈਂ ਇਹ ਕਹਿੰਦਾ ਵੀ ਕਿਉਂਕਿ ਸਰਕਾਰ ਨੇ ਇੱਕ ਚੀਜ਼ ਜ਼ਰੂਰ ਕਹੀ ਹੋਈ ਆ ਜਿਹੜਾ ਵਿਜ਼ਟਰ ਵੀਜ਼ੇ 'ਤੇ ਆਉਂਦਾ ਆ ਉਹਨੂੰ ਕੋਈ ਵੀ ਰੈਲੀ ਕਰਨ ਦੀ ਇਜਾਜ਼ਤ ਗੌਰਮੈਂਟ ਨਹੀਂ ਦਿੰਦੀ ਜਾਂ ਤਾਂ ਉਹ ਪੋਲੀਟੀਕਲ ਵਨ ਸੈਕ ਮੇਰਾ ਇੱਕੋ ਕੁਐਸਚਨ ਹੈ ਪਹਿਲੇ ਦਿਨ ਤੋਂ ਹਾਂਜੀ ਕੋਵਿਡ-19 ਹੈ ਹਾਂਜੀ 22,000 ਸਾਡੀਆਂ ਡੈਥਸ ਹੋ ਚੁੱਕੀਆਂ ਨੇ ਸਾਡੇ ਤੋਂ ਵਿਛੜ ਚੁੱਕੇ ਨੇ ਘਰ ਰਹਿਣ ਦੇ ਆਰਡਰ ਨੇ ਜੀ ਆ ਰੈਲੀਆਂ ਕਿਹੜੀ ਐਮਰਜੈਂਸੀ ਕੈਨੇਡਾ ਵਿੱਚ ਆ ਗਈ ਸੀ ਜਿਹੜੇ ਗੌਰਮੈਂਟ ਦੇ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਇਹਨਾਂ ਨੂੰ ਰੈਲੀਆਂ ਕਰਨ ਦੀ ਇਜਾਜ਼ਤ ਦੇ ਰਿਹਾ ਕਿਉਂ ਦੇ ਰਹੇ ਨੇ ਕਾਹਦੇ ਲਈ ਦੇ ਰਹੇ ਨੇ ਇਹ ਪਾੜਾ ਕਮਿਊਨਿਟੀਆਂ ਵਿੱਚ ਰੈਲੀਆਂ ਨੂੰ ਇਜਾਜ਼ਤਾਂ ਦੇ ਕੇ ਕਿਉਂ ਪਵਾ ਰਹੇ ਨੇ ਮੇਰਾ ਸਵਾਲ ਉਹ ਹੈ ਇਸ ਕਰਕੇ ਰੈਲੀਆਂ ਬੰਦ ਹੋਣੀਆਂ ਚਾਹੀਦੀਆਂ ਨੇ ਜਿੰਨਾ ਚਿਰ ਕੋਵਿਡ-19 ਗ੍ਰੀਨ ਸਿਗਨਲ ਨਹੀਂ ਹੁੰਦਾ ਸਾਫ਼ ਸੁਥਰਾ ਹੋ ਗਿਆ ਬਿਲਕੁਲ ਜੀ ਬਿਲਕੁਲ ਵੈਰੀ ਸਿੰਪਲ ਦੋ ਕਾਲ ਲੈ ਲੈਣੇ ਜੀ ਡੈਫੀਨੇਟਲੀ ਬਾਕੀ ਪੈਨਲ ਮੈਂਬਰਸ ਦੇ ਵੀ ਸਾਰਿਆਂ ਦੇ ਵਿਚਾਰ ਕਿਉਂਕਿ ਲਾਈਨਾਂ ਸਾਰੀਆਂ ਫਲੈਸ਼ ਕਰ ਰਹੀਆਂ ਇੱਕ ਦੋ ਕਾਲਾਂ ਲੈ ਕੇ ਹਾਂਜੀ ਜੇ ਕਿਸੇ ਦਾ ਵੀ ਡਾਇਰੈਕਟ ਸਵਾਲ ਹੈ ਪੈਨਲ ਮੈਂਬਰਸ ਨੂੰ ਬੇਨਤੀ ਹੈ ਕਿ ਆਪੋ ਆਪਣਾ ਸਵਾਲ ਨੋਟ ਜ਼ਰੂਰ ਕਰ ਲਓ ਹਾਂਜੀ ਹਾਂਜੀ ਨੈਕਸਟ ਕਾਲ ਜੀ ਚੈਨਲ ਵਾਈ 'ਤੇ ਸਵਾਗਤ ਹੈ ਜੀ ਹੈਲੋ ਹਾਂਜੀ ਚੈਨਲ ਵਾਈ 'ਤੇ ਸਵਾਗਤ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਸੰਗਾ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਸੀਂ ਹੇਰ ਤੇ ਹਾਂਜੀ ਆਪਣੇ ਵਿਰਕ ਸਾਹਿਬ ਨੂੰ ਹੀ ਸਵਾਲ ਆ ਮਤਲਬ ਕਿ ਦੇਖੋ ਆਪਾਂ ਰਿਸਪੈਕਟ ਨਾਲ ਹੀ ਗੱਲ ਕਰਨੀ ਹੈ ਸਾਰਿਆਂ ਨਾਲ ਹਾਂਜੀ ਤੇ ਇਹ ਕੁਐਸਚਨ ਦਾ ਆਨਸਰ ਗੋਲ ਮੋਲ ਹੁਣ ਦੇਣ ਦੇ ਨੇ ਵੀ ਬੈਟਰ ਟੁਗੈਦਰ ਤੁਸੀਂ ਲਿਖ ਕੇ ਪਿੱਛੇ ਬੈਟਰ ਟੁਗੈਦਰ ਤੁਸੀਂ ਕੁਛ ਕਰ ਨਹੀਂ ਰਹੇ ਅਸੀਂ ਚਲੋ ਠੀਕ ਹੈ ਜੀ ਤੁਸੀਂ ਆਪਣਾ ਠੀਕ ਹੈ ਅਸੀਂ ਨਹੀਂ ਕਰ ਰਹੇ ਤੁਸੀਂ ਦੱਸੋ ਨਾ ਬਈ ਤੁਸੀਂ ਕੀ ਕਰ ਰਹੇ ਹੋ ਹਾਂਜੀ ਮੈਂ ਦੱਸਦਾ ਵਾਂ ਮੈਂ ਬੈਟਰ ਟੂ ਵੇਖੋ ਭਾਜੀ ਸੁਖਵਿੰਦਰ ਭਾਜੀ ਬੈਟਰ ਟੂ ਗੈਦਰ ਵਿੱਚ ਨਾ ਕੱਟਿਓ ਫਿਰ ਨਹੀਂ ਜੀ ਤੁਸੀਂ ਕੱਟ ਦਿੰਦੇ ਜੇ ਨਾ ਸੁਖਵਿੰਦਰ ਭਾਜੀ ਬੈਟਰ ਟੂ ਗੈਦਰ ਵਿੱਚ ਅਸੀਂ ਡਿਸਕਸ਼ਨ ਹੀ ਕਰ ਸਕਦੇ ਹਾਂ ਨਾ ਕੱਟੋ ਨਾ ਫਿਰ ਗੱਲ ਤੇ ਸੁਣੋ ਮੇਰੀ ਹਾਂਜੀ ਓਕੇ ਜੀ ਕਰੋ ਹਾਂਜੀ ਕਰੋ ਬਰੀਫ ਚ ਹਾਂਜੀ ਹਾਂਜੀ ਦੇਖੋ ਵਿਰਕ ਸਾਹਿਬ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਅੱਜ ਨਹੀਂ ਜੀ ਭਾਜੀ ਇੱਕ ਚੀਜ਼ ਵੀਰੇ ਤੁਸੀਂ ਆਪਣੇ ਵਿਚਾਰ ਰੱਖੋ ਜਵਾਬ ਵਿਰਕ ਸਾਹਿਬ ਬਾਅਦ ਚ ਅਸੀਂ ਲੈ ਲਵਾਂਗੇ ਸਾਰੇ ਤੁਸੀਂ ਆਪਣੇ ਵਿਚਾਰ ਦਿਓ ਤੁਸੀਂ ਉਹ ਜਿਹੜੇ ਪਿੰਨ ਪੁਆਇੰਟ ਕਰਕੇ ਵਿਰਕ ਸਾਹਿਬ ਇਹਦਾ ਜਵਾਬ ਦੇ ਦਿਓ ਇਹਦਾ ਜਵਾਬ ਦੇ ਦਿਓ ਫਿਰ ਤੁਸੀਂ ਨਹੀਂ ਫਿਰ ਤੁਸੀਂ ਮੇਰੀ ਗੱਲ ਤੇ ਵਿਰਕ ਸਾਹਿਬ ਨਾਲ ਕਰਾਉਂਦੇ ਨਹੀਂ ਹੈਗੇ ਵਿਰਕ ਸਾਹਿਬ ਨੇ ਗੱਲ ਦਿੰਦੇ ਜੇ ਚਲੋ ਤੁਸੀਂ ਕਿਹੜੇ ਸਾਹਿਬ ਦੇ ਨਾਲ ਤੁਸੀਂ ਹੋਸਟ ਜੇ ਵੈਸੇ ਤਾਂ ਮੈਨੂੰ ਦੱਸੋ ਓਕੇ ਜੀ ਤੁਸੀਂ ਆਪਣੇ ਜੋਧਵੀਰ ਜੀ ਨਹੀਂ ਇਦਾਂ ਕਰਦੇ ਹੈਗੇ ਓਕੇ ਤੁਸੀਂ ਆਪਣੀ ਗੱਲ ਰੱਖੋ ਜੀ ਤੁਸੀਂ ਆਪਣੀ ਗੱਲ ਰੱਖੋ ਵਿਰਕ ਸਾਹਿਬ ਬਾਅਦ ਚ ਜਵਾਬ ਦੇਣਗੇ ਜੀ ਤੁਸੀਂ ਆਪਣੀ ਗੱਲ ਕੰਪਲੀਟ ਕਰਕੇ ਉਹਨਾਂ ਦਾ ਜਵਾਬ ਆਫ ਦੀ ਈਅਰ ਸੁਣਨਾ ਪੈਣਾ ਜੀ ਹਾਂਜੀ ਨਹੀਂ ਆਫ ਦੀ ਈਅਰ ਕਿਉਂ ਸੁਣਾ ਮੈਂ ਆਨ ਦੀ ਈਅਰ ਸੁਣਗਾ ਉਹਨਾਂ ਦੇ ਆਫ ਦੀ ਈਅਰ ਕਿਉਂ ਮੈਂ ਸੁਣਾ ਓਕੇ ਚਲੋ ਠੀਕ ਹੈ ਜੀ ਫਿਰ ਗੱਲ ਕਰੋ ਤੁਸੀਂ ਕੱਲ ਹਾਂਜੀ ਗੱਲ ਕਰੋ ਜੀ ਤੁਸੀਂ ਜਿਹੜਾ ਹੈ ਤੋਂ ਹਾਂਜੀ ਵਿਰਕ ਸਾਹਿਬ ਜੀ ਥੈਂਕ ਯੂ ਤੁਹਾਡਾ ਮੈਨੂੰ ਜੋ ਟਾਈਮ ਦੇਣ ਲਈ ਪਹਿਲੀ ਗੱਲ ਤੇ ਇਹ ਨਾਲ ਰਿਸਪੈਕਟ ਹੈ ਤੁਹਾਡੀ ਆਪਾਂ ਹਮੇਸ਼ਾ ਤੁਹਾਡੇ ਨਾਲ ਰਿਸਪੈਕਟ ਨਾਲ ਗੱਲ ਕਰੀਦੀ ਆ ਤੇ ਵੇਖੋ ਇਹਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈਗੀ ਆਪਾਂ ਕਿ ਜਿਹੜੀ ਆਪਣੀ ਕਿਸਾਨ ਅੰਦੋਲਨ ਚੱਲ ਰਿਹਾ ਇਸ ਵੇਲੇ ਕਿਸਾਨ ਅੰਦੋਲਨ ਨੂੰ ਤੁਸੀਂ ਕਿਸ ਤਰ੍ਹਾਂ ਲੈ ਰਹੇ ਜੇ ਤੁਸੀਂ ਕਿਉਂ ਉਹਨਾਂ ਨੂੰ ਕਹਿ ਰਹੇ ਜੇ ਵੀ ਜਿਹੜੇ ਕਿਸਾਨ ਨੇ ਉਹ ਗਲਤ ਨੇ ਕਿਸਾਨ ਗਲਤ ਕਿਹੜੇ ਵੇਲੇ ਮੈਂ ਕਿਸਾਨਾਂ ਨੂੰ ਗਲਤ ਕਿਹਾ ਤੁਸੀਂ ਉਹ ਜਿਹੜੀ ਕਹਿੰਦੇ ਵੀ ਮੈਂ ਕਿਹਾ ਉਹ ਪਾਰਟਿਸਿਪੇਟ ਕਿਉਂ ਕਰਦੇ ਪਏ ਨੇ ਬਿਲਕੁਲ ਮੈਂ ਸਾਫ ਸੁਥਰੀ ਗੱਲ ਕੀਤੀ ਹੈ ਕਿ ਮੇਰੇ ਵਿਚਾਰ ਵਿੱਚ ਉਹਨਾਂ ਨੂੰ ਸਰਕਾਰ ਨਾਲ ਕਿਸਾਨਾਂ ਨੂੰ ਕਨਫਰੰਟੇਸ਼ਨ ਡਾਇਰੈਕਟ ਵਿੱਚ ਨਹੀਂ ਆਉਣਾ ਚਾਹੀਦਾ ਇਹ ਮੇਰੇ ਪਰਸਨਲ ਵਿਚਾਰ ਨੇ ਜਾਤੀ ਵਿਚਾਰ ਨੇ ਜੇਕਰ ਉਹ ਉੱਥੇ ਬੈਠੇ ਉੱਥੇ ਦੇ ਹਾਲਾਤ ਨੂੰ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਉਹ ਸਰਕਾਰ ਦੇ ਨਾਲ ਕਿਸ ਲੈਵਲ ਤੱਕ ਨੇ ਸਰਕਾਰ ਕਿਸ ਤਰ੍ਹਾਂ ਸੋਚਦੀ ਪਈ ਹੈ ਕਿ ਉਹ ਉਹਨਾਂ ਨਾਲ ਹੱਲ ਕਰਨਾ ਚਾਹੁੰਦੀ ਹੈ ਕਿ ਨਹੀਂ ਚਾਹੁੰਦੀ ਇਸ ਨੂੰ ਲੰਮਾ ਪਾਉਣਾ ਚਾਹੁੰਦੀ ਇਹ ਮੁੱਦੇ ਨੂੰ ਕਿਉਂਕਿ 26 ਜਨਵਰੀ ਤੋਂ ਬਾਅਦ 1.5 ਮਹੀਨਾ ਲੰਘ ਗਿਆ ਕਿਸਾਨਾਂ ਨੂੰ ਅਜੇ ਤੱਕ ਕੋਈ ਵੀ ਇਨਵੀਟੇਸ਼ਨ ਨਹੀਂ ਆਈ ਗੱਲਬਾਤ ਦੀ ਹੋ ਸਕਦਾ ਉਹ ਸਾਰੇ ਹਾਲਾਤ ਨੂੰ ਮੱਦੇਨਜ਼ਰ ਰੱਖ ਕੇ ਕਿਸਾਨਾਂ ਨੇ ਫੈਸਲਾ ਕਰ ਲਿਆ
कि सानू नहीं लगता कि गौरमेंट साड़ा पक्ष पूरेगी या साड़े नाल गल करेगी। साड़े ले यही बैटर है कि असी लंबी जदोजहद लई तैयार होइए ते इन्हां नू कन्फ्रंट करिए ते इन्हां दे खिलाफ जाके इलैक्शनां दे विच प्रचार करिए। तो उह तुर पए ने, मैनू इहदे नाल कोई इतराज़ नहीं। मैनू तो मैं तो अपनी सोच इत्थे बैठे ने दसी है भी जे सरकार गलबात करन लई आउंदी पई है जां आउंदी पई सी ते आपां उहनां नाल सरकार नाल सीधी लड़ाई लैके मसला हल नहीं करांगे, सगों उहदे विच लिखा दिओ बिरक साहब, बाद च जवाब दे दोगे जदों उहनां दी टर्म आऊगी, क्योंकि पैनल दे उत्ते 6 मैंबर होर है जी साडे नाल। हांजी ਤੁਸੀਂ ਕੁਐਸਚਨ ਲਗਾ ਦਿਓ, ਸਾਰੇ ਸਾਰੇ ਸਾਰਿਆਂ ਨੂੰ ਹੀ ਪੁੱਛ ਲਓ ਫਿਰ ਇਹਨਾਂ ਬਾਰੇ, ਕਿਸਾਨਾਂ ਅੰਦੋਲਨ ਬਾਰੇ, ਇਹਨਾਂ ਸਾਰੇ ਜਿਹੜੇ ਸਾਡੇ ਪੈਨਲ ਨੇ ਇਹਨਾਂ ਦੇ ਕੀ ਵਿਚਾਰ ਨੇ? ਸਾਰਿਆਂ ਦੇ ਹੋ ਚੁੱਕੇ ਜੀ, ਤੁਸੀਂ ਪ੍ਰੋਗਰਾਮ ਲੇਟ ਟਿਊਨ ਇਨ ਕੀਤਾ ਜੀ, ਫਿਰ ਇਹਦਾ ਮਤਲਬ ਕਿਉਂਕਿ ਅੱਜ ਮੁੱਦਾ ਹੀ ਕਿਸਾਨ ਅੰਦੋਲਨ ਦੇ ਉੱਤੇ ਵਿਚਾਰਾਂ ਦਾ ਤੇ ਉਹਨਾਂ ਦੇ ਇੰਪੈਕਟਸ ਦਾ ਹੀ ਚੱਲ ਰਿਹਾ ਜੀ, ਫਿਰ ਤੁਸੀਂ ਹਾਂਜੀ ਜਿਹੜਾ ਪ੍ਰੋਗਰਾਮ ਇਹਦਾ ਮਤਲਬ ਲੇਟ ਸ਼ੁਰੂ ਕੀਤਾ ਜੀ। ਹਾਂਜੀ ਨੈਕਸਟ ਕਾਲ ਜੀ, ਬਰੀਫ ਦੇ ਵਿੱਚ ਰੱਖਣਾ ਜੀ। ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲਦੇ ਜੀ? ਮੈਂ ਕੁਲਜੀਤ ਜੋਰ ਬੋਲਦਾ ਜੀ। ਹਾਂਜੀ ਹਾਂਜੀ, ਤੇ ਮੈਂ ਹੁਣੇ ਹੀ ਲਾਇਆ ਵੈਸੇ ਟੀਵੀ ਤੇ, ਉਹਨਾਂ ਨੂੰ ਥੋੜੀ ਦੇਰੀ ਹੋਈ ਕੀਤਾ। ਹਾਂਜੀ, ਪਰ ਮੈਂ ਵਿਰਕ ਸਾਹਿਬ ਦੀ ਇਸ ਗੱਲ ਦੇ ਬਾਰੇ ਨਾਲ ਬਿਲਕੁਲ ਸਹਿਮਤ ਨਹੀਂ ਜੀ। ਠੀਕ ਹੈ ਜੀ, ਜਦੋਂ ਇੰਨੀ ਦੇਰ ਦੇ ਕਿਸਾਨ ਬੈਠੇ ਆ, ਇੰਨੇ ਬੰਦੇ ਮਰ ਗਏ ਆ, ਗਵਰਨਮੈਂਟ ਨੇ ਹੁਣ ਤੱਕ ਉਹਨਾਂ ਦਾ ਕੋਈ ਬਾਤ ਨੀ ਪੁੱਛੀ, ਤੇ ਜਿੱਦਾਂ ਇਹ ਕਹਿ ਰਹੇ ਆ ਜੀ ਉਹਨਾਂ ਨਾਲ ਸਿੱਧਾ ਮੱਥਾ ਕਿਉਂ ਲਾਉਂਦੇ ਹੋ, ਤਾਂ ਮੇਰਾ ਇਹਨਾਂ ਨੂੰ ਇੱਕ ਸਵਾਲ ਆ ਵੀ ਤੁਸੀਂ ਜਵਾਬ ਦੇ ਦਿਓ, ਹੋਰ ਕਿਸਾਨ ਉੱਤੋਂ ਕੀ ਕਰਨ? ਠੀਕ ਹੈ, ਜੋ ਉਹ ਅੱਗੋਂ ਕੋਈ ਗੌਰਮੈਂਟ ਉਹਨਾਂ ਨੂੰ ਕੋਈ ਜਵਾਬ ਨਹੀਂ ਦੇ ਰਹੀ, ਕੋਈ ਕੁਛ ਨਹੀਂ ਕਰ ਰਹੀ, ਉਹ ਵਿਚਾਰੇ ਉੱਥੇ ਘਰ ਬਾਰ ਛੱਡ ਕੇ ਬੈਠੇ ਆ, ਤੇ ਹੋਰ ਉਹ ਕੀ ਕਰਨ? ਠੀਕ ਹੈ, ਉਹਨਾਂ ਕੋਲ ਹੋਰ ਚੋਇਸ ਵੀ ਕੀ ਆ ਕਿਸਾਨਾਂ ਕੋਲ? ਉੱਥੇ ਜੋ ਉਹਨਾਂ ਦੇ ਹੱਥ ਲੱਗੂਗਾ ਉਹ ਉੱਥੇ ਬੈਠੇ ਬਿਠਾਏ ਕੁਛ ਨਾ ਕੁਛ ਕਰਨਗੇ। ਠੀਕ ਹੈ, ਇਹ ਸੋਚ ਵਿਰਕ ਸਾਹਿਬ ਨੂੰ ਚਾਹੀਦੀ ਆ। ਮੈਨੂੰ ਇਹਨਾਂ ਦੀ ਗੱਲ ਤੇ ਬਹੁਤ ਜ਼ਿਆਦਾ ਇਤਰਾਜ਼ ਆ। ਠੀਕ ਹੈ, ਜਿਹੜੀ ਇਹ ਗੱਲ ਕਰ ਰਹੇ ਆ, ਕਿਹੜੀ ਸੋਚ ਨਾਲ ਗੱਲ ਕਰ ਰਹੇ ਆ ਵੀ ਕਿਸਾਨ ਤਾਂ ਇਹ 6-7 ਮਹੀਨੇ ਦੇ ਬੈਠੇ ਆ ਉੱਥੇ। ਠੀਕ ਹੈ, ਹੋਰ ਇਦੋਂ ਵੱਧ ਉਹ ਕੀ ਕਰਨਗੇ? ਆ ਗਿਆ ਜੀ ਵਿਚਾਰ, ਇੰਨਾ ਹੀ ਕਹਿਣਾ ਜੀ। ਥੈਂਕ ਯੂ, ਥੈਂਕ ਯੂ ਜੀ ਬਿਰਕ ਸਾਹਿਬ। ਬਾਅਦ ਦੇ ਵਿੱਚ ਭਾਜੀ, ਮੈਂ ਦੇਖੋ ਇਹ ਹਰੇਕ ਦੇ ਆਪਣੇ ਵਿਚਾਰ ਨੇ, ਵਿਰਕ ਸਾਹਿਬ ਦੇ ਆਪਣੇ, ਮੇਰੇ ਵਿਚਾਰ ਸੀ ਉਹਨਾਂ ਨੂੰ ਜਾਣਾ ਚਾਹੀਦਾ, ਤੁਸੀਂ ਮੇਰੇ ਵਿਚਾਰ ਨੋਟ ਨਹੀਂ ਕੀਤੇ, ਵਿਰਕ ਸਾਹਿਬ ਦੇ ਫੜ ਲੈ। ਮੈਂ ਡੇ 1 ਤੋਂ ਇਹ ਕਹਿੰਦਾ ਵੀ ਜਿੱਥੇ ਜਿੱਥੇ ਇਲੈਕਸ਼ਨ ਆਉਂਦੀ ਆ, ਕਿਸਾਨਾਂ ਨੂੰ ਜਾ ਕੇ ਬਾਕੀ ਦੇ ਕਿਸਾਨਾਂ ਨੂੰ ਨਾਲ ਹਾਂਜੀ ਜਾਗਰੂਕ ਕਰਨਾ ਚਾਹੀਦਾ, ਇਹ ਮੇਰੇ ਆਪਣੇ ਵਿਚਾਰ ਨੇ। ਸੰਘਾ ਸਾਹਿਬ, ਇੱਥੇ ਮੈਂ ਡਿਫਰ ਕਰ, ਇੱਥੇ ਰੌਲਾ ਹੈ, ਇੱਥੇ ਹੀ ਰੌਲਾ। ਇੱਕ ਮਿੰਟ ਜੀ, ਦੋਨੇ ਮੇਰਾ ਮਤਲਬ, ਮੈਂ ਇਹ ਜਦੋਂ ਸ਼ੁਰੂ ਹੋਈ ਸੀ ਗੱਲ ਉੱਥੇ ਇਲੈਕਸ਼ਨ ਜਾਣ ਦੀ, ਹਾਂਜੀ ਉਦੋਂ ਗੱਲ ਇਹੀ ਸੀ ਹਾਂਜੀ ਕਿ ਪ੍ਰਚਾਰ ਕਰਨ ਲਈ ਜਾਣਾ, ਹਾਂਜੀ ਪ੍ਰਚਾਰ ਕਰਨ ਲਈ, ਵੀ ਕਿਸੇ ਲਈ ਵੋਟ ਨਹੀਂ ਮੰਗਣੀ। ਹਾਂਜੀ, ਹੁਣ ਜਦੋਂ ਇਹ ਸਿੱਧੀ ਕਹਿ ਰਹੇ ਨੇ ਵੀ ਅਸੀਂ ਬੀਜੇਪੀ ਦੇ ਖਿਲਾਫ, ਹਾਂਜੀ ਪਬਲਿਕ ਨੂੰ ਕਹਿਣਾ ਕਿ ਜਿਹਨੂੰ ਮਰਜ਼ੀ ਵੋਟ ਪਾਓ ਪਰ ਬੀਜੇਪੀ ਨੂੰ ਨਾ ਪਾਓ, ਹਾਂਜੀ ਬੀਜੇਪੀ ਦਾ ਨਾਂ ਲੈਣਾ, ਹਾਂਜੀ ਉਹ ਮੇਰਾ ਇਤਰਾਜ਼ ਹੈ। ਠੀਕ ਹੈ ਜੀ, ਹਾਂਜੀ ਆਜ਼ਾਦ ਸਾਹਿਬ। ਹਾਂਜੀ, ਟੌਪਿਕ ਆਪਣਾ, ਬੇਸਿਕਲੀ ਟੌਪਿਕ ਆਪਣਾ ਵੀ ਆਪਾਂ ਕੈਨੇਡਾ ਨੂੰ ਕਿਸ ਤਰ੍ਹਾਂ ਇੱਕ ਸਾਫ਼ ਸੁਥਰੀ ਕੰਟਰੀ ਸਿਸਟਮ ਇਹਨੂੰ ਬਣਾ ਕੇ ਰੱਖੀਏ ਜੀ। ਆਪਾਂ ਅਗਰ ਉਸ ਵਿੱਚ ਨਾ ਜਾਈਏ ਉੱਥੇ ਬਾਰੇ, ਇੱਥੇ ਬਾਰੇ ਥੋੜ੍ਹਾ ਸਾ ਜ਼ਿਆਦਾ ਗੱਲ ਕਰੀਏ, ਕਿਉਂਕਿ ਪ੍ਰੋਬਲਮ ਆਪਾਂ ਗੁੱਡ ਪੁਆਇੰਟ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਬੈਟਰ ਹੋਊਗਾ, ਡੈਫੀਨੇਟਲੀ ਜੀ। ਮੁੱਦੇ ਦੇ ਉੱਤੇ ਹਾਂਜੀ ਰਹਿੰਦੇ ਹਾਂ ਜੀ, ਔਰ ਮੁੱਦਾ ਅੱਜ ਦਾ ਸਾਡਾ ਇਹ ਆ ਬਈ ਅਸੀਂ ਕੈਨੇਡਾ ਨੂੰ ਬੈਟਰ ਪਲੇਸ ਕਿਵੇਂ ਬਣਾ ਸਕਦੇ ਹਾਂ। ਯਾ ਪੱਗੀ, ਮੈਂ ਅਸੀਂ ਹਾਂਜੀ ਹਾਂਜੀ ਸਾਡੀ ਕਿਸਾਨ ਮੂਵਮੈਂਟ ਦੀ ਜਿਹੜੀ ਗੱਲ ਕਰਦੇ ਨਾ, ਮੈਂ ਵਿਰਕੁਣਾ ਨਾਲ ਬਿਲਕੁਲ ਨਹੀਂ ਸਹਿਮਤ ਇਸ ਚੀਜ਼ 'ਤੇ। ਠੀਕ ਹੈ ਜੀ, ਹਰੇਕ ਦੇ ਆਪਣੇ ਵਿਚਾਰ ਨੇ। ਉਹਨਾਂ ਨੂੰ ਇਹ ਨਹੀਂ ਜਾਣਾ ਚਾਹੀਦਾ ਸੀ, ਕਿਉਂ ਆਪਾਂ ਅਗਰ ਦੋ ਤਿੰਨ ਪ੍ਰੋਗਰਾਮ ਪਹਿਲਾਂ ਦੀ ਆਪਾਂ ਅਗਰ ਰੈਫਰੈਂਸ ਦਈਏ, ਹਾਂਜੀ ਆਪਾਂ ਉਸ ਵੇਲੇ ਡਿਸਕਸ ਕਰਦੇ ਸੀ ਕਿ ਜਦੋਂ ਹੁਣ ਗੌਰਮੈਂਟ ਨੇ ਨਾ ਉਹਨਾਂ ਨੂੰ ਕੋਈ ਡੇਟ ਦਿੱਤੀ, ਜਿਹੜੀ 11 ਮੀਟਿੰਗਾਂ ਕੀਤੀਆਂ ਉਹ ਤੋਂ ਬਾਅਦ ਕੁਛ ਨਹੀਂ ਕੀਤਾ ਕਰਾਇਆ, ਉਹਨਾਂ ਵਾਸਤੇ ਅਗਲਾ ਸਟੈਪ ਕਿਆ ਹੋਊਗਾ ਉਹਨਾਂ ਦੀ ਸਟ੍ਰੈਟਜੀ? ਕਿਉਂਕਿ ਗੌਰਮੈਂਟ ਦੀ ਸਟ੍ਰੈਟਜੀ ਇਹ ਆ ਕਿ ਇਸ ਅੰਦੋਲਨ ਨੂੰ ਲੰਬਾ ਕੀਤਾ ਜਾਵੇ ਔਰ ਇਹਦੇ ਵਿੱਚ ਫੁੱਟ ਪਾਈ ਜਾਵੇ, ਇਹਨੂੰ ਖਤਮ ਕੀਤਾ ਜਾਵੇ, ਇਹਨੂੰ ਖਰਾਬ ਕੀਤਾ ਜਾਵੇ। ਇਹ ਗੌਰਮੈਂਟ ਦੀ ਸਟ੍ਰੈਟਜੀ ਹੈ, ਦੇਣਾ ਲੈਣਾ ਕੁਛ ਨਹੀਂ ਬਈ, ਤੁਹਾਨੂੰ ਅਸੀਂ ਜੇ ਕਿਹਾ ਸੀ ਜੇ ਮੰਨਣਾ ਤਾਂ ਮੰਨ ਲਓ, ਨਹੀਂ ਤੁਹਾਡੀ ਮਰਜ਼ੀ। ਹੁਣ ਕਿਸਾਨਾਂ ਦੇ ਕੋਲ ਕੋਈ ਦੂਜਾ ਆਲਟਰਨੇਟਿਵ ਨਹੀਂ ਹੈ, ਉਹਨਾਂ ਨੂੰ ਆਪਣੀ ਸਟ੍ਰੈਟਜੀ ਬਣਾ ਕੇ ਸਾਰਾ ਕਰਨਾ ਪਏਗਾ ਔਰ ਆਪਣੀ ਸਟ੍ਰੈਟਜੀ ਤਹਿਤ ਔਰ ਬਹੁਤ ਹੀ ਸਿਆਣਪ ਦੇ ਨਾਲ
नॉन वायलेंट बहुत ही सियाणप दे नाल वो सारा ये मूवमेंट नू इंडिया दे विच पूरा खाली बंगाल की गल नहीं उन्हें वो तमिलनाडु भी चले गए ऑलरेडी उत्थे साइकिल रैली उन्हें स्टार्ट हो गई हालांकि गवर्नमेंट ने उत्थे रुकवाती है वो तो दे आर वर्किंग ऑन ए स्ट्रैटेजी और बिल्कुल सही वो कह रहे हो किसी किसी वास्ते वोट नहीं मंग रहे हो लेकिन वो ये कह रहे हैं कि बीजेपी गवर्नमेंट नू वोट नहीं बीजेपी वाले बंदे नू वोट नहीं पानी क्योंकि बेसिकली बीजेपी की ही गवर्नमेंट हैगी सेंटर जिहड़ी कि कानून लैके आई है जिहड़े के अफेक्ट कर रहे सारे असीं इहदे ते दो प्रोग्राम कीते सी इसे चीज़ के उत्ते कि अगली स्ट्रैटेजी की होनी चाहिए तुसीं भी बिल्कुल आई एग्री विद दैट मैं इस चीज़ की फेवर करता सी कि उन्हां नूं किसानां नूं बिल्कुल जिहड़ियां स्टेट्स दे मेरे अपने निजी विचार है ਉਹਦੇ ਨਾਲ ਸਹਿਮਤ ਹੋਣਾ ਸਾਡੇ ਪੈਨਲ ਮੈਂਬਰਸ ਦਾ ਵੀ ਜਾਂ ਸਾਡੇ ਕਾਲਰਸ ਦਾ ਹਰੇਕ ਨੂੰ ਇਹੀ ਤਾਂ ਡੈਮੋਕ੍ਰੇਸੀ ਕਿਸਾਨਾਂ ਕੋਲ ਕੋਈ ਚਾਰਾ ਹੀ ਨਹੀਂ ਰਿਹਾ ਰਾਈਟ ਹਰੇਕ ਦੀ ਆਪਣੀ ਆਪਣੀ ਦੂਸਰੀ ਆ ਪਰ ਅੱਜ ਦਾ ਸਾਡਾ ਜਿਹੜਾ ਮੁੱਦਾ ਆ ਉਹ ਇਹ ਹੈਗਾ ਵੀ ਅਸੀਂ ਕੈਨੇਡਾ ਨੂੰ ਬੈਟਰ ਪਲੇਸ ਕਿੱਦਾਂ ਬਣਾਉਣਾ ਸੰਗਤ ਸਾਹਿਬ ਇਹ ਕਹਿਣਾ ਚਾਹੁੰਦਾ ਵੀ ਦੇਖੋ ਆਪਣਾ ਟੋਪਿਕ ਥੋੜ੍ਹਾ ਸਾ ਡਿਫਰੈਂਟ ਆ ਹਾਂਜੀ ਤੋ ਅਗਰ ਆਪਾਂ ਆਪਣੇ ਟੋਪਿਕ ਤੇ ਰਹਿ ਕੇ ਹਾਂਜੀ ਆਪਾਂ ਇੱਥੇ ਦੀ ਗੱਲ ਕਰੀਏ ਵੀ ਆਪਾਂ ਇਸ ਤਰ੍ਹਾਂ ਜੋ ਇਹ ਸਿਚੁਏਸ਼ਨ ਆਈ ਹੈ ਬਈ ਇਹ ਨਹੀਂ ਆਣੀ ਚਾਹੀਦੀ ਆਪਾਂ ਨੂੰ ਕਿਸ ਤਰ੍ਹਾਂ ਇੱਥੇ ਵਧੀਆ ਮਾਹੌਲ ਪੈਦਾ ਕਰਨਾ ਚਾਹੀਦਾ ਕਿ ਅਸੀਂ ਇਕੱਠੇ ਰਹੀਏ ਚਲੋ ਕਾਲਰ ਦਾ ਜੇ ਤੁਸੀਂ ਵੀ ਜਵਾਬ ਦੇਣਾ ਚਾਹੋ ਤੁਸੀਂ ਕੀ ਸੋਚਨੇ ਕਿਸਾਨਾਂ ਨੂੰ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਮੈਂ ਇਸ ਮੁੱਦੇ ਪਰ ਨਹੀਂ ਬੋਲਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੂੰਗਾ ਦੇਖੋ ਅਸੀਂ ਰੈਲੀ ਕੱਢਦੇ ਹਾਂ ਇੱਥੇ ਹਾਂਜੀ ਐਂਟੀ ਹੋ ਜਾਂ ਪ੍ਰੋ ਹੋ ਜਿਹੜੀ ਮਰਜ਼ੀ ਰੈਲੀ ਜੀ 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 ਆਪਾਂ ਨੂੰ ਪਤਾ ਹੈ ਕਿ 24 ਮਾਰਚ ਨੂੰ ਇੱਥੇ ਬਜਟ ਆਉਣਾ ਓਨਟੈਰੀਓ ਦਾ ਆਪਾਂ ਇੱਥੇ ਕੋਈ ਗੱਲ ਕਰਦੇ ਹਾਂ ਜਾਂ ਬਈ ਆਪਾਂ ਰੈਲੀ ਕੱਢਦੇ ਹਾਂ ਕਿ ਵੀ ਬ੍ਰੈਂਪਟਨ 'ਚ ਹਸਪੀਟਲ ਜਾਈਦਾ ਨਹੀਂ ਹਸਪੀਟਲ ਦੀ ਬਾਤ ਵੱਖਰੀ ਹੈ ਕਿ ਆਪਣੀ ਜੋ ਟੋਟਲ ਪਾਪੂਲੇਸ਼ਨ ਆਪਾਂ ਕਰੀਏ ਕਿ ਬ੍ਰੈਂਪਟਨ ਦੇ ਰੈਜੀਡੈਂਟ ਕਿੰਨੇ ਹੈ ਆਲਮੋਸਟ ਮਿਲੀਅਨ ਤੋਂ ਉੱਪਰ ਪਾਪੂਲੇਸ਼ਨ ਹੈ ਇੱਥੇ ਅਗਰ ਆਪਾਂ ਸੋਚੀਏ ਤਾਂ ਇਸ ਇਹ ਜੋ ਬ੍ਰੈਂਪਟਨ ਹੈ ਇਹ 9th ਲਾਰਜੈਸਟ ਸਿਟੀ ਇਨ ਕੈਨੇਡਾ ਆ ਹਾਂਜੀ 3rd ਇਨ ਜੀਟੀ ਔਰ ਯੰਗੈਸਟ ਸਿਟੀ ਇਨ ਕੈਨੇਡਾ ਸਭ ਸੇ ਯੰਗ ਪਾਪੂਲੇਸ਼ਨ ਇੱਥੇ ਹੈ ਇੱਥੇ ਆਪਾਂ ਕਿਉਂ ਨਹੀਂ ਰੈਲੀ ਕੱਢੀਏ ਕਿ ਵੀ ਇੱਥੇ ਇੰਨਾ ਬੜਾ ਸ਼ਹਿਰ ਹੋ ਕੇ ਆਪਣੇ ਕੋਲ ਕੋਈ ਯੂਨੀਵਰਸਿਟੀ ਨਹੀਂ ਆਪਣੀ ਆਪਣੇ ਕੋਲ ਕੋਈ ਇੱਥੇ ਮੈਡੀਕਲ ਸਕੂਲ ਨਹੀਂ ਆਪਣੇ ਕੋਲ ਇੱਥੇ ਹੈਲਥ ਕੇਅਰ ਫੈਸਿਲਿਟੀ ਕੀ ਹੈ ਹੈਲਥ ਕੇਅਰ ਤਾਂ ਉਹ ਬ੍ਰੈਂਪਟਨ ਕੇ ਅੰਦਰ ਆਪਾਂ ਨੂੰ ਬਾਕੀ ਓਨਟੈਰੀਓ ਸੇ ਕੰਪੇਅਰ ਆਪਾਂ ਕਰਦੇ ਹਾਂ ਪਰ ਕੈਪੀਟਾ ਬਹੁਤ ਘੱਟ ਹੈ ਸਾਡੇ $1,000 ਪਰ ਪਰਸਨ ਆਪਾਂ ਨੂੰ ਫੰਡਿੰਗ ਮਿਲਦੀ ਹੈ $1,000 ਪਰ ਪਰਸਨ ਜੀ ਆਪਾਂ ਕਿਉਂ ਨਹੀਂ ਇੱਥੇ ਗੱਲ ਕਰੀਏ ਇਸ ਚੀਜ਼ ਦੀ ਆਪਾਂ ਇੱਥੇ ਕਿਉਂ ਨਹੀਂ ਗੱਲ ਕਰੀਏ ਇਹ ਵੀ ਇੱਥੇ ਜੋ ਸੇਫਟੀ ਸਿਕਿਉਰਿਟੀ ਦਾ ਇੰਨਾ ਬੜਾ ਇਸ਼ੂ ਹੋਗਾ ਅਸੀਂ ਇਸ 'ਤੇ ਕਿਉਂ ਨਹੀਂ ਕੰਮ ਕਰੀਏ ਸਾਨੂੰ ਹੋਸਪਿਟਲ ਇੱਕ ਹੋਸਪਿਟਲ ਸਿਰਫ ਬਿਲਕੁਲ 1 million ਦੀ ਪਾਪੂਲੇਸ਼ਨ ਇੱਕ ਹੋਸਪਿਟਲ ਤਾਂ ਆਪਾਂ ਨੂੰ ਬੇਸਿਕਲੀ ਜੋ ਸਿਸਟਮ ਹੈ ਆਪਾਂ ਨੂੰ ਇਹ ਗੱਲ ਕਰਨੀ ਹੈ ਇੱਥੇ ਕਿ ਆਪਾਂ ਇਸ ਸਿਸਟਮ ਦਾ ਇੰਟੀਗ੍ਰੇਟ ਕਿਸ ਤਰ੍ਹਾਂ ਹੋਣਾ ਹੈ ਆਪਾਂ ਇੱਥੇ ਇਹ ਗੱਲ ਕਰਨੀ ਹੈ ਕਿ ਵੀ ਆਪਾਂ ਜਿੱਥੇ ਆਪਾਂ ਰਹਿੰਦੇ ਹਾਂ ਦੇਖੋ ਹਰੇਕ ਦੀ ਇਮੋਸ਼ਨਸ ਹੈ ਆਪਣੇ ਟਾਈਜ ਹੈ ਆਪਣੇ ਆਪਣੇ ਵਿਚਾਰ ਹੈ ਉਹ ਹੋਣੇ ਵੀ ਚਾਹੀਦੇ ਆਪਾਂ ਸਿਰਫ ਲੇਕਿਨ ਆਪਾਂ ਨੂੰ ਪਹਿਲੇ ਇੱਥੇ ਦੀ ਸੋਚੀਏ ਬਿਲਕੁਲ ਜੀ ਆਪਾਂ ਇੱਥੇ ਰਹਿਣਾ ਕਰੀਏ ਕਿ ਸਾਨੂੰ ਯੂਨੀਵਰਸਿਟੀ ਚਾਹੀਦੀ ਆਪਾਂ ਕਿਹੜੀ ਰੈਲੀ ਕੱਢੀ ਇੱਥੇ ਕਿ ਵੀ ਆਪਾਂ ਇੱਕ ਦੂਜੇ ਪੈਨਲ ਮੈਂਬਰ ਜੀ ਹਾਂਜੀ ਹਾਂ ਉਹਨਾਂ ਦੇ ਠੀਕ ਹੈ ਜੀ ਸਾਰੇ ਪੈਨਲ ਮੈਂਬਰਸ ਨੂੰ ਹਾਂਜੀ ਜੇ ਦਲਜੀਤ ਤੁਸੀਂ ਇਹਦੇ ਤੇ ਕਮੈਂਟ ਕਰਨਾ ਚਾਹੋ ਜੋ ਸਾਡੇ ਕਾਲਰ ਦੇ ਸਵਾਲ ਸੀਗੇ ਔਰ ਸੁਦੀਪ ਸਿੰਗਲਾ ਜੀ ਤੁਸੀਂ ਇਹਦੇ ਉੱਤੇ ਕਮੈਂਟ ਕਰਨਾ ਚਾਹੋ ਤਾਂ ਡੈਫੀਨੇਟਲੀ ਫੀਲ ਫਰੀ ਜੇ ਤੁਸੀਂ ਈਵਨ ਫਾਰਮਰਸ ਦੀ ਇਨਵੋਲਵਮੈਂਟ ਜਿਹੜੀ ਆ ਉੱਥੇ ਹੋਈ ਆ ਉਹਦੇ ਬਾਰੇ ਤੁਸੀਂ ਦੋਨੋਂ ਵੀ ਰਿਕਮੈਂਟ ਕਰਨਾ ਚਾਹੋ ਤਾਂ ਹਾਂਜੀ ਸੁਦੀਪ ਜੀ ਪਹਿਲਾਂ ਤੁਸੀਂ ਹਾਂਜੀ ਸੰਗਤ ਸਾਹਿਬ ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਕਿਸਾਨ ਜਿਹੜੇ ਦੂਜੀਆਂ ਸਟੇਟਾਂ 'ਚ ਜਾ ਰਹੇ ਆ ਉਹ ਮੈਂ ਗੱਲ ਕਿਉਂਕਿ ਬਹੁਤ ਜ਼ਿਆਦਾ ਹੋ ਜਾਂਦਾ ਮੈਂ ਥੋੜ੍ਹਾ ਉੱਥੇ ਵਿਚਾਰ ਦੇਣਾ ਚਾਹੁੰਦਾ ਉਹ ਇੱਕ ਬਹੁਤ ਅੱਛੀ ਸਟ੍ਰੈਟਜੀ ਆ ਕਿਉਂਕਿ ਜਿਹੜੀ ਸਰਕਾਰ ਰੂਲ ਲੈ ਕੇ ਆਈ ਆ ਉਹ ਸੈਂਟਰ ਗੌਰਮੈਂਟ ਆ ਉਹ ਬੀਜੇਪੀ ਦੀ ਗੌਰਮੈਂਟ ਆ ਅਤੇ ਕਿਉਂਕਿ ਹਮੇਸ਼ਾ ਜਦੋਂ ਜੇ ਆਪਾਂ ਪਿੱਛੇ ਜਾਈਏ ਜੇ ਆਮ ਆਦਮੀ ਪਾਰਟੀ ਦੇ ਲੀਡਰ ਕੇਜਰੀਵਾਲ ਨੇ ਵੀ ਅੰਦੋਲਨ ਕੀਤਾ ਸੀ ਇੰਨਾ ਹਜ਼ਾਰੇ ਵੇਲੇ ਇੰਡੀਆ ਗੇਟਸ ਕਰਪਸ਼ਨ ਉਦੋਂ ਵੀ ਕਾਂਗਰਸ ਪਾਰਟੀ ਨੇ ਕਿਹਾ ਸੀਗਾ ਵੀ ਤੁਸੀਂ ਜੇ ਰੂਲ ਬਣਾਉਣੇ ਆ ਤਾਂ ਸੱਤਾ ਮੇ ਆਓ ਇਲੈਕਸ਼ਨ ਲੜੋ ਤੇ ਹੁਣ ਜੇ ਕਿਸਾਨ ਆ ਉਹਨਾਂ ਨੂੰ ਪਤਾ ਵੀ ਬੀਜੇਪੀ ਦੀ ਜਿਹੜੀ ਗੌਰਮੈਂਟ ਆ ਉਹਨਾਂ ਨੇ ਰੂਲ ਬਣਾਏ ਆ ਸਿਰਫ ਸੱਟ ਜੇ ਲੱਗੂਗੀ ਮੋਦੀ ਸਰਕਾਰ ਨੂੰ ਉਹ ਉਦੋਂ ਲੱਗੂਗੀ ਜਦੋਂ ਇਹਨਾਂ ਸਟੇਟਾਂ ਦੀਆਂ ਇਲੈਕਸ਼ਨ ਹਾਰਨਗੇ ਜਦੋਂ ਦੇ ਵੈਸਟਰਨ ਯੂਪੀ 'ਚ ਮਹਾਂਪੰਚਾਇਤ ਹੋਈ ਆ ਕੈਦ ਸਾਹਿਬ ਦੇ ਆਂਸੂਆਂ ਤੋਂ ਬਾਅਦ ਉਦੋਂ ਦੇ ਸਰਕਾਰ ਦੇ ਥੋੜੇ ਜਿਹੇ ਕੰਨ ਜਿਹੜੇ ਆ ਉਹ ਮਤਲਬ ਜਿੱਦਾਂ ਕੋਈ ਥੋੜੀ ਜੂ ਸਰਕੀ ਆ ਵੀ ਕੁਛ ਨਾ ਕੁਛ ਇਹ ਸਾਡੀ ਵੋਟ ਬੈਂਕ ਨੂੰ ਸੇਕ ਲੱਗ ਸਕਦੀ ਆ ਪੰਜਾਬ ਨੂੰ ਤਾਂ ਕੁਛ ਸਮਝ ਨਹੀਂ ਸੀ ਹਰਿਆਣੇ ਸਿਰਫ 7-8 ਸੀਟਾਂ ਆ 20 ਸੀਟਾਂ ਦੀ ਏੜ ਤੇ ਗੱਲ ਹੁੰਦੀ ਪਈ ਸੀ ਹੁਣ ਜਦੋਂ ਕਿਸਾਨ ਪੂਰੇ ਇੰਡੀਆ 'ਚ ਲੜਾਈਆਂ ਕਰ ਰਿਹਾ ਆ ਯੂਪੀ ਜਿਹੜੀ ਕਿ ਬਹੁਤ ਵੱਡੀ ਸਟੇਟ ਆ ਜਿੱਥੇ 80-85 ਸੀਟਾਂ ਆ ਐਮ ਪੀ ਦੀਆਂ ਜਾਂ ਹੁਣ ਬੰਗਾਲ ਗਿਆ ਕਿਸਾਨ ਇਹ ਇੱਕ ਚੰਗੀ ਸਟ੍ਰੈਟਜੀ ਆ ਜੇ ਬੰਗਾਲ 'ਚ ਮੋਦੀ ਸਾਹਿਬ ਹਾਰਦੇ ਆ ਜਾਂ ਕੋਈ ਹੋਰ ਪਾਰਟੀ ਜਿੱਤਦੀ ਆ ਤਾਂ ਮੇਰੇ ਹਿਸਾਬ ਨਾਲ ਡੈਫੀਨੇਟਲੀ ਕਿਸਾਨਾਂ ਦੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ 'ਚ ਉਹ ਜਿੱਤ ਆ
ਆਪਸ ਵਾਲੇ ਪਹੁੰਚਦੇ ਪਏ ਆ ਕਿਉਂਕਿ ਜਿਹੜਾ ਅੰਦੋਲਨ ਆ ਇਹ ਬਹੁਤ ਲੰਬਾ ਚੱਲਣਾ, ਇੰਨੇ ਛੇਤੀ ਨਹੀਂ ਖਤਮ ਹੋਣਾ ਜਿੱਦਾਂ ਟਕੈਤ ਸਾਹਿਬ ਕਹਿੰਦੇ ਆ ਵੀ ਜਿਹੜਾ ਬੰਦਾ ਮੇਲੇ ਚ ਗਵਾ ਤਾਂ ਉਹ ਦੁਬਾਰਾ ਮੇਲੇ ਚ ਹੀ ਲੱਭਦਾ ਆ, ਤੇ ਸਰਕਾਰ ਸਰਦੀਆਂ ਚ ਨਾਰਾਜ਼ ਹੋਈ ਆ ਇਹਨੇ ਸਰਦੀਆਂ ਚ ਦੁਬਾਰਾ ਕੇ ਮੰਨਣਾ ਆ। ਸੋ ਇਹ ਜਿਹੜਾ ਅੰਦੋਲਨ ਲੰਬਾ ਚੱਲਣਾ, ਜਿਹੜੀਆਂ 4-5 ਸਟੇਟਾਂ 'ਚ ਇਲੈਕਸ਼ਨ ਆ, ਜੇ ਮੋਦੀ ਸਰਕਾਰ ਇਹਨਾਂ 'ਚ ਹਾਰਦੀ ਆ ਉਹ ਕਿਤੇ ਨਾ ਕਿਤੇ ਉਹਨਾਂ 'ਤੇ ਦਬਾਅ ਪਏਗਾ, ਜੇ ਦਬਾਅ ਪਏਗਾ ਤਾਂ ਜਿਹੜੇ ਬਿੱਲ ਆ ਉਹ ਇਨਡੈਫੀਨਿਟ ਪੀਰੀਅਡ ਲਈ ਸਸਪੈਂਡ ਹੋਣਗੇ ਜਾਂ ਉਹਨਾਂ ਨੂੰ ਸਟੇਟ ਸਬਜੈਕਟ ਬਣਾਤਾ ਜਾਊਗਾ ਵੀ ਤੁਸੀਂ ਸਟੇਟਾਂ ਇੰਪਲੀਮੈਂਟ ਕਰਨ ਨਾ ਕਰਨ, ਸੈਂਟਰ 'ਚ ਦਖਲਅੰਦਾਜ਼ੀ ਘੱਟ ਕਰੇਗਾ। ਸੋ ਮੈਂ ਉਸ ਗੱਲ ਨਾਲ ਕਿਸਾਨਾਂ ਦੀ ਭਾਰਤ ਦੀ ਕਿਸਾਨ ਯੂਨੀਅਨ ਦੀ ਟਕੈਤ ਸਾਹਿਬ ਦੀ ਅਗਵਾਈ ਹੇਠ ਜਿਹੜੀਆਂ ਮਹਾਂਪੰਚਾਇਤਾਂ ਹੋ ਰਹੀਆਂ ਲੱਖ ਵੱਖ ਸਟੇਟਾਂ 'ਚ ਉਹਨਾਂ 'ਚ ਮੈਂ ਉਹਨਾਂ ਦੇ ਨਾਲ ਖੜਾ, ਉਹ ਇੱਕ ਚੰਗੀ ਰਣਨੀਤੀ ਹੈ। ਠੀਕ ਹੈ ਜੀ ਦਲਜੀਤ ਜੀ, ਤੁਸੀਂ ਤੇ ਇਹਦੇ ਤੇ ਕਮੈਂਟ ਕਰਨ ਜਾਓ, ਬਰੀਫ 'ਚ ਰੱਖਣਾ ਜੀ ਹਾਂਜੀ, ਕਿਉਂਕਿ ਲਾਈਨਾਂ ਸਾਰੀਆਂ ਫਲੈਸ਼ ਕਰ ਰਹੀਆਂ। ਹਾਂਜੀ ਜੀ ਸੰਦੀਪ ਭਾਅ ਜੀ, ਅਸੀਂ ਜਦੋਂ ਪਿੱਛੇ ਪ੍ਰੋਗਰਾਮ ਕੀਤਾ ਸੀਗਾ ਕਿ ਹੁਣ ਨੈਕਸਟ ਸਟੈਪ ਕੀ ਹੋਣਾ ਚਾਹੀਦਾ, ਮੈਂ ਉਹਦੇ ਵਿੱਚ ਕਲੀਅਰ ਗੱਲ ਕਹੀ ਸੀ ਕਿ ਜਿਹੜੀ ਚਾਹੇ ਇਹ ਨਰਿੰਦਰ ਮੋਦੀ ਦੀ ਸਰਕਾਰ ਹੈ ਜਾਂ ਸੈਂਟਰ ਦੀ ਕੋਈ ਵੀ ਸਰਕਾਰ ਹੈ, ਉਹਨਾਂ ਨੂੰ ਇਸ ਚੀਜ਼ ਦਾ ਭਰਮ ਹੈ ਕਿ ਸਾਡੀ ਪੋਲੀਟੀਕਲ ਲੈਵਲ 'ਤੇ ਸਾਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ, ਔਰ ਪੋਲੀਟੀਕਲ ਲੈਵਲ 'ਤੇ ਇਹ ਜਿਹੜੀ ਪਾਰਟੀ ਆ ਜਾਂ ਜਿਹਨੇ ਵੀ ਕਾਨੂੰਨ ਬਣਾਏ ਨੇ ਉਹ ਕਾਫੀ ਸਟਰੋਂਗ ਹੈ। ਅਤੇ ਮੈਂ ਉਦੋਂ ਵੀ ਇਹ ਸੁਜੈਸ਼ਨ ਦਿੱਤਾ ਸੀਗਾ ਕਿ ਦੂਜੇ ਦੇਸ਼ਾਂ ਦੂਜੀਆਂ ਸਟੇਟਸ ਦੇ ਵਿੱਚ ਜਿੱਥੇ ਵੋਟਿੰਗ ਹੋ ਰਹੀ ਹੈ ਉੱਥੇ ਜਾ ਕੇ ਜੇ ਕਿਸਾਨ ਜਥੇਬੰਦੀਆਂ ਆਪਣਾ ਅੰਦੋਲਨ ਕਰਨਗੀਆਂ ਤਾਂ ਲੋਕਾਂ ਨੂੰ ਦੱਸਣਗੇ ਕਿ ਭਾਈ ਇਹ ਇਹਨਾਂ ਨੇ ਗਲਤ ਕੀਤਾ ਹੈ, ਜਦੋਂ ਪੋਲੀਟੀਕਲ ਲੈਵਲ 'ਤੇ ਇਹਨਾਂ ਨੂੰ ਨੁਕਸਾਨ ਹੋਇਆ ਸਰਕਾਰ ਦਾ ਜਿਹੜਾ ਪੱਖ ਆ ਜਾਂ ਰਵੱਈਆ ਉਹਨਾਂ ਦਾ ਤਾਂ ਹੀ ਚੇਂਜ ਹੋਣਾ। ਥੈਂਕ ਯੂ ਜੀ, ਥੈਂਕ ਯੂ ਜੀ। ਕਾਲਰਸ ਨੂੰ ਬੇਨਤੀ ਹੈ ਜੀ ਬਰੀਫ ਦੇ ਵਿੱਚ ਰੱਖਣਾ, ਕਿਉਂਕਿ 7 ਦੀਆਂ 7 ਹੀ ਲਾਈਨਾਂ ਫਲੈਸ਼ ਕਰ ਰਹੀਆਂ, ਔਰ ਨਾਲ ਦੀ ਨਾਲ ਸਾਡੇ ਪੈਨਲ ਮੈਂਬਰਸ ਨੂੰ ਵੀ ਟਾਈਮ ਜ਼ਰੂਰ ਮਿਲਣਾ ਜੀ, ਸੋ ਪਲੀਜ਼ ਬਰੀਫ ਦੇ ਵਿੱਚ ਰੱਖਣਾ। ਹਾਂਜੀ ਨੈਕਸਟ ਕਾਲ ਜੀ, ਤੁਹਾਡਾ ਸਵਾਗਤ ਹੈ ਜੀ। ਹੈਲੋ ਜੀ, ਹਾਂਜੀ ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲਦੇ ਜੀ? ਹਾਂਜੀ ਮੈਂ ਆਪਣੇ ਗੁਰਦੀਪ ਸਿੰਘ ਬੋਲਦਾ ਜੀ ਮਾਮੂ। ਹਾਂਜੀ ਗੁਰਦੀਪ ਸਿੰਘ ਢਿੱਲੋਂ ਸਾਹਿਬ, ਹਾਂਜੀ ਤੁਸੀਂ ਏਅਰ ਦੇ ਉੱਤੇ, ਤੁਹਾਡਾ ਸਵਾਗਤ ਹੈ। ਹਾਂਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਔਰ ਪੈਨਲ ਮੈਂਬਰ ਔਰ ਜਿੰਨੇ ਵੀ ਜੁੜੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਜਸ ਵੀ ਸਪੋਰਟ। ਯੈਸ ਸੰਗਤ ਸਾਹਿਬ, ਮੈਂ ਜਿਹੜੇ ਹਾਲਾਤ ਬਣਦੇ ਜਾ ਰਹੇ ਆ ਸੋ ਸਾਨੂੰ ਨਾ ਪਹਿਲਾਂ ਪੰਜਾਬ ਦੀ ਜਿਹੜੀ ਸਿਆਸਤ ਤੋਂ ਅਸੀਂ ਖਮਿਆਜ਼ਾ ਭੁਗਤ ਕੇ ਆਪ ਮੁਹਾਰੇ ਦੇਸ਼ ਛੱਡਣ ਲਈ ਮਜਬੂਰ ਹੋਏ ਹੋਏ ਹਾਂ, ਇਸੇ ਤਰ੍ਹਾਂ ਦਾ ਮਾਹੌਲ ਕਿਤੇ ਇੱਥੇ ਨਾ ਬਣ ਜਾਵੇ। ਜਿਸ ਤਰ੍ਹਾਂ ਅੱਜ ਅਸੀਂ ਰੈਲੀਆਂ ਕਰ ਰਹੇ ਹਾਂ, ਕੱਲ ਨੂੰ ਅਸੀਂ ਇੱਕ ਦੂਸਰੇ ਨੂੰ ਫੜਾਵਾਂਗੇ, ਕਾਰਵਾਈਆਂ ਕਰਵਾਵਾਂਗੇ, ਫਿਰ ਅਸੀਂ ਕੋਰਟਾਂ ਦੇ ਮੂਹਰੇ ਜਾ ਕੇ ਜਿੱਦਾਂ ਇੰਡੀਆ ਦੇ ਵਿੱਚ ਵੀ ਇਹੋ ਜਿਹਾ ਮਾਹੌਲ ਬਣ ਜਾਂਦਾ ਕੋਰਟਾਂ ਦੇ ਵਿੱਚ ਇੱਕ ਦੂਸਰੇ ਦੇ ਖਿਲਾਫ਼ ਖੜੇ ਹੋਵਾਂਗੇ। ਪਰ ਇੱਕ ਗੱਲ ਯਾਦ ਰੱਖੋ, ਉਹ ਇੰਡੀਆ ਸੀ, ਆਪਦਾ ਦੇਸ਼ ਸੀ, ਉੱਥੇ ਸਾਨੂੰ ਲੜ ਪਿੜ ਕੇ ਉੱਥੇ ਗੁਜ਼ਾਰਾ ਕਰਨਾ ਪੈਣਾ ਸੀ। ਪਰ ਇਹ ਨਾ ਹੋਵੇ ਇੱਥੇ ਜਿਹੜੇ ਬਹੁ ਗਿਣਤੀ ਆ ਆਮ ਲੋਕਾਂ ਦੀ, ਉਹਨਾਂ ਨੂੰ ਇਹ ਖਮਿਆਜ਼ਾ ਭੁਗਤਣਾ ਪੈ ਜਾਵੇ, ਮੁੜ ਕੇ ਸਾਨੂੰ ਜਹਾਜ਼ਾਂ 'ਚ ਚੜ੍ਹਾ ਦੇਣ ਇਹ, ਕਿਉਂਕਿ ਹਾਲਾਤ ਜਾਂ ਜਿਹੜੇ ਸਾਡੇ ਇੱਥੋਂ ਦੇ ਬੱਚੇ ਜਨਰੇਸ਼ਨ ਆ, ਈਵਨ ਆਪਣੀਆਂ ਫੈਮਿਲੀਆਂ 'ਚ ਗੱਲ ਕਰਕੇ ਦੇਖ ਲਓ, ਉਹ ਆਪਾਂ ਨੂੰ ਮੂੰਹ 'ਤੇ ਕਹਿ ਦਿੰਦੇ ਆ ਵੀ ਦੁੱਧ ਮਾੜੇ ਹੋ ਜੀ, ਈਵਨ ਆਪਣੇ ਬੱਚੇ ਕਹਿੰਦੇ ਆ। ਸੋ ਸਾਨੂੰ ਇਹ ਝਾਤੀ ਮਾਰਨੀ ਚਾਹੀਦੀ ਆ। ਦੇਖੋ ਅਸੀਂ ਚਾਹੇ ਕੋਈ ਰੈਲੀ ਆ ਚਾਹੇ ਕੋਈ ਵੀ, ਉਹਦਾ ਪੋਜ਼ਿਟਿਵ ਮੈਸੇਜ ਜਿੰਨਾ ਚਿਰ ਦੇਣਾ ਚਾਹੁੰਦੇ ਆ ਸਾਨੂੰ ਦੇਣਾ ਚਾਹੀਦਾ। ਔਰ ਸਾਨੂੰ ਬਿਲਕੁਲ ਅੱਜ ਨਾ ਅਸੀਂ ਧਾਰਮਿਕ, ਦੇਖੋ ਇੰਡੀਆ ਦੇ ਵਿੱਚ ਵੀ ਇਹੀ ਹਾਲ ਆ, ਇੱਥੇ ਵੀ ਚਾਹੇ ਕੋਈ ਧਾਰਮਿਕ ਤੌਰ 'ਤੇ ਆਪਾਂ ਕਹਿ ਦਈਏ ਆਪਾਂ ਪੂਰੇ ਪਰਪੱਕ ਨਹੀਂ ਉਹਦੇ ਵਿੱਚ ਹੈਗੇ। ਸੋ ਸਾਨੂੰ ਕੋਈ ਨਾ ਕੋਈ ਕੋਮਨ ਮੈਨ, ਕੋਮਨ ਜਿਹੜੀ ਸੰਸਥਾ ਕੋਈ ਬਣਾ ਕੇ ਇਹਦਾ ਹੱਲ ਲਈ ਸਾਨੂੰ ਅੱਗੇ ਵਧਣਾ ਪਊਗਾ। ਜੇ ਤੁਸੀਂ ਕਹੋਗੇ ਅਸੀਂ ਕਿਸੇ ਡਿਪੈਂਡ ਹੋ ਜਾਈਏ ਜਾਂ ਸਿਆਸੀ ਆਗੂਆਂ 'ਤੇ ਡਿਪੈਂਡ ਹੋ ਜਾਈਏ, ਅੱਜ ਇੱਥੇ ਵੀ ਇਹ ਸਿਚੁਏਸ਼ਨ ਬਣਦੀ ਜਾਂਦੀ ਆ ਸਾਨੂੰ। ਜਿੱਦਾਂ ਅੱਜ ਇੰਡੀਆ ਦੇ ਵਿੱਚ ਭਾਵੇਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਸਿਆਸਤ ਨੂੰ ਬਦਲਿਆ, ਇਸੇ ਤਰ੍ਹਾਂ ਇੱਥੇ ਵੀ ਸਾਰਾ ਕੁਝ ਬਦਲਣਾ ਪਊ। ਨਹੀਂ ਤਾਂ ਮੈਂ ਇੰਨਾ ਕੁ ਇਹਦੇ 'ਚ ਇਨਵੋਲਵ ਹੋ ਕੇ ਵੀ ਦੇਖ ਲਿਆ, ਇੱਥੇ ਪੋਲੀਟੀਕਲ ਲੋਕ ਵੀ ਤੁਹਾਡੀ ਬੈਕ 'ਤੇ ਹੁਣ ਸਪੋਰਟ ਕਰਨ ਲੱਗ ਗਏ, ਕਿਉਂਕਿ ਠੀਕ ਆ ਸਾਹਮਣੇ ਨਹੀਂ ਆਉਂਦਾ ਖੁੱਲ੍ਹ ਕੇ ਅਜੇ, ਪਰ ਬਹੁਤ ਕੁਛ ਆਮ ਲੋਕਾਂ ਨੂੰ ਪਤਾ ਜਿਹੜੇ ਵਿੱਚ ਵਿਚਰਦੇ ਆ। ਸੋ ਸਾਨੂੰ ਇਹ ਨਾ ਹੋਵੇ ਵੀ ਅਸੀਂ ਅੱਜ ਜਿਹੜੀਆਂ ਇਹ ਛੋਟੀਆਂ ਛੋਟੀਆਂ ਲੜਾਈਆਂ ਮੁੜ ਕੇ ਅਸੀਂ ਸਜਾਵਾਂ ਕਰਾਉਣ ਨੂੰ ਕੋਰਟਾਂ 'ਚ ਜਾਈਏ ਜਾਂ ਪੁਲਿਸ ਵਾਲਿਆਂ ਦਾ ਥਾਣਿਆਂ ਦਾ ਘਰਾਓ ਕਰੀਏ, ਕਿਉਂਕਿ ਜੇ ਅਸੀਂ ਇਸ ਪਾਸੇ ਨੂੰ ਤੁਰ ਗਏ ਤਾਂ ਸਾਡੀ ਆਮ ਲੋਕਾਂ ਦੀ ਸਾਡੀ ਇਤਰਾਜ਼ੀ, ਅਸੀਂ ਤਾਂ ਇੰਡੀਆ ਛੱਡ ਕੇ ਵੀ ਸਾਨੂੰ ਉੱਥੇ ਨੀ ਇਨਸਾਫ਼ ਮਿਲਿਆ ਤੇ ਇੱਥੇ ਵੀ ਸਾਡਾ ਕੌਣ ਇਨਸਾਫ਼ ਕਰੂਗਾ। ਸੋ ਮੇਰੀ ਬੇਨਤੀ ਹੈ ਲੋਕਾਂ ਨੂੰ, ਅਪੀਲ, ਹੱਥ ਜੋੜ ਕੇ ਆਓ ਅੱਜ ਕਾਮਨ ਮੈਨ ਬਣ ਕੇ ਆਪਾਂ ਦਸਾਂ ਨਾ ਹੁੰਦੀ ਕਿਰਤ ਵੰਡ ਕੇ ਛਕੀਏ ਤੇ ਪਿਆਰ ਨਾਲ ਰਲ ਕੇ ਜਿਹੜਾ ਸੁਨੇਹਾ ਅਸਲੀ ਆਪਣਾ ਭਾਰਤ ਵਾਸੀਆਂ ਚੋਂ ਵਰਨ ਸਿੰਘ ਜੀ ਵਾਲਤਾ ਦਾ ਉਹ ਕਾਇਮ ਕਰਕੇ ਦਿਖਾਈਏ ਤਾਂ ਕਿ ਅਸੀਂ ਮਹਾਨ ਭਾਰਤ ਦੇ ਲੋਕ ਕਹਾ ਸਕੀਏ, ਤੇ ਨਾ ਹੋਵੇ ਕਿਤੇ ਸਾਨੂੰ ਦੁਬਾਰਾ ਉਹੀ ਤਰਾਸਦੀ ਦੇ ਵਿੱਚ ਪੈਣਾ। ਧੰਨਵਾਦ, ਥੈਂਕ ਯੂ ਜੀ, ਸੋ ਨਾਈਸ ਆਫ ਯੂ ਫੋਰ ਯੋਰ ਕਾਈਂਡ ਵਰਡਸ ਜੀ। ਆਹਾ ਜਿਹੀ ਚੀਜ਼ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਚਾਹੁੰਦੇ ਹਾਂ ਕਿ ਕਿਵੇਂ ਅਸੀਂ ਇਸ ਸੁਸਾਇਟੀ ਨੂੰ ਬੈਟਰ ਬਣਾਈਏ, ਕਿਵੇਂ ਅਸੀਂ ਵੀ ਕੈਨ ਮੇਕ ਬੈਟਰ ਕਮਿਊਨਿਟੀ, ਕਮਿਊਨਿਟੀ ਨੂੰ ਕਿਵੇਂ ਬੈਟਰ ਕੀਤਾ ਜਾਵੇ। ਨੈਕਸਟ ਕਾਲ ਜੀ, ਹਾਂਜੀ ਚੈਨਲ ਵਾਈਜ਼ ਤੇ ਤੁਹਾਡਾ ਸਵਾਗਤ ਹੈ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲਦੇ ਜੀ? ਮੈਂ ਹਰਿੰਦਰ ਦਿਓਲ ਬੋਲਦਾ ਭਾਜੀ, ਸਰੀ ਤੋਂ। ਹਾਂਜੀ ਦਿਓਲ ਸਾਹਿਬ, ਤੁਸੀਂ ਏਅਰ ਦੇ ਉੱਤੇ ਆ ਜੀ। ਹਾਂਜੀ ਭਾਜੀ, ਦੇਖੋ ਇੱਥੇ ਕੋਈ ਇਦਾਂ ਹਿਰਸਾ
ਬਿਨਾਂ ਹੈਂ ਸੰਗਤ ਹੋ ਨਾ, ਜੇ ਕੋਈ ਵੀ ਤੁਹਾਨੂੰ ਕਰਦਾ ਆ ਵੀ ਭੜਕਾਉਂਦਾ ਆ ਵੀ ਤੁਸੀਂ ਭੜਕੋ ਨਾ ਹਨਾ, ਜਿੱਦਾਂ ਹੁਣ ਭਾਈ ਸਾਹਿਬ ਹੋਣੀ ਕਿਹਾ ਵੀ ਇੱਥੇ ਕਰ ਨੀ ਸਕਦੇ ਵੀ ਤਾਂ ਉਹਦੇ ਵਿੱਚ ਹੋਣਾ ਚਾਹੀਦਾ ਆ, ਕੁਆਰੰਟੀਨ ਚੱਲਦਾ ਆ, ਪਰ ਉਹ ਗੱਡੀਆਂ ਚੋਂ ਬਾਹਰ ਵੀ ਨਿਕਲਦੇ, ਪਰ ਲੜਾਈ ਨੀ ਕਰਨੀ ਚਾਹੀਦੀ। ਮੈਂ ਇਹ ਗੱਲ ਦੇ ਖਿਲਾਫ ਹਾਂ ਵੀ ਕਿਸੇ ਨੂੰ ਗਲਤ ਨੀ ਬੋਲਣਾ ਚਾਹੀਦਾ। ਬਿਲਕੁਲ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਹਾਂ ਮੈਂ ਇੱਕ ਮਿੰਟ ਬਾਅਦ ਕੋਈ ਮੇਰੀ ਗੱਲ ਪੂਰੀ ਹੋ ਜੀ। ਹਾਂ ਜੀ ਹਾਂ ਜੀ ਕਰ ਲਓ ਜੀ। ਪਰ ਜੇ ਹੁਣ ਬੰਗਾਲ ਦੇ ਵਿੱਚ ਉਧਰ ਸਾਡੇ ਨਾ ਜਾਣਗੇ, ਹੁਣ ਉੱਥੇ 300 ਬੰਦਾ ਮਰ ਗਿਆ ਹਨਾ ਜੀ, ਤੁਹਾਡੇ ਪੈਨਲ ਦੇ ਇੱਕ ਬੰਦੇ ਭਾਈ ਸਾਹਿਬ ਕਹਿ ਰਹੇ ਆ ਵੀ ਉਹ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਹ, ਪਰ ਕਰਨਾ ਕਿਉਂ ਨੀ ਚਾਹੀਦਾ? ਠੀਕ ਹੈ ਜੀ, ਤੁਹਾਡੇ ਵਿਚਾਰ ਨੇ ਜੀ, ਉਹਨਾਂ ਦੇ ਵਿਚਾਰ ਨੇ। ਇੱਕ ਮਿੰਟ ਭਾਜੀ, ਇੱਕ ਮਿੰਟ, ਮੇਰੀ ਗੱਲ ਸੁਣੋ ਭਾਜੀ, ਮੈਂ ਕੋਈ ਗਲਤ ਨੀ ਬੋਲਿਆ। ਹਾਂਜੀ ਹਾਂਜੀ, ਹੁਣ ਜਿੱਦਾਂ ਆਪਣੇ ਲੜਾਈ ਹੋਈ ਸੀਗੀ, ਆਪਣੇ ਅਬਦਾਲੀ ਹੁਣੀ ਚੜ੍ਹ ਕੇ ਆ ਗਿਆ, ਫਲਾਨੇ ਚੜ੍ਹ ਕੇ ਆ ਗਿਆ, ਭੇਂਗੜਾ ਚੜ੍ਹ ਕੇ ਆ ਗਿਆ ਹਨਾ, ਉਦੋਂ ਲੜਾਈ ਹੋਈ ਸੀ, ਇਹਦਾ ਮਤਲਬ ਇਹ ਨੀ ਹੈਗਾ ਵੀ ਦੱਬ ਕੇ। ਹੁਣ ਜਿੱਦਾਂ ਹੁਣ ਸਾਰਾ ਪਤਾ ਲੱਗਦਾ ਆਪਾਂ ਨੂੰ ਵੀ ਇਹ ਸਾਰਾ ਕੁਝ ਖਤਰਨਾਕ ਆ ਕੰਮ। ਹੁਣ 300 ਕਹਿੰਦੇ ਆ ਵੀ ਪਹਿਲਾਂ ਵੀ ਹੁਣ 300 ਏਜੰਸੀਆਂ ਵੇਚਣ ਦਾ ਕੰਮ ਹੋ ਰਿਹਾ, ਤੇ ਉਹ ਭਾਜੀ ਹੁਣ ਜੇ ਹਿੰਦੁਸਤਾਨ ਹੀ ਵਿਕ ਜਾਊਗਾ ਵੀ ਆਪਾਂ ਉੱਥੇ ਕਰਾਂਗੇ ਜੀ, ਕਿਸੇ ਨੂੰ ਤਾਂ ਲੜਾਈ ਲੜਨੀ ਪਊਗੀ। ਹੁਣ ਜੇ ਬੰਗਾਲ ਵਿੱਚ ਗਏ, ਪੰਛੀਪੁਰਾ ਗਏ, ਏਦਾਂ ਨੀ ਗੱਲਾਂ ਕਰਨੀਆਂ ਚਾਹੀਦੀਆਂ ਪੈਨਲ ਤੇ। ਪਰ ਤੁਹਾਡਾ ਮੈਂ ਨਾਂ ਨੀ ਲੈਣਾ ਚਾਹੁੰਦਾ, ਹਮੇਸ਼ਾ ਹੀ ਰੋਂਗ ਗੱਲਾਂ ਕਰਦੇ ਆ ਪੈਨਲ ਤੇ ਆਣ ਕੇ, ਠੀਕ ਨੀ ਹੈ ਜੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਹਰ ਇੱਕ ਨੂੰ ਜੀ ਵਿਚਾਰ ਰੱਖਣ ਦੀ ਆਜ਼ਾਦੀ ਹੋਣੀ ਚਾਹੀਦੀ ਆ, ਹਰ ਇੱਕ ਨੂੰ, ਹਰ ਇੱਕ ਦੇ ਵਿਚਾਰਾਂ ਦਾ ਰਿਸਪੈਕਟ ਹੋਣੀ ਚਾਹੀਦੀ ਆ। ਤੁਸੀਂ ਆਪਣੇ ਵਿਚਾਰ ਰੱਖੋ, ਮੇਰੇ ਆਪਣੇ ਵਿਚਾਰ ਹੈ, ਬਿਰਕ ਸਾਹਿਬ ਦੇ ਆਪਣੇ ਆ, ਆਜ਼ਾਦ ਸਾਹਿਬ ਦੇ ਆਪਣੇ ਆ, ਸੈਣੀ ਸਾਹਿਬ ਦੇ ਆਪਣੇ, ਹਰ ਇੱਕ ਦੇ ਆਪਣੇ ਵਿਚਾਰ ਹੈ, ਦੂਸਰੇ ਨੂੰ ਵੀ ਸੁਣਨ ਦਾ ਆਹ ਹੀ ਤਾਂ ਪੰਗਾ ਪੈ ਗਿਆ। ਗੁਰੂ ਨਾਨਕ ਮਹਾਰਾਜ ਨੇ ਇਹੀ ਚੀਜ਼ ਕੀਤੀ ਸੀ, ਉਹ ਤਾਂ ਸਿੱਧਾਂ ਦੇ ਕੋਲ ਵੀ ਗਏ, ਉਹ ਕੋਡੇ ਰਾਖਸ਼ ਕੋਲ ਵੀ ਗਏ, ਉਹਦੇ ਵਿਚਾਰ ਵੀ ਸੁਣੇ, ਆਪਣੇ ਵਿਚਾਰ ਵੀ ਦਿੱਤੇ, ਦੋਨੋਂ ਹੀ ਜਿਹੜਾ ਕਨਵਿੰਸ ਕਰ ਗਿਆ। ਤੁਸੀਂ ਰੱਖਦੇ ਆ ਮੇਰੇ ਵਾਲੀ ਵਿਚਾਰਧਾਰਾ ਵੀ ਜਾਣਾ ਚਾਹੀਦਾ, ਮੈਂ ਆਪ ਓਪਨਲੀ ਕਹਿੰਦਾ ਜਾਣਾ ਚਾਹੀਦਾ, ਬਿਰਕ ਸਾਹਿਬ ਕਹਿੰਦੇ ਨਹੀਂ ਜਾਣਾ ਚਾਹੀਦਾ, ਉਹਨਾਂ ਦੇ ਵਿਚਾਰ ਨੇ। ਹਾਂਜੀ, ਨੈਕਸਟ ਕਾਲ ਜੀ, ਤੁਹਾਡਾ ਸਵਾਗਤ ਹੈ ਜੀ। ਹਾਂਜੀ ਹਾਂਜੀ, ਹੈਲੋ, ਕੌਣ ਸਾਹਿਬ ਬੋਲਦੇ ਜੀ? ਇਹ ਅਸ਼ੋਕ ਬੋਲ ਰਿਹਾ ਮੈਂ। ਹਾਂਜੀ ਅਸ਼ੋਕ ਜੀ, ਤੁਸੀਂ ਏਅਰ ਤੇ ਆ। ਹਾਂਜੀ ਹਾਂ, ਐਸੇ ਹੈ ਕਿ ਇਹ ਆਪਕਾ ਤੋਂ ਜੋ ਮੇਨ ਟੌਪਿਕ ਹੈ ਉਸੇ ਹੀ ਆਪ ਡੀਰੇਲ ਹੋ ਰਹੇ ਹੋ। ਬਿਲਕੁਲ ਜੀ, ਕਿਉਂਕਿ ਇਹ ਡੀਰੇਲ ਇਸ ਲਈ ਹੋ ਰਹੇ ਹੋ ਕਿ ਆਪਨੇ ਕਿਹਾ ਕਿ ਰੈਲੀਆਂ ਹੋਣੀ ਨਹੀਂ ਚਾਹੀਏ, ਔਰ ਜੋ ਆਪ ਰੈਲੀਆਂ ਕਰ ਰਹੇ ਹੋ, ਜੋ ਵੀ ਕੋਈ ਵੀ ਕਰ ਰਿਹਾ ਹੈ, ਤਾਂ ਉਹ ਤਾਂ ਲੋਕ ਰੈਲੀ ਕੇ ਉੱਪਰ ਹੀ ਕੁਸਚਨ ਪੁੱਛ ਰਹੇ ਹੈ ਕਿ ਹਮੇ ਰੈਲੀ, ਉਹ ਠੀਕ ਹੈ, ਰੈਲੀ ਕਾ ਤੋ ਫਰੀਡਮ ਹੈ, ਫਰੀਡਮ ਆਫ ਸਪੀਚ ਹੈ, ਫਰੀਡਮ ਹੈ ਤੋ ਰੈਲੀ ਕਰਨਾ, ਤਾਂ ਇਸਕਾ ਮਤਲਬ ਸਭੀ ਲੋਕ ਰੈਲੀ ਕਰਨੀ ਸ਼ੁਰੂ ਕਰ ਦੇਣਗੇ। ਜਬ ਆਪਕਾ ਮੁੱਦਾ ਥਾ ਕਿ ਰੈਲੀ ਕਰਨੀ ਨਹੀਂ ਹੈ, ਇੰਡੀਆ ਮੇ ਤੀਨ ਐਮ ਐਸ ਪੀ ਤੋ ਉਸਕੇ ਉਪਰ ਕਰ ਰਹੇ ਥੇ, ਔਰ ਯੇ ਲਾਈਕ ਸੈਨੇਟ ਮੇ ਪਾਸ ਹੋ ਗਿਆ ਇੰਡੀਆ ਕੇ ਕਿ ਬਈ ਤੀਨ ਲਾ ਪਾਸ ਕਰ ਦੀਏ, ਤੋ ਅਬ ਜੋ ਫਾਰਮਰਸ ਹੈ ਵੋ ਯੇ ਕਹਤੇ ਹੈ ਕਿ ਤੀਨੋ ਸਕ੍ਰੈਪ ਕਰੋ ਜੀ। ਬਿਲਕੁਲ, ਤੋ ਸਕ੍ਰੈਪ ਦੇਖੋ, ਇੱਕ ਆਪਨੇ ਲਾ ਬਣਾ ਦਿਆ, ਅਬ ਉਸਕੋ ਸਕ੍ਰੈਪ ਕਰਨੇ ਕੇ ਲੀਏ ਫਿਰ ਕੈਬਨਿਟ ਬੈਠੇਗੀ, ਫਿਰ ਵੋ ਰਾਜ ਸਭਾ ਮੇ ਜਾਏਗਾ, ਫਿਰ ਹੀ ਤੋ ਉਹ ਸਕ੍ਰੈਪ ਹੋਗਾ। ਤੋ ਵੋ ਸੁਪਰੀਮ ਕੋਰਟ ਨੇ ਕਹਿ ਦਿਆ ਵਨ ਐਂਡ ਹਾਫ ਈਅਰ ਇਸਕੋ ਸਸਪੈਂਡ ਕਰ ਦਿਆ ਜਾਏ, ਫਿਰ ਹਮ ਦੇਖੇਂਗੇ ਬਾਅਦ ਮੇ। ਤੋ ਲਾਈਕ ਵੋ ਤੋ ਯਹੀ ਕਹਿ ਰਹੇ ਕਿ ਸਕ੍ਰੈਪ ਹੀ ਹੋਏਗਾ, ਤਭੀ ਮੈਂ ਹਮ ਮਾਨੇਂਗੇ। ਤੋ ਅਬ ਆਪ ਕਿਸੀ ਚੀਜ਼ ਕੋ ਕਹਤੇ ਹੋ ਕਿ ਜੀ ਯੇ ਲਾ ਬਣਾ ਹੈ, ਯੇ ਤੋ ਹੋਣੀ ਨਹੀਂ ਚਾਹੀਏ, ਇੰਸ਼ੋਰੈਂਸ ਯਹਾਂ ਹੋਣੀ ਨਹੀਂ ਚਾਹੀਏ ਕਾਰ ਕੇ ਉੱਪਰ, ਨਹੀਂ ਐਸਾ ਨਹੀਂ, ਇਸਕੋ ਤੋ ਸਕ੍ਰੈਪ ਕਰੋ, ਹੋਣਾ ਚਾਹੀਏ, ਕਿਉਂ ਨਹੀਂ ਹੋਣੀ ਚਾਹੀਏ, ਲੌਜਿਕ ਹੋਣਾ ਚਾਹੀਏ, ਜੈਸੇ ਕਿਸਾਨ ਲੌਜਿਕ ਦੇ ਰਹੇ ਹਨ, ਐਸੇ ਨਹੀਂ ਹੋ ਸਕਦਾ ਵੀ ਕੱਲ ਨੂੰ ਕੋਈ ਨਹੀਂ। ਐਮ ਐਸ ਪੀ ਜੋ ਹੈ ਵੋ ਕਹਤੇ, ਆਪਨੇ ਅਭੀ ਬੋਲਾ ਕਿ ਫਰੂਟ ਵੈਜੀਟੇਬਲ ਕੇ ਉੱਪਰ ਗੌਰਮੈਂਟੇ ਕਰ ਰਹੀ ਹੈ, ਵੋ ਐਮ ਐਸ ਪੀ ਉਹਨੇ ਕਿਹਾ ਕਿ ਹਮ ਕਰ ਦੇਂਗੇ, ਤੋ ਐਮ ਐਸ ਪੀ ਤੋ ਹੋ ਰਹਾ, ਮੁਝੇ ਤੋ ਯਹੀ ਨਹੀਂ ਪਤਾ ਲੱਗਿਆ ਕਿ ਤੀਨ ਲਾ ਕੌਨ ਸੀ ਹੈ, ਐਮ ਐਸ ਪੀ ਕਾ ਏਕ ਲਾ, ਚਲੋ ਤੀਨ ਲਾ ਹੈ ਜੀ, ਆਪਕੋ ਜੇ ਨਹੀਂ ਪਤਾ ਜੀ, ਹਾਂਜੀ ਬਤਾ ਦੇਂਗੇ, ਔਰ ਹਮਨੇ ਬਹੁਤ ਡਿਸਕਸ ਕਰ ਲਈ ਹੈ ਜੀ ਤੀਨੋ ਲਾ, ਠੀਕ ਹੈ ਜੀ, ਬੇਸਿਕਲੀ ਤੀਨੋ ਲਾ ਜਿਹੜੇ ਆ ਜੀ, ਇੱਕ ਜੇ ਤੋ ਲਾ ਹੀ ਨਹੀਂ ਐਮ ਐਸ ਪੀ ਵਾਲਾ, ਤੋ ਚੌਥਾ ਹੈ ਅਗਰ ਆਪ ਜੇ ਬਾਤ ਕਰੋਗੇ, ਐਮ ਐਸ ਪੀ ਇਜ਼ ਨੋਟ ਦਾ ਲਾ,
MSP तो क्या लॉ क्या है, तीन लॉ जो जिस हाँ जी आज का साडा प्रोग्राम जी पता किया नेक्स्ट वीक हम इस पे दोबारा प्रोग्राम कर लेंगे जी। आई थिंक तुमने पहले जी साडे प्रोग्राम सुने नहीं, बहुत हमने लॉ के बारे में हाँ जी प्रोग्राम किए। नहीं मैं सारे प्रोग्राम नहीं सुनता, मैं सब देखता हूँ। मैंने तो ऐसे ही ये अभी दो तीन दिन पहले मैंने कहा कि क्या हो रहा है, जो रैली हो रही है स्टूडेंट को, जैसे वो कह रहा था कि पकड़ के अंदर कर देंगे, यहाँ इतनी लड़ाई हुई और पुलिस ने सब स्टूडेंट्स को अंदर कर दिया, कुछ को डिपोर्ट कर दिया, तो ये अगर ये कम्युनिटी ये अगर करेगी तो डेफिनेटली यू आर यू विल बी हैविंग ए ब्लॉट ऑन योर फेस, दैट विल बी हैपनिंग एंड इट इज दी वाइट पीपल those people who are governing this country they look at you as the same या यही okay, यही बात हम कर रहे हैं जी। थैंक यू जी यही साडा कंसर्न है जी, इत्थे मिनोरिटी दे नु सफर ना करना पवे, साडे एक्शंस दे नाल जिहड़ी इत्थे वास्ट मेजोरिटी कैनेडियन हैगे आ उहनां नु सफर ना करना पवे, असीं दोनों दी कम्यूनिटी दी जिहड़ी चाहे वह मनोरिटी आ चाहे मेजोरिटी आ उन्हां दी बैटरमेंट की गल कर रहे हैं। ब्रीफ च रखो जी सारे कॉलरस नू बेनती आ और मुद्दे दे उत्ते रहो, असी कनेडा नू बैटर प्लेस किद्दां बनाउणा, इत्थे की नहीं होना चाहिए, रैली नहीं होनी चाहिए, होनी चाहिए किवें, होनी चाहिए की होना चाहिए, कनेडा नू बैटर प्लेस तुसी बच्चियां नू जवाब किवें देना उहदे बारे अज्ज गल करो। असी बहुत प्रोग्राम कर लिया जी ये उत्ते, फिर कर लवेंगे आने वाले समय के, पर अज्ज ये चीज़ करिए भी आप किवें कनेडा नू एक बैटर प्लेस बनाईए जी। तुहाडा चैनल वाई ते स्वागत है जी। हेलो जी, हाँ जी नैक्सट कॉल जी, हाँ जी नैक्सट कॉल जी, कर रहे थे बहुत ही वधिया गल कीती। थैंक यू जी। ये आ कि रैली असीं ये नहीं कहने भी होनी नहीं चाहिए, पर वो थोड़ी जी पीसफुल अपनी रैली होए, कोई इतनी मतलब ना होए, तो मैं ये भी कहना कि जेडे बहुत लोग इत्थे बीजेपी नू सपोर्ट करदे आ, अगर वो समझदे आ कि देखो इन्ने फार्मर मर गए आ, इन्ना कुछ हो गया, तो उन्होंने भी आके इतने जी अपनी इंडियन कम्युनिटी आ उन्हों का साथ देना चाहिए, रैली के शामिल होना चाहिए कि असी भी थोड़े नाल हाँ, क्योंकि इन्ना उत्थे बेचारे साढ़े लोग इन्ने मर रहे हैं, असी तो इतने बैठे हाँ, पर मैं ये नहीं कहता कोई वॉयलेंस होए जो कोई गलत गल होए किसी नाल होए, मैं ये मैसेज देना चाहना कि जेड़े पंजाबी या नहीं बाकी भी आ जे उन्होंने ये लगता उन्होंने स्टडी करो, उन्होंने लगता कि ये फार्मर सही बैठे आ मर रहे आ, तो तुसी भी रैली च आके उन्होंने साथ दो रैदर दैन के तुसी आके उन्होंने अपोज करो। ठीक है, ये सुझा आ। थैंक यू जी। कि पीसफुल होना चाहिए, किसी कोई इदा की कोई गल ही नहीं होनी चाहिए, क्योंकि असी इतने होर बदनाम होवे तो अपने अगों आने वाले बच्चों लिए भी प्रॉब्लम खड़ी करा, इट शुड बी पीसफुल। थैंक यू जी। पर बाकी लोगों को साथ देना चाहिए, जेडे लोग बीजेपी के भगत आ उन्होंने भी साथ देना चाहिए आके। ठीक है जी, थैंक यू जी, थैंक यू जी, थैंक यू जी। हाँ जी नैक्सट कॉल जी, चैनल वाई से स्वागत है जी। हैलो जी, हाँ जी चैनल वाई से स्वागत है जी। सत श्रीकाल जी, कौन सा बोलते जी? जी मैं हरप्रीत बोल रहा। हाँ जी हरप्रीत जी, तुसी एयर ते। हाँ जी थोड़ी गल बिल्कुल ठीक है जी, जे आपां नूं सब नूं इत्थे आपस भाईचारा बना के रखना चाहिए वा। ठीक है जी, इह आपां आप दे विच करके जिहड़ा भी कुछ कर रहे हैं उहदे नाल की कहिंदे आ आपस दे साडियां जिहड़ियां तंदां उह वी कमजोर हो रहियां ने, ते बाकी आपां आपदा जिहड़ा आउण वाला भविख उह वी खराब करी जांदे। पर भी तुसी भी कदे कई वारी गौर नाल सोचा करो कि देखो इक बंदा रैली कर रहे ने किसी चीज़ दे अगेंस्ट, ठीक है जी, उस मौके ही जे दूजे पासे दूजे बंदे जान के ओनू करना चाहन ते ओनू एक धर्म दी रंगत देण लग जाण फिर तां गलत गल आ जी। इह फार्मर दा जिहड़ा प्रोटेस्ट होया सीगा इह कदे हिंदू सिख या किसी दा नहीं सीगा जी, इह सिर्फ इहनां ने बना दित्ता जी, इक कौम दे नाल ला के इहनां दा ही आ। इवन स्पेन दे विच उहनां ने फार्मर ने हुण उहनां दे एक्ट दे उह तों बाद उहनां दा एक्ट बण गया, अपने अमेरिका विच जर्मन विच दूजे प्रोटेस्ट दे विच दूजे किसान भी ट्रैक्टर लैके आए सी, उहनां दा कोई धर्म नहीं सीगा, उह तां एज़ ए फार्मर आए। ਆਪਾਂ ਨੂੰ ਕੀ ਲੋੜ ਪਈ ਹੈ ਦੂਜੇ ਬੰਦਿਆਂ ਨੂੰ ਕਿ ਉਹਦੇ ਖਿਲਾਫ ਹੀ ਦੂਜੀ ਰੈਲੀ ਕਰਕੇ ਜੇ ਅਸੀਂ ਤਿਰੰਗਾ ਰੈਲੀ ਕਰਨੀ ਹੈ ਉਹ ਕਰਨੀ ਹੈ, ਮੈਨੂੰ ਪਤਾ ਉਹਨਾਂ ਦੀ ਭਾਵਨਾ ਆਪਦੀਆਂ ਜਾਂ ਹੋਣਗੀਆਂ, ਪਰ ਇਹ ਭਾਵਨਾ ਦੇ ਨਾਲ ਇੱਕ ਹਿਡਨ ਭਾਵਨਾ ਇਹ ਸੀਗੀ ਕਿ ਤੁਸੀਂ ਉਹਨਾਂ ਨੂੰ ਜਾਣ ਕੇ ਉਹਨਾਂ ਦਾ ਵਿਦਰੋਹ ਕਰਨ ਲੱਗੇ ਦਿਖਾਉਣ ਲੱਗੇ ਹੋਏ ਹੋ, ਤੁਸੀਂ ਕਰਨਾ ਕਰੋ ਲੇਟ ਕਰ ਲਓ ਕਿਤੇ ਹੋਰ ਪਾਸੇ ਜਾ ਕਰ ਲਓ ਜਾਣ ਕੇ ਨਾ, ਇਹ ਆ ਚਲੋ ਇੱਕ ਬੰਦੇ ਤਾਂ ਉਹਦੇ ਫੇਵਰ ਦੇ ਉਹਦੇ ਅਗੇਂਸਟ ਕਰ ਰਹੇ ਸੀਗੇ, ਹੁਣ ਵੀ ਉਹਦੇ ਫੇਵਰ ਜਾ ਕੇ ਕੀ ਫਿਰ ਤਾਂ ਭਾਈਚਾਰਾ ਵੀ ਆਪਣੇ ਆਪ ਹੀ ਖੰਡਾ ਰਹੇ ਹੋ,
ਉਹ ਜੇ ਫਾਰਮਰ ਦੇ ਵੋਲਟ ਉੱਥੇ ਉਹਦੇ ਵਾਸਤੇ ਕਰ ਰਹੇ ਨੇ ਵਿਰੋਧ ਕਰ ਰਹੇ ਨੇ, ਉਹ ਕੋਈ ਕਿਸੇ ਇੱਕ ਮੋਦੀ ਦੇ ਇਕੱਲੇ ਤਾਂ ਨਹੀਂ ਉਹਦੇ ਵੋਲਟ ਰਹੇ, ਪਰ ਇਹ ਲੋਕ ਉਹਨੂੰ ਮੋਦੀ ਦੇ ਆਲੇ ਦੁਆਲੇ ਘੁਮਾਈ ਫਿਰਦੇ ਨੇ, ਉਸ ਤੋਂ ਗਾਹਾਂ ਨਿਕਲ ਨਹੀਂ ਦੇ ਰਹੇ ਬਗੈਰ ਮਤ ਦੇ। ਥੈਂਕ ਯੂ ਜੀ। ਤੇ ਤਾਂ ਇਹ ਹੈ ਕਿ ਦੇਖੋ ਭਾਈਚਾਰਾ ਤਾਂ ਹੀ ਵਧੂਗਾ ਜੇ ਸਾਡੇ ਦਿਲ ਵੱਡੇ ਹੋਣਗੇ, ਦਿਲ ਥੋੜੇ ਉੱਚੇ ਕਰਨਗੇ। ਹਾਂ ਉਹ ਜਿਹੜੇ ਮੁੰਡੇ ਨੇ ਵੀ ਜੇ ਮਾਰਿਆ ਕੁਛ ਧੱਕਾ ਵੀ ਦਿੱਤਾ, ਉਹ ਵੀ ਗਲਤ ਆ, ਉਹਨੂੰ ਮੈਂ ਸਹੀ ਨਹੀਂ ਕਰਦਾ, ਬਿਲਕੁਲ, ਪਰ ਦੇਖੋ ਉਹਨਾਂ ਨੇ ਗਲਤੀ ਕਰ ਲਈ ਧੱਕਾ ਦਿੱਤਾ, ਪਰ ਇਨੀਸ਼ੀਏਟ ਤਾਂ ਇਹਨਾਂ ਨੇ ਆਪ ਕਰਵਾਇਆ ਨਾ ਜਾ ਕੇ ਜੀ ਤਿਰੰਗਾ। ਹੁਣ ਦੇਖੋ ਵੱਡੇ ਵੱਡੇ ਬਿੱਲੋ ਬੋਰਡਾਂ ਨੇ ਪਤਾ ਵਾ ਕਿ ਇੱਥੇ ਕਮਿਊਨਿਟੀ 80 ਤੋਂ ਵੱਧ ਪਰਸੈਂਟ ਕਮਿਊਨਿਟੀ ਆਲਟ ਹੋਈ ਹੋਈ ਆ, ਕਿ ਉੱਥੇ ਜੀ ਖਰਾਬ ਹੋਇਆ ਜੀ। ਉਹ ਜੀ ਮੋਦੀ ਦਾ ਧੰਨਵਾਦ ਵਾਸਤੇ ਠੀਕ ਹੈ, ਇਹ ਲਵਾਉਣੇ ਤਾਂ ਚਾਹੀਦੇ ਸੀਗੇ ਗੌਰਮੈਂਟ ਨੂੰ, ਜੇ 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 ਕੈਨੇਡੀਅਨ ਗੌਰਮੈਂਟ ਟੂਡੋ ਨੇ ਜਿਹਨਾਂ ਨੂੰ ਮਿਲਿਆ ਵਾ ਉਹ ਕਰ ਸਕਦੇ ਸੀ, ਇਹ ਕਿਸੇ ਇੱਕ ਗਰੁੱਪ ਨੂੰ ਹੀ ਕਿਉਂ ਲੋੜ ਪਈ ਹੈ। ਤੇ ਇੱਕ ਮੈਂ ਹੁਣ ਤੁਹਾਨੂੰ ਨੌ ਵੀ ਬੋਲ ਰਿਹਾ, ਨੌਨ ਬੈਨਰ ਜੀ ਉਹਨੇ ਕਿਉਂ ਕਿਹਾ ਜੀ ਅਸੀਂ ਗੁਰਦੁਆਰੇ ਦੇ ਆਲੇ ਦੁਆਲੇ ਪ੍ਰੋਟੈਸਟ ਕਰਾਂਗੇ। ਧੱਕਾ ਮਾਰੇ ਗਲਤ ਆਈ ਉਂਗਲ ਤਾਂ ਇਹ ਲਾਉਂਦੇ ਨੇ ਪਹਿਲਾਂ ਪਹਿਲਾਂ ਜਾਣ ਮੁੜ ਕੇ, ਕਿਉਂ ਜਦਾ ਮੋਦੀ ਇੰਡੀਆ ਵਿੱਚ ਆਇਆ ਵਾ, ਮੇਰੀ ਗੱਲ ਪੂਰੀ ਵਾਲਿਆਂ ਨੂੰ ਜਦੋਂ ਮੋਦੀ ਇੰਡੀਆ ਆਇਆ ਇਹ ਚੀਜ਼ਾਂ ਨਫ਼ਰਤ ਦੀਆਂ ਇੱਥੇ ਤੱਕ ਕਿਉਂ ਪਹੁੰਚੀਆਂ ਨੇ, ਇਹ ਉੱਥੇ ਰੱਖ ਦੇਣੀ ਜਿਹੜੀ ਪਿਛਲੀਆਂ ਇਲੈਕਸ਼ਨਾਂ ਵਿੱਚ ਕੈਨੇਡਾ ਦੀ ਇਲੈਕਸ਼ਨਾਂ ਵਿੱਚ ਇਹ ਧਰਮ ਤੇ ਮੋਦੀ ਉਹਨਾਂ ਦਾ ਪ੍ਰਭਾਵ ਸਾਰਾ ਇੱਥੇ ਰੇਡੀਓ ਸਟੇਸ਼ਨਾਂ ਤੇ ਉੱਤੇ ਦੇਖ ਰਿਹਾ ਸੀ ਸਾਰੇ ਪਾਸੇ, ਉਸ ਮੌਕੇ ਵੀ ਨੀ ਆਪਾਂ ਬੋਲਿਆ, ਜੇ ਉਦੋਂ ਹੀ ਤੋਂ ਰੋਕਣ ਲੱਗੇ ਹੁੰਦੇ ਆਪਾਂ ਇਹ ਸਭ ਨਹੀਂ ਹੁੰਦਾ ਉਹਦਾ। ਥੈਂਕ ਯੂ ਜੀ। ਥੈਂਕ ਯੂ ਤੁਸੀਂ ਬਾਜੀ ਸਾਰਾ ਪ੍ਰੋਗਰਾਮ ਸੁਣਿਆ ਕਰੋ ਔਰ ਹਰੇਕ ਵੀਕ ਜ਼ਰੂਰ ਪ੍ਰੋਗਰਾਮ ਸੁਣਿਆ ਕਰੋ, ਫਰਾਈਡੇ ਸੈਚਰਡੇ ਸੰਡੇ ਜਾਂ ਥਰਸਡੇ ਜੁੱਤ ਵੀ ਰਹੋਣੀ ਕਰਦੇ ਆ, ਪ੍ਰੋਗਰਾਮ ਜ਼ਰੂਰ ਸੁਣਿਆ ਕਰੋ। ਜਿੰਨੇ ਕੁ ਪਿਛਲੇ ਪ੍ਰੋਗਰਾਮ ਦੇ ਵਿੱਚ ਇਸ ਚੀਜ਼ ਨੂੰ ਕੰਡੈਮ ਕੀਤਾ ਗਿਆ ਨਾ ਪਿਛਲੇ ਵੀਕ ਦੇ ਪ੍ਰੋਗਰਾਮ ਦੇ ਵਿੱਚ, ਉਦੋਂ ਸਾਡਾ ਮੁੱਦਾ ਹੀ ਇਹ ਸੀ। ਅੱਜ ਜੇ ਤੁਸੀਂ ਓਪਨਿੰਗ ਸਟੇਟਮੈਂਟ ਹੁੰਦੀ ਤਾਂ ਤੁਹਾਡੀ ਆ ਸਟੇਟਮੈਂਟ ਆਉਣੀ ਨਹੀਂ ਸੀ, ਜੇ ਤੁਸੀਂ ਮੇਰੀ ਓਪਨਿੰਗ ਸਟੇਟਮੈਂਟ ਸੁਣੀ ਹੁੰਦੀ। ਮੈਂ ਓਪਨਿੰਗ ਸਟੇਟਮੈਂਟ ਦੇ ਵਿੱਚ ਹੀ ਇਹ ਕਿਹਾ ਸੀ ਕਿ ਹਿਡਨ ਏਜੰਡੇ ਦੇ ਨਾਲ ਜਿਹੜੀ ਰੈਲੀ ਰੱਖੀ ਗਈ ਹੈ ਨਾ ਬਈ ਦੂਏ ਦਾ ਆਸਰਾ ਲੈ ਕੇ ਵੈਕਸੀਨ ਦਾ, ਬਈ ਇਹੋ ਜਿਹੀ ਰੈਲੀ ਹੋਣੀ ਨਹੀਂ ਸੀ ਚਾਹੀਦੀ। ਸਾਡੇ ਉਹਨਾਂ ਭਰਾਵਾਂ ਨੂੰ ਸੋਚਣਾ ਚਾਹੀਦਾ ਸੀ ਕਿ ਇੰਡੀਆ ਦੇ ਵਿੱਚ ਫਾਰਮਰਸ ਨੂੰ ਲੈ ਕੇ ਫਾਰਮਰ ਬਿੱਲਸ ਨੂੰ ਲੈ ਕੇ ਪ੍ਰੋਟੈਸਟ ਚੱਲ ਰਹੀ ਆ, ਔਰ ਉਹ ਫਾਰਮਰ ਬਿੱਲਸ 130 ਕਰੋੜ ਆਵਾਮ ਨੂੰ ਇੰਪੈਕਟ ਕਰ ਰਿਹਾ, ਇਕੱਲੇ ਫਾਰਮਰ ਨੂੰ ਨਹੀਂ ਇੰਪੈਕਟ ਕਰ ਰਹੇ। ਉਹ ਜਦੋਂ ਮਹਿੰਗਾਈ ਹੋਣੀ ਆ, ਜਦੋਂ ਜਿਹੜੀ ਉੱਤੇ ਸਟਾਕਿੰਗ ਦੀ ਜਿਹੜਾ ਸਟਾਕਿੰਗ ਵਾਲਾ ਕਾਨੂੰਨ ਹੈ ਜਦੋਂ ਉਹਦਾ ਇੰਪੈਕਟ ਪੈਣਾ, ਉਹ ਸਾਰੀ ਆਵਾਮ ਨੂੰ ਮਹਿੰਗਾਈ ਹੋਣੀ ਆ, ਜ਼ਿਮੀਂਦਾਰ ਨੇ ਉਹ ਮਹਿੰਗੀ ਚੀਜ਼ ਲੈ ਕੇ ਨਹੀਂ ਖਾਣੀ। ਅੱਜ ਦਾ ਸਾਡਾ ਮੁੱਦਾ ਹੋਰ ਹੈ, ਇਹ ਸਾਰਾ ਅਸੀਂ ਬਹੁਤ ਵਿਚਾਰ ਚੁੱਕੇ ਹਾਂ, ਪਰ ਮੈਂ ਓਪਨਿੰਗ ਸਟੇਟਮੈਂਟ ਦੇ ਵਿੱਚ ਬਿਲਕੁਲ ਕਿਹਾ ਸੀ ਕਿ ਤੁਸੀਂ 15 ਅਗਸਤ ਕੈਨੇਡਾ ਡੇ ਗਣਤੰਤਰ ਦਿਵਸ 'ਤੇ ਤੁਸੀਂ ਇੰਡੋ ਕੈਨੇਡੀਅਨ ਟਾਈਜ਼ ਨੂੰ ਸਟਰੋਂਗ ਕਰਨ ਲਈ ਜਿੰਨੀ ਮਰਜ਼ੀ ਰੈਲੀ ਕੱਢੋ, ਅਸੀਂ ਵੀ ਨਾਲ ਤੁਰਾਂਗੇ ਤੁਹਾਡੇ, ਕਿਉਂਕਿ ਵੀ ਆਰ ਇੰਡੀਅਨ ਟੂ, ਅਸੀਂ ਇੰਡੀਅਨ ਹਾਂ, ਅਸੀਂ ਸਾਰੇ ਫਾਰਮਰ ਜਿਹੜੇ ਹਾਂ ਅਸੀਂ ਇੰਡੀਅਨ ਹਾਂ। ਉਹ ਨੰਬਰ 2 ਫਾਰਮਰਾਂ ਨੇ ਹੀ ਤਾਂ ਭਰਾਵੋ, ਉਹਨਾਂ ਦੇ ਹੀ ਤਾਂ ਬੱਚੇ ਆ, ਫਾਰਮਰ ਅਤੇ ਮਜ਼ਦੂਰਾਂ ਦੇ ਬੱਚੇ ਜਿਹੜੇ ਅੱਜ ਵੀ ਸਰਹੱਦਾਂ ਤੋਂ ਤਿਰੰਗੇ 'ਚ ਲਪੇਟ ਹੋ ਕੇ ਆਉਂਦੇ ਆ। ਉਹ ਪਿਓ ਉੱਥੇ ਹੀ ਸੀ ਫਾਰਮਰ, ਜਿਹਦਾ ਬੱਚਾ ਤਿਰੰਗੇ 'ਚ ਲਪੇਟ ਹੋ ਕੇ ਆਇਆ, ਉੱਥੋਂ ਹੀ ਜਾ ਕੇ ਉਹਨੂੰ ਫਿਊਨਰਲ ਕੀਤਾ, ਆਪਣੇ ਪੁੱਤ ਦੇ ਚਿਤਾ ਨੂੰ ਦਾਗ ਦਿੱਤੇ। ਸੋ ਅਸੀਂ ਫਾਰਮਰ ਤੋਂ ਜ਼ਿਆਦੇ ਜਾਂ ਲੇਬਰ ਤੋਂ ਜ਼ਿਆਦੇ ਕਿਹੜੇ ਪੋਲੀਟੀਕਲ ਬੰਦੇ ਦਾ, ਮੈਨੂੰ ਗਣਾਓ ਕਿੰਨੇ ਪੋਲੀਟੀਕਲ ਬੰਦਿਆਂ ਨੇ ਫੌਜ 'ਚ ਸਰਵ ਕੀਤਾ, ਕਿੰਨੇ ਪੋਲੀਟੀਕਲ ਬੰਦਿਆਂ ਦੇ ਦੂਏ ਔਨ ਰੈਕਡ, ਮੈਂ ਕਹਿੰਦਾ ਕਹਿੰਦੇ ਗੁਜਰਾਤ ਦੀ ਸਭ ਤੋਂ ਘੱਟ ਰਿਪ੍ਰਜੈਂਟੇਸ਼ਨ ਹੈ ਮਿਲਟਰੀ ਦੇ ਵਿੱਚ। ਸੋ ਪੁੱਤ ਮਾਰਨ ਉੱਥੇ ਮਜ਼ਦੂਰਾਂ ਦੇ, ਜ਼ਿਮੀਂਦਾਰਾਂ ਦੇ, ਅਤੇ ਪੋਲੀਟਿਕਸ ਕਰਨ ਇਹ ਸਾਡੇ ਰਾਜਨੇਤਾ, ਕਿਹੜਾ ਚਾਹੇ ਕਾਂਗਰਸ ਹੀ ਕਹਿ ਦੇਣ। ਮੈਂ ਗੱਲ ਇਹ ਨਹੀਂ ਕਹਿੰਦਾ ਵੀ ਅੱਜ ਦੀ ਸਰਕਾਰ, ਮੈਂ ਤਾਂ ਅੱਜ ਦੀ ਸਰਕਾਰ ਨੂੰ ਤਾਂ ਸਾਲ ਹੀ 6 ਮਿਲੇ ਆ, 4 ਵਾਜਪਾਈ ਸਾਹਿਬ ਦੇ ਲਾ ਲਓ 10 ਹੋ ਜਾਣਗੇ। 1947 ਤੋਂ ਲੈ ਕੇ ਕਾਂਗਰਸ ਨੇ ਕੀ ਕੁਛ ਕੀਤਾ, 84 ਕਾਂਗਰਸ ਨੇ ਹੀ ਕਰਾਈ, ਸਾਰਾ ਕੁਛ ਕਾਂਗਰਸ ਨੇ ਹੀ ਕੀਤਾ। ਸੋ ਜਿਹੜੇ ਪੋਲੀਟੀਕਲ, ਕੋਈ ਵੀ ਪੋਲੀਟੀਕਲ, ਮੈਂ ਉਸ ਭਾਰਤ ਦੀ ਗੱਲ ਹੀ ਕਰਦਾ, ਸੁਪਰੀਮ ਕੋਰਟ ਨੇ ਦੇਖੋ ਅੱਜ ਬਹੁਤ ਵਧੀਆ, ਸੁਪਰੀਮ ਕੋਰਟ ਨੇ 1 ਨਹੀਂ 2 ਨਹੀਂ 3 ਨਹੀਂ ਕਿੰਨੀਆਂ ਰੂਲਿੰਗ ਅੱਜ ਇਹ ਦਿੱਤੀਆਂ ਕਿ ਸਰਕਾਰ ਦੇ ਨਾਲ ਵਿਚਾਰਾਂ ਦਾ ਮਤਭੇਦ ਹੋਣਾ ਡਜ਼ ਨਾਟ ਮੀਨ ਦੇਸ਼ ਦੇ ਨਾਲ ਵਿਚਾਰਾਂ ਦਾ ਮਤਭੇਦ ਹੋਣਾ। ਤੁਹਾਡੇ ਸਾਹਮਣੇ ਆ ਫਾਰੂਕ ਅਬਦੁੱਲਾ, ਹੁਣ ਦੂਸਰੇ ਕੇਸ ਦੇ ਵਿੱਚ ਵੀ ਇਹੀ ਚੀਜ਼ ਹੋਈ ਆ, ਅਤੇ ਉਦੋਂ ਬਾਅਦ ਆ ਮੇਰਾ ਖਿਆਲ ਜਿਹੜੀ ਉਹ ਦਿਸ਼ਾ ਦੇ ਕੇਸ ਦੇ ਵਿੱਚ ਵੀ ਹੋਈ ਆ, ਨੌਦੀਪ ਦੇ ਕੇਸ ਦੇ ਵਿੱਚ ਵੀ ਹੋਈ ਆ। ਸੁਪਰੀਮ ਕੋਰਟ ਸਾਫ਼ ਕਹੀ ਜਾਂਦੀ ਆ ਵੀ ਸਰਕਾਰ ਦੇ ਖਿਲਾਫ਼ ਕੋਈ ਗੱਲ ਕਰਦਾ ਆ ਉਹਦਾ ਦੇਸ਼ ਦੇ ਖਿਲਾਫ਼ ਉਹਨੂੰ ਨਹੀਂ ਅਸੀਂ ਕਿਹਾ ਜਾ ਸਕਦਾ। ਇਹੀ ਚੀਜ਼ ਮੇਰੇ ਵੀਰੋ ਹੈਗੀ ਆ, ਅੱਜ ਪਰ ਅਸੀਂ ਗੱਲ ਕਰ ਰਹੇ ਹਾਂ ਕੈਨੇਡਾ ਦੀ। ਸਾਡੇ ਇੱਥੇ ਬਿਲਕੁਲ ਤੁਹਾਡੀ ਗੱਲ ਸਹੀ ਆ, ਜਿਹੜੀਆਂ ਰੈਲੀਆਂ ਇੱਥੇ ਉਹ ਯੋਜਨਾਬੱਧ ਤਰੀਕੇ ਨਾਲ ਕਰੋ, ਮਹੀਨੇ 'ਚ ਇੱਕ ਰੈਲੀ ਕਰੋ। ਮੈਂ ਤਾਂ ਆਪ ਕਹਿੰਦਾ ਮੈਂ ਇਸ ਚੀਜ਼ ਦੇ ਅਗੇਂਸਟ ਨਹੀਂ, ਪਰ ਮੈਂ ਡੇਲੀ 3-3 ਰੈਲੀਆਂ ਹੋਣ ਦੇ ਅਗੇਂਸਟ ਹੈ। ਦੈਟਸ ਏ ਡਿਸਟਰੈਕਸ਼ਨ, ਲੋਕਾਂ ਦੇ ਐਕਸੀਡੈਂਟ ਹੁੰਦੇ ਆ, ਲੋਕਾਂ ਦੀ ਲਾਈਫ ਇੰਪੈਕਟ ਹੁੰਦੀ ਆ, ਲੋਕ ਸਫ਼ਰ ਕਰਦੇ ਆ ਹਾਈਵੇ ਦੇ ਉੱਤੇ, ਜਦੋਂ ਅਸੀਂ 2-2 ਲਾਈਨਾਂ ਬਲੋਕ ਕਰਕੇ ਡਾਊਨ ਟਾਊਨ ਦੇ ਵਿੱਚ ਅਸੀਂ ਉੱਥੇ ਇੰਨਾ ਇੰਨਾ ਟ੍ਰੈਫਿਕ ਬਲੋਕ ਕਰਦੇ ਹਾਂ, ਉਹਦੇ 'ਤੇ ਲੋਕ ਇੰਪੈਕਟ ਹੁੰਦੇ ਆ।
ਸੋ ਸਾਡਾ ਅੱਜ ਦਾ ਜਿਹੜਾ ਮੁੱਦਾ ਆ ਉਹ ਇਹੀ ਆ ਕਿ ਹਾਉ ਵੀ ਕੈਨ ਮੇਕ ਬੈਟਰ ਪਲੇਸ। ਇੱਥੇ ਅਸੀਂ ਆਪਸੀ ਟਾਈਜ਼, ਜਿਹੜੇ ਉਹ 10 ਬੰਦੇ ਪੋਲੀਟੀਕਲ 20 ਬੰਦੇ ਹੋਣਗੇ ਉਹਨਾਂ ਨੂੰ ਸਮਝਾਉਣਾ ਚਾਹੀਦਾ, ਜਿਹੜੇ ਸਾਡੇ ਹਿੰਦੂ ਭਰਾ ਇੱਥੇ ਬੈਠੇ ਆ ਇਹਨਾਂ ਨੂੰ ਉੱਧਰ ਕੰਮ ਕਰਨਾ ਚਾਹੀਦਾ। ਸਾਨੂੰ ਆਪਣੀ ਖੁੱਲ੍ਹ ਕੇ, ਸਾਡੇ ਜੇ ਅਸੀਂ ਫਾਰਮਰ ਹੈ, ਅਸੀਂ ਫਾਰਮਰ ਪ੍ਰੋਟੈਸਟ ਦੇ ਜੇ ਅਸੀਂ ਫੇਵਰ ਦੇ ਵਿੱਚ ਵੀ ਹਾਂ, ਉਹਨੂੰ ਕਿੱਦਾਂ ਬੈਟਰ ਕਰ ਸਕਦੇ ਹਾਂ ਉਹਦੇ ਬਾਰੇ ਸਾਨੂੰ ਬਿਲਕੁਲ ਗੱਲ। ਮੈਂ ਆਪ ਕਹਿੰਦਾ ਫਾਰਮਰ ਹੋ ਕੇ ਮੈਂ ਰੈਲੀਆਂ ਦੇ ਫੇਵਰ 'ਚ ਹਾਂ, ਪਰ ਮੈਂ ਹਰੇਕ ਵੀਕ ਦੇ ਰੈਲੀ ਨਹੀਂ, ਮੈਂ ਕਹਿੰਦਾ ਮਹੀਨੇ ਬਾਅਦ ਕਰੋ ਜਾਂ ਦੋ ਮਹੀਨੇ ਇੱਕ ਰੈਲੀ ਕਰੋ, ਪਰ ਕਰੋ ਯੋਜਨਾਬੱਧ ਤਰੀਕੇ ਨਾਲ, ਆਮ ਨਾਗਰਿਕ ਦੀ ਲਾਈਫ ਇੰਪੈਕਟ ਨਾ ਹੋਵੇ। ਮੈਂ ਇਹਦੇ ਬਾਰੇ ਵਿਚਾਰ ਲੈ ਲੈਂਦਾ, ਸੈਣੀ ਸਾਹਿਬ ਤੁਹਾਡੇ ਕੋਲੋਂ ਹੀ ਸ਼ੁਰੂ ਕਰ ਲੈਂਦੇ ਹਾਂ ਵੀ ਤੁਸੀਂ ਆਪ ਫਾਰਮਰ ਬਿਲਸ ਦੇ ਪ੍ਰੋਟੈਸਟ ਆ, ਤੁਸੀਂ ਆਪ ਫਾਰਮਿੰਗ ਕੀਤੀ ਆ, ਤੁਸੀਂ ਫਾਰਮਰ ਪਰਿਵਾਰ ਦੇ ਵਿੱਚੋਂ ਆ, ਬਟ ਕੈਨੇਡਾ ਦੇ ਵਿੱਚ ਹਰ ਵੀਕ ਰੈਲੀ, ਅਸੀਂ ਜੋ ਪਹਿਲਾਂ ਤੋਂ ਹੀ ਗੱਲ ਕਰ ਰਹੇ ਹਾਂ ਵੀ ਅਸੀਂ ਕੈਨੇਡਾ ਨੂੰ ਬੈਟਰ ਪਲੇਸ ਬਣਾਉਣਾ ਆ, ਇਹਨੂੰ ਅਸੀਂ ਫਾਰਮਰ ਹੋ ਕੇ, ਫਾਰਮਰ ਰੈਲੀ ਦੇ ਸਪੋਰਟਰ ਹੋ ਕੇ, ਹਾਉ ਵੀ ਕੈਨ ਮੇਕ ਇਟ ਬੈਟਰ। ਸੰਦੀਪ ਜੀ, ਜਿਵੇਂ ਆਪਾਂ ਪਹਿਲਾਂ ਵੀ ਇਹ ਗੱਲ ਕਰ ਰਹੇ ਸੀ, ਆਪਾਂ ਜਿਹੜੇ ਮੈਂ ਘਰ ਛੱਡ ਕੇ, ਮੈਂ ਦੁਬਾਰਾ ਰਿਪੀਟ ਕਰ ਦਿੰਦਾ ਆਪਣੇ ਆਪ ਨੂੰ, ਜਿਹੜਾ ਆਪਾਂ ਸਭ ਕੁਝ ਪਿੱਛੇ ਛੱਡ ਕੇ ਆਏ ਹਾਂ, ਜਾਂ ਸਭ ਤੋਂ ਪਹਿਲਾਂ ਸਾਡੇ ਬਜ਼ੁਰਗ ਆਏ ਆ, 100 ਸਾਲ ਪਹਿਲਾਂ ਆਏ ਆ, ਕਿਸ ਟਾਈਮ 'ਤੇ ਆਏ ਆ, ਉਹ ਕਾਹਦੇ ਵਾਸਤੇ ਛੱਡ ਕੇ ਆਏ ਆ ਉੱਥੇ ਜੀ, ਇੰਡੀਆ ਨੂੰ, ਪੰਜਾਬ ਨੂੰ ਕਾਹਦੇ ਵਾਸਤੇ ਛੱਡ ਕੇ ਆਏ ਹਾਂ ਆਪਾਂ? ਆਪਾਂ ਇੰਨੇ ਪੜ੍ਹੇ ਲਿਖੇ ਉੱਥੇ, ਜਿਹੜੇ ਇੰਨੇ ਇੰਨੇ ਪਰਿਵਾਰ, ਆਪਣੀਆਂ ਜ਼ਮੀਨਾਂ ਜਾਇਦਾਦਾਂ ਵੀ, ਆਪਣੇ ਬਚਪਨ ਦਾ ਸਾਰਾ, ਆਪਣੇ ਰਿਸ਼ਤੇਦਾਰ, ਯਾਰ ਦੋਸਤ, ਮਿੱਤਰ ਸਭ ਛੱਡ ਗਿਆ। ਇੱਕ ਜਿਵੇਂ ਛੋਟਾ ਜਿਹਾ ਪੌਦਾ ਪੱਟ ਕੇ ਇੱਕ ਦੂਜੀ ਥਾਂ ਲਾਉਣਾ ਹੋਵੇ ਤਾਂ ਉਹ ਛੇਤੀ ਲੱਗ ਵੀ ਜਾਂਦਾ, ਇੱਕ ਪੂਰਾ ਪੇੜ ਪੱਟ ਕੇ ਤੁਸੀਂ, ਆਪਾਂ ਆਪਣੇ ਆਪ ਨੂੰ ਪੇੜ ਸਮਝ ਕੇ ਉੱਥੇ, ਆਪਾਂ ਉਹ ਸਾਡੀ ਜਵਾਨੀ ਉੱਥੇ ਬੀਤੀ, ਅਸੀਂ ਉੱਥੇ ਬੜੇ ਹੋਏ ਹਾਂ, ਇਹ ਬਹੁਤ ਮੁਸ਼ਕਲ ਹੁੰਦਾ ਆਪਣਾ ਘਰ ਛੱਡ ਕੇ ਕਿਸੇ ਵਾਸਤੇ ਵੀ, ਘਰ ਵਾਸਤੇ ਬੰਦਾ, ਇਹ ਈਵਨ ਪੰਛੀ ਵੀ ਜਾਂ ਕੋਈ ਜਾਨਵਰ ਵੀ ਰਹਿੰਦਾ, ਉਹ ਮਰ ਜਾਂਦਾ, ਘਰ ਨਹੀਂ ਛੱਡਦਾ। ਸੋ ਆਪਾਂ ਘਰ ਛੱਡ ਕੇ ਕਾਹਦੇ ਵਾਸਤੇ ਆਏ ਇੱਥੇ? ਚੰਗੀ ਲਾਈਫ ਵਾਸਤੇ। ਕਿਉਂ ਚੰਗੀ ਲਾਈਫ ਇੱਥੇ ਕਿਉਂ ਸੀ ਇੰਡੀਆ ਨਾਲੋਂ? ਕਿਉਂਕਿ ਇੱਥੇ ਦੇ ਕਾਇਦਾ ਕਾਨੂੰਨ ਵਧੀਆ ਸੀਗੇ, ਵਧੀਆ ਇੰਪਲੀਮੈਂਟ ਹੁੰਦੇ ਸੀ, ਲੋਕਾਂ ਦੀ ਲਾਈਫ ਦੀ ਜਿਹੜੀ ਸੀ ਉਹ ਵਧੀਆ ਸਟੈਂਡਰਡ ਹੈਗਾ। ਸਾਨੂੰ ਘਰ ਦਾ ਕੋਈ ਭਾਵੇਂ ਬੜਾ ਹੋਵੇ ਘਰ, ਭਾਵੇਂ ਛੋਟਾ ਹੋਵੇ, ਹਰੇਕ ਔਰ ਘਰ ਦੇ ਵਿੱਚ ਉਹ ਸਭ ਉਹੀ ਫੈਸਿਲਿਟੀਆਂ ਹੈਗੀਆਂ ਜਿਹੜੀਆਂ ਬੜੇ ਘਰ 'ਚ ਵੀ ਹੈਗੀਆਂ। ਪਾਣੀ ਦੀ ਗੱਲ ਕਰ ਲਓ, ਬਿਜਲੀ ਦੀ ਗੱਲ ਕਰ ਲਓ, ਲਾਈਟ ਦੀ, ਹੀਟ ਦੀ ਗੱਲ ਕਰ ਲਓ, ਹੈ ਨਾ, ਸੜਕਾਂ ਦੇਖ ਲਓ ਤੁਸੀਂ, ਸਕੂਲ ਦੇਖ ਲਓ, ਹੈਲਥ ਸਿਸਟਮ ਦੇਖ ਲਓ, ਲੋਅ ਐਂਡ ਆਰਡਰ ਦੇਖ ਲਓ। ਸਭ ਨਾਲ ਵੱਡੀ ਗੱਲ ਇਹ ਹੈ ਕਿ ਪੁਲਿਸ ਵਾਲਾ ਅਗਰ ਤੁਸੀਂ ਕੋਈ ਗੁਨਾਹ ਵੀ, ਗਲਤੀ ਵੀ ਕਰਦੇ ਆ ਔਰ ਤੁਹਾਨੂੰ ਰੋਕਦੇ ਆ, ਹੋਰ ਤੁਸੀਂ ਰੁਕ ਜਾਂਦੇ ਆ ਜਦ ਤੱਕ ਤੁਸੀਂ ਕੋਈ ਉਹਦੇ ਨਾਲ ਗਲਤ ਗੱਲ ਤਰੀਕੇ ਨਾਲ ਨਹੀਂ ਕਰਦੇ, ਤੁਹਾਨੂੰ ਸਰ ਕਹਿ ਕੇ ਗੱਲ ਕਰਦੇ। ਇਹ ਤੋਂ ਵਰਗ ਵਧੀਆ ਸਵਰਗ ਵਰਗਾ ਦੇਸ਼ ਤੁਹਾਨੂੰ ਕਿੱਥੇ ਹੋਣ? ਇਹ ਤੋਂ ਅੱਗੇ ਕਿੱਥੇ ਜਾਓਗੇ ਤੁਸੀਂ? ਇੱਥੋਂ ਅੱਗੇ ਕਿੱਥੋਂ ਜਾਓਗੇ? ਇਹਨੂੰ ਆਪਣੇ ਹੱਥੀਂ ਹੀ ਨਰਕ ਬਣਾਉਣ ਦੀਆਂ ਗੱਲਾਂ ਕਰ ਰਹੇ ਹੋ, ਇਹ ਕਨਫਰੈਂਟੇਸ਼ਨ ਕਰਕੇ, ਇਹਦਾ ਕੁਛ ਹੋਰ ਅੰਤ ਨਹੀਂ ਹੋਣਾ। ਇਹ ਤੋਂ ਪਹਿਲਾਂ ਕਿ ਗੌਰਮੈਂਟ ਟਾਈਟ ਕਰੇ, ਹੁਣ ਆਸਟ੍ਰੇਲੀਆ 'ਚ ਉਹਨਾਂ ਨੇ ਆਲਰੇਡੀ ਟਾਈਟ ਕਰ ਦਿੱਤੇ ਲੋ, ਉੱਥੇ ਉਹਨਾਂ ਨੇ ਬਹੁਤ ਸਖਤ ਕਰ ਦਿੱਤੇ ਇੱਥੇ ਨਾਲੋਂ, ਰੈਲੀਆਂ ਵਾਸਤੇ ਵੀ, ਹੋਰ ਧਾਰਮਿਕ ਜਲੂਸਾਂ ਵਾਸਤੇ ਵੀ, ਅਤੇ ਜਿਹੜੇ ਹੋਰ ਪੋਲੀਟੀਕਲ ਐਕਟੀਵਿਟੀਜ਼ ਹੁੰਦੀਆਂ ਉਹਨੂੰ ਉਸ ਵੇਲੇ ਕਰਕੇ ਉਹਨੂੰ ਬੰਦੇ ਨੂੰ ਡਿਪੋਰਟ ਕਰਕੇ ਬਾਹਰ ਭੇਜ ਦਿੰਦੇ, ਇੱਥੇ ਤੋਂ ਆਇਆ ਬੰਦਾ ਕੋਈ ਵੀ। ਸੋ ਕੀ ਤੁਸੀਂ ਚਾਹੁੰਦੇ ਹੋ ਕਿ ਇੱਥੇ ਵੀ ਗੌਰਮੈਂਟ ਇਹੀ ਕੰਮ ਕਰੇ? ਆਪਾਂ ਕਿੱਧਰੋਂ ਜਾ ਰਹੇ ਹਾਂ? ਮੈਂ ਤਾਂ ਇਹੀ ਕਹਿੰਦਾ ਕਿ ਇਸ ਤੋਂ ਪਹਿਲਾਂ ਕਿ ਗੌਰਮੈਂਟ ਕੋਈ ਇਹੋ ਜਿਹਾ ਸਟੈਪ ਲਵੇ, ਗੌਰਮੈਂਟ ਸਖਤ ਹੋਵੇ, ਸਾਨੂੰ ਆਪਣੇ ਸਮਾਜ ਦੇ ਵਿੱਚ ਇਹ ਅੰਦਰੋਂ ਟੋਹ ਕੇ ਦੇਖਣਾ ਚਾਹੀਦਾ ਇਮਾਨਦਾਰੀ ਦੇ ਨਾਲ। ਜਿਹੜੇ ਅਸੀਂ ਪੁਰਾਣੇ ਵੀ ਆਏ ਹਾਂ, ਆਪਾਂ ਆਪਣੇ ਆਪ ਨੂੰ ਕਹਿੰਦੇ ਹਾਂ ਪੁਰਾਣੇ ਵੀ ਆਏ ਹਾਂ ਔਰ ਨਵੇਂ ਵੀ ਆਏ ਹਾਂ, ਹਾਲਾਂਕਿ ਪੁਰਾਣੇ ਆਏ ਤਾਂ ਅਸੀਂ ਆਪਣੀ ਮਜ਼ਬੂਰੀ ਨਾਲ ਆਏ ਹਾਂ, ਪੁਰਾਣੇ ਆਏ ਤਾਂ ਕਿਸੇ ਦਾ ਇਹ ਤਾਂ ਨਹੀਂ ਹੈ ਕਿ ਉਹਦਾ ਕੋਈ ਨਵੇਂ ਵਾਲਿਆਂ ਨੂੰ ਕੋਈ ਉਹ ਹੈਗਾ, ਹਰੇਕ ਦਾ ਆਪੋ ਆਪਣਾ ਰੀਜ਼ਨ ਆ। ਜਦੋਂ ਅਸੀਂ ਵੀ ਆਏ ਤਾਂ ਸਾਨੂੰ ਸਾਡੇ ਜਿਹੜੇ ਇੱਥੇ ਪੁਰਾਣੇ ਬੰਦੇ ਸਾਡੇ ਪਿੰਡਾਂ ਤੋਂ ਆਏ ਹੋ ਸੀਗੇ, ਉਹ ਸਾਨੂੰ ਕਹਿੰਦੇ ਭਾਅ ਜੀ ਤੁਹਾਡੇ ਕੋਲ ਤਾਂ ਬੜੀ ਵਧੀਆ ਨੌਕਰੀ, ਤੁਸੀਂ ਕਾਹਤੇ ਉੱਥੋਂ ਛੱਡ ਕੇ ਆ ਗਏ? ਫਿਰ ਅਸੀਂ ਇਹ ਕਿਹਾ ਕਿ ਜੀ ਅਸੀਂ ਤਾਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਆਏ ਹਾਂ, ਬੱਚਿਆਂ ਦਾ ਆਪ ਭਵਿੱਖ ਬਣਾਵਾਂਗੇ ਅਸੀਂ ਇੱਥੇ। ਤਾਂ ਸਾਨੂੰ ਇਹ ਇਮਾਨਦਾਰੀ ਨਾਲ ਬੈਠ ਕੇ ਸਾਰਾ ਇਹਦਾ ਸੋਚਣਾ ਚਾਹੀਦਾ। ਔਰ ਇਹ ਤੋਂ ਪਹਿਲਾਂ, ਅੱਛਾ ਮੈਂ ਹੋਰ ਗੱਲ ਕਰਨਾ ਚਾਹੁੰਦਾ, ਜਿਹੜੇ ਕਿਸਾਨ ਐਜੀਟੇਸ਼ਨ ਵੀ ਹੋ ਰਹੀ ਹੈ ਉੱਥੇ ਵੀ ਉਹਨਾਂ ਨੇ ਕੋ ਕਿਹਾ ਜਦੋਂ ਹਰਿਆਣੇ ਦੇ ਬਾਰਡਰ 'ਤੇ ਉੱਥੇ ਦਿੱਲੀ ਦੇ ਬਾਰਡਰ 'ਤੇ ਬੈਠੇ ਸੀ ਰਾਜੇਵਾਲ ਹੁਣੀ, ਸਾਰਿਆਂ ਨੇ ਕਿਹਾ ਕਿ ਜੀ ਤੁਸੀਂ ਜਾਂ ਤਾਂ ਤਿਰੰਗਾ ਝੰਡਾ ਲਓ ਆਪਣੇ ਨਾਲ, ਅਤੇ ਤਿਰੰਗੇ ਦੇ ਨਾਲ ਜਿਹੜਾ ਕਿਸਾਨ ਜਿਹੜੀ ਵੀ ਯੂਨੀਅਨ ਦਾ ਤੁਸੀਂ ਹੈਗੇ ਆ ਉਹਦਾ ਝੰਡਾ ਲਓ ਇੱਥੇ ਵੀ ਆਪਾਂ, ਔਰ ਤੁਸੀਂ ਇੱਥੇ ਧਾਰਮਿਕ ਝੰਡੇ ਨਾਲ ਲਹਿਰਾਓ, ਹੈ ਨਾ, ਸਭ ਨੂੰ ਮਿੰਨਤਾਂ ਕੀਤੀਆਂ। ਇਹ ਕੋਈ ਧਰਮ ਦਾ ਯੁੱਧ ਜਾਂ ਧਰਮ ਦੀ ਲੜਾਈ ਨਹੀਂ ਹੈ, ਇਹਨੂੰ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਨਾ ਕਰੋ, ਇਹਦੇ ਨਤੀਜੇ ਗਲਤ ਹੋਣਗੇ। ਗੌਰਮੈਂਟ ਤਾਂ ਇਹ ਚਾਹੁੰਦੀ ਹੀ ਆ ਕਿ ਇਹਨੂੰ ਧਰਮ ਦਾ ਰੰਗ ਦੇ ਕੇ ਇਹਨੂੰ ਬਦਨਾਮ ਕਰਕੇ ਅੰਦੋਲਨ ਨੂੰ ਖਰਾਬ ਕਰ ਦਿੱਤਾ ਜਾਵੇ।
ਇੱਥੇ ਵੀ ਅਸੀਂ ਗਏ ਰੈਲੀਆਂ ਦੇ ਵਿੱਚ, ਇੱਥੇ ਵੀ ਅਸੀਂ ਜਿਹੜੇ ਨਾਲ ਹੋਰ ਬੰਦੇ ਆਉਂਦੇ ਸੀ ਉਹਨੂੰ ਕਹਿੰਦੇ, ਅਸੀਂ ਕਹਿੰਦੇ ਸੀਗੇ ਕਿ ਬਈ ਤੁਸੀਂ ਇਹਦੇ 'ਚ ਕੋਈ ਧਰਮ ਦਾ ਝੰਡਾ ਨਾ ਇਹ 'ਚ ਲੈ ਕੇ ਚੱਲੋ, ਇਹ ਕਿਸਾਨਾਂ ਦੇ ਮੂਵਮੈਂਟ ਦੀ ਗੱਲ ਕਰਦੇ ਹਾਂ, ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਲੇਕਿਨ ਇੱਥੇ ਵੀ ਹਟੇ ਨਹੀਂ ਹੈ। ਅਤੇ ਇਹ ਜਿਹੜੀ ਤਾਲੀ ਹੈ ਇਹ ਸੰਦੀਪ ਜੀ ਦੋਨਾਂ ਹੱਥਾਂ ਨਾਲ ਵੱਜਦੀ ਆ, ਦੋਨਾਂ ਧਿਰਾਂ ਨੂੰ, ਖਾਸ ਕਰਕੇ ਜਿਹੜੀ ਪੁਰਾਣੀ ਧਿਰ ਆ ਉਹਨਾਂ ਨੂੰ ਬੈਠ ਕੇ ਬਿਲਕੁਲ ਇਮਾਨਦਾਰੀ ਨਾਲ ਸੋਚਣਾ ਚਾਹੀਦਾ ਕਿ ਇਹਦਾ ਇਲਾਜ ਕਿੱਦਾਂ, ਕਿਆ ਕੱਢਣਾ ਕਿਆ ਨਹੀਂ ਕੱਢਣਾ। ਇੱਕ ਹੱਥ ਨਾਲ ਨਹੀਂ ਹੁੰਦੀ ਇਹ ਜਿਹੜੀ ਇਹ ਰੈਲੀ ਕੱਢੀ ਹੈ, ਬਿਲਕੁਲ ਮੈਂ ਕਹਿੰਦਾ ਕਿ ਰੈਲੀ ਦਾ ਹੱਕ ਹੈ, ਪਰ ਇਹ ਬਹੁਤ ਪ੍ਰੋਪਰ ਟਾਈਮ ਇੰਪ੍ਰੋਪਰ ਟਾਈਮ 'ਤੇ ਸੀ, ਔਰ ਇਹਦਾ ਵਜ੍ਹਾ ਕੋਈ ਨਹੀਂ ਸੀ, ਇਹਦਾ ਮਕਸਦ ਸਿਰਫ ਕਨਫਰੰਟੇਸ਼ਨ ਕਰਨਾ ਸੀ, ਇਹ ਨਹੀਂ ਹੋਣੀ ਚਾਹੀਦੀ ਸੀ। ਮੈਂ ਆਜ਼ਾਦ ਜੀ ਤੋਂ ਵੀ ਇਹ ਪੁੱਛਣਾ ਚਾਹੁੰਦਾ, ਆਜ਼ਾਦ ਜੀ ਜਿਹੜੀ ਰੈਲੀ ਇਹ ਤਿਰੰਗਾ ਮੈਪਲ ਤਿਰੰਗਾ ਰੈਲੀ ਹੋਈ, ਹਾਊ ਡੂ ਯੂ ਸੀ ਵੀ ਵਾਕਿਆ ਹੀ ਇਹ ਇੰਡੋ ਕਨੇਡੀਅਨ ਜਿਹੜਾ ਆਪਸੀ ਟਾਈਜ਼ ਆ ਉਹਨੂੰ ਸਟਰੋਂਗ ਕਰਨ ਲਈ ਆ, ਜਾਂ ਸਿਰਫ ਦਾ ਸਿਰਫ ਇਹ ਜਿਹੜੀ ਬਈ ਆਪ ਕਿਸਾਨ ਰੈਲੀ ਦੇ ਅਗੇਂਸਟ ਰੈਲੀ ਆ, ਹਾਊ ਡੂ ਯੂ ਸੀ? ਦੇਖੋ ਸੰਗਤ ਸਾਹਿਬ ਮੈਂ ਇਹ ਕੀ ਕਹਿੰਦਾ, ਹਾਂਜੀ ਜਦੋਂ ਮੇਰਾ ਪਰਸਨਲ, ਹਾਂਜੀ ਡੈਫੀਨੇਟਲੀ, ਹਾਂਜੀ ਜਿਸ ਤਰ੍ਹਾਂ ਅਸੀਂ ਇੰਡੀਆ ਛੱਡ ਦਿੰਦੇ ਹਾਂ ਔਰ ਕੈਨੇਡਾ ਜਾਂਦੇ ਹਾਂ ਜੀ, ਤਾਂ ਅਸੀਂ ਕੈਨੇਡੀਅਨ ਹੁੰਦੇ ਹਾਂ, ਤਾਂ ਅਸੀਂ ਜੋ ਹੈ ਵੀ ਆਲ ਆਰ ਕੈਨੇਡੀਅਨ ਫਸਟ, ਇਹ ਨਹੀਂ ਠੀਕ ਹੈ ਅਸੀਂ ਅਸੀਂ ਇੰਡੀਅਨਸ ਹੈ, ਆਪਣੇ ਟਾਈਜ਼ ਹੈ, ਆਪਣੇ ਰੂਟਸ ਹੈ, ਠੀਕ ਹੈ ਨਾ, ਉਹ ਸਾਰੀ ਚੀਜ਼ਾਂ, ਤਾਂ ਅਸੀਂ ਜੋ ਹੈ ਉਹ ਈਵਨ ਜੋ ਜਾਂ ਪੋਲੀਟੀਕਲ ਪਾਰਟੀਜ਼ ਵੀ ਹੈ ਅਸੀਂ ਉਹਨਾਂ ਨੂੰ ਵੀ ਰੋਕਣਾ ਚਾਹੀਦਾ। ਵੈਸੇ ਮੰਨ ਲਓ ਵੀ ਇਲੈਕਸ਼ਨ ਹੋ ਜਾਂਦਾ ਜੀ, ਸਾਡੇ ਕੋਲ ਇੰਨੇ ਹਿੰਦੂ, ਇੰਨੇ ਐਮ ਪੀ ਸਿੱਖ, ਇੰਨੇ ਇੱਕ ਨੋ ਵੀ ਆਲ ਆਰ ਕੈਨੇਡੀਅਨ, ਤਾਂ ਪਹਿਲੇ ਜੋ ਸਿਸਟਮ ਹੈ ਉਸ ਸਿਸਟਮ ਨੂੰ ਠੀਕ ਕਰਨ ਦੀ ਲੋੜ ਹੈ। ਦੇਖੋ ਇੱਥੇ ਆਪਾਂ ਕੋਮਨਲ ਹਾਰਮੋਨੀ ਹੈ ਉਹ ਬਹੁਤ ਜ਼ਰੂਰੀ ਹੈ, ਜਿਹੜਾ ਮਰਜ਼ੀ ਕੰਟਰੀ ਹੋ ਉੱਥੇ ਜਾ ਕੇ ਕੋਮਨਲ ਹਾਰਮੋਨੀ ਬਹੁਤ ਜ਼ਰੂਰੀ ਹੈ, ਔਰ ਅਸੀਂ ਜ਼ਿਆਦਾ ਮੁੱਦਿਆਂ 'ਤੇ ਨਾ ਜਾ ਕੇ ਅਸੀਂ ਸਭਸੇ ਪਹਿਲੇ ਆਪਣੇ ਦੇਸ਼ ਕੇ ਬਾਰੇ ਮੇਂ ਸੋਚਣਾ ਚਾਹੀਦਾ। ਜਿਸ ਦਿਨ ਅਸੀਂ ਆ ਜਾਂਦੇ ਕੈਨੇਡਾ ਜਾਂ ਕੰਟਰੀ, ਅਸੀਂ ਇੱਥੇ ਦੀ ਗੱਲ ਕਰਨੀ ਚਾਹੀਦੀ, ਇੱਥੇ ਜਿਹੜੇ ਮੁੱਦੇ ਹੈ ਅਸੀਂ ਉਹਨ 'ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ। ਇੱਥੇ ਕਿਹੜਾ ਸਿਸਟਮ ਜਾਂ ਕਿਹੜਾ ਕਰਪਟ ਨਹੀਂ, ਜਸਟਿਸ ਸਿਸਟਮ ਦੇਖੋ, ਇਸ ਏ ਬਰੋਕਨ ਸਿਸਟਮ, ਰਿਵੋਲਵਿੰਗ ਡੋਰ ਕ੍ਰਾਈਮਸ ਹੈ ਯਹਾਂ ਪੇ, ਆਪ ਦੇਖੋ ਇਮੀਗ੍ਰੇਸ਼ਨ ਸਿਸਟਮ ਕਿੰਨੇ ਫਰੋਡ ਨਹੀਂ ਹੁੰਦੇ, ਕਿ ਅਸੀਂ ਵਿਜ਼ਿਟਰ ਆਉਂਦੇ ਹਾਂ ਇੱਥੇ ਆ ਕੇ ਕਹਿੰਦੇ ਜੀ ਸਾਨੂੰ ਤਾਂ ਆਹ ਪ੍ਰੋਬਲਮ ਹੈ, ਅਸੀਂ ਰੈਫਿਊਜੀ ਅਪਲਾਈ ਕਰਦੇ ਹਾਂ। ਮੋਰਗੇਜ ਫਰੋਡ ਦੇਖੋ ਤੁਸੀਂ, ਹਾਊਸਿੰਗ ਮਾਰਟ ਦਾ ਕੀ ਹੋ ਗਿਆ, ਬੇਸਿਕਲੀ ਆਪਾਂ ਨੂੰ ਬੀ ਏ ਕੈਨੇਡੀਅਨ ਫਸਟ ਆਪਣੇ ਰੂਟ ਹੈ। ਔਰ ਫਿਰ ਮੈਂ ਕਹਿੰਦਾ ਕਿ ਅੰਡਰ ਚਾਰਟਰ ਆਫ ਰਾਈਟ ਜੋ ਆਪਣਾ ਕੈਨੇਡੀਅਨ ਚਾਰਟਰ ਆਫ ਰਾਈਟ, ਉਸ ਕੇ ਅੰਦਰ ਰੈਲੀ ਕਰਨ ਦਾ ਹੱਕ ਹੈ, ਲੇਕਿਨ ਰੈਲੀ ਕੇ ਅੰਦਰ ਕਿਸੇ ਨੂੰ ਇੰਟਰਪਟ ਕਰਨ ਦਾ ਵੀ ਹੱਕ ਨਹੀਂ ਹੈ। ਅਗਰ ਕੋਈ ਇੰਟਰਪਟ ਕਰਦਾ ਹੈ, ਚਾਹੇ ਰੈਲੀ ਪ੍ਰੋ ਹੈ, ਚਾਹੇ ਉਹ ਤਿਰੰਗਾ ਰੈਲੀ ਹੈ, ਮੈਪਲ ਰੈਲੀ ਹੈ ਜਾਂ ਫਾਰਮਰ ਰੈਲੀ ਹੈ, ਕਿਸੇ ਵੀ ਦੂਜੇ ਗਰੁੱਪ ਨੂੰ ਉੱਥੇ ਜਾ ਕੇ ਉਸ ਰੈਲੀ ਨੂੰ ਇੰਟਰਪਟ ਕਰਨ ਦਾ ਕੋਈ ਹੱਕ ਨਹੀਂ ਹੈ। ਅਗਰ ਕੋਈ ਹੱਕ ਕੋਈ ਕਰਦਾ ਹੈ, ਅਗਰ ਕੋਈ ਬੰਦਾ ਉੱਥੇ ਜਾ ਕੇ ਕਰਦਾ ਹੈ, ਤਾਂ ਉੱਥੇ ਇਮੀਡੀਏਟ ਐਕਸ਼ਨ ਹੋਣਾ ਚਾਹੀਦਾ। ਬਿਲਕੁਲ, ਜੋ ਕ੍ਰਿਮੀਨਲ ਇਜ਼ ਕ੍ਰਿਮੀਨਲ, ਕ੍ਰਿਮੀਨਲ ਮਸਟ ਬੀ ਪੁਨਿਸ਼ਡ। ਇਹ ਜੋ ਹੈ, ਇਹ ਜੋ ਆਪਣੇ ਖੁਦ ਜੋ ਪਬਲਿਕ ਹੈ, ਜਿਹੜਾ ਮਰਜ਼ੀ ਧਰਮ ਦਾ ਹੋ, ਜਿਹੜੀ ਮਰਜ਼ੀ ਪੋਲੀਟੀਕਲ ਪਾਰਟੀ ਦਾ ਹੋ, ਜਿਹੜੇ ਮਰਜ਼ੀ ਪੋਲੀਟੀਕਲ ਪਾਰਟੀ ਦਾ ਰਿਪ੍ਰੈਜੈਂਟੇਟਿਵ ਹੋ, ਉਹਨੇ ਸਭ ਨੇ ਇਹ ਕਹਿਣਾ ਚਾਹੀਦਾ, ਨਹੀਂ ਆਹ ਚੀਜ਼ ਗਲਤ ਹੈ, ਇਸ ਸਾਨੂੰ ਇਸ ਸੋਸਾਇਟੀ 'ਤੇ ਐਕਸੈਪਟੇਬਲ ਨਹੀਂ ਹੈ, ਇਸਨੂੰ ਉਹਨੂੰ ਕੰਡੈਮ ਕਰਨਾ ਚਾਹੀਦਾ। ਔਰ ਪੁਲਿਸ ਕੋ ਟਾਈਮਲੀ ਐਕਸ਼ਨ ਉਸ 'ਤੇ ਲੈਣਾ ਚਾਹੀਦਾ। ਵਾਈ ਦ ਪੁਲਿਸ ਵੇਟਿਡ ਫੋਰ 12 ਡੇਜ਼, 28 ਤਰੀਕ ਨੂੰ ਹੋਇਆ ਇੱਕ ਓਫੈਂਡਰ, 4 ਤਰੀਕ 5 ਮਾਰਚ ਨੂੰ ਫੜਿਆ, ਇੱਕ ਅਰੈਸਟ ਕੱਲ੍ਹ ਹੋਇਆ, ਵਾਈ ਦੈਟ ਲੇਟ? ਇਸੇ ਆਪਣਾ ਮੈਸੇਜ ਕੀ ਜਾਂਦਾ ਹੈ ਕਿ ਵਿਚ ਸੋਸਾਇਟੀ ਵੀ ਆਰ ਲਿਵਿੰਗ, ਵੀ ਡਾਕੂਮੈਂਟਰੀ ਪਰੂਫ ਹੈ, ਹਰ ਚੀਜ਼ ਹੈ, ਤਾਂ ਟਾਈਮਲੀ ਐਕਸ਼ਨ ਕਿਉਂ ਨਾ ਹੋਣਾ ਚਾਹੀਦਾ? ਠੀਕ ਹੈ, ਰੈਲੀ ਹੋਣੀ ਚਾਹੀਦੀ, ਲੇਕਿਨ ਇੰਟਰਪਸ਼ਨ ਦਾ ਹੱਕ ਕਿਸੇ ਨੂੰ ਨਹੀਂ ਹੈ। ਨਹੀਂ, ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਔਰ ਜਿਹੜਾ ਕੋਈ ਵੀ ਵਾਇਲੈਂਸ ਕਰਦਾ ਆ ਉਹਨੂੰ ਪਨਿਸ਼ਮੈਂਟ ਮਿਲਣੀ ਚਾਹੀਦੀ ਆ। ਅਸੀਂ ਪੁਲਿਸ ਚੀਫ ਦੇ ਨਾਲ ਵੀ ਗੱਲ ਕੀਤੀ ਸੀ, ਮੇਅਰ ਦੇ ਨਾਲ ਵੀ ਗੱਲ ਕੀਤੀ ਸੀ, ਦੇਵਰ ਆਲ ਉਹਨਾਂ ਦਾ ਇੱਕੋ ਹੀ ਚੀਜ਼ ਸੀ ਵੀ ਜਦੋਂ ਕੰਪਲੇਂਟ ਫਾਈਲ ਹੁੰਦੀ ਆ, ਠੀਕ ਹੈ ਜੀ, ਜਿਹੜਾ ਕੰਪਲੇਂਟ ਜਿੱਦਾਂ ਫਾਈਲ ਉਹ ਪਹਿਲਾਂ ਹੋਈ ਆ ਉਹਦੇ ਅਗੇਂਸਟ ਪਹਿਲਾਂ ਅਰੈਸਟ ਹੋ ਗਈ ਆ, ਉਹਦੀ ਇਨਵੈਸਟੀਗੇਸ਼ਨ ਤੋਂ ਬਾਅਦ ਜਦੋਂ ਦੂਸਰੀ ਕੰਪਲੇਂਟ ਹੋਈ ਆ ਉਹਦੀ ਦੂਸਰੀ ਹੋ ਗਈ ਆ ਉਹਨਾਂ ਦਾ। ਹਾਂਜੀ, ਇੱਥੇ ਮੈਂ ਇਹ ਕਹਿਣਾ ਚਾਹੁੰਦਾ, ਹਾਂਜੀ, ਫੋਰਮਲ ਕੰਪਲੇਂਟ ਦੀ ਲੋੜ ਨਹੀਂ ਹੈ। ਜਦ ਮੰਨ ਲਓ ਕਿ ਪੁਲਿਸ ਕੇ ਪਾਸ ਕੋਈ ਐਵੀਡੈਂਸ ਆ ਗਿਆ ਕਿ ਵੀ ਆਹ ਇੱਥੇ ਇੰਟਰਪਸ਼ਨ ਹੋਈ ਹੈ, ਆਹ ਕ੍ਰਿਮੀਨਲ ਐਕਟੀਵਿਟੀ ਹੋਈ ਹੈ, ਕਿਉਂ ਨਹੀਂ ਪੁਲਿਸ ਆਪਣੇ ਆਪ ਉਸਕੇ ਉੱਪਰ ਐਕਸ਼ਨ ਲਓ? ਯਾ ਬਿਲਕੁਲ, ਜ਼ਰੂਰੀ ਥੋੜ੍ਹੀ ਹੈ ਕਿ ਕੰਪਲੇਂਟ ਲੋਜ ਹੋਗੀ ਤਾਂ ਹੀ ਐਕਸ਼ਨ ਹੋਊਗਾ, ਕੱਲ੍ਹ ਉਹੀ ਹੋਰ ਵਾਇਲੈਂਸ ਵੱਧ ਸਕਦੀ ਹੈ। ਇਹ ਜੋ ਰਿਕਾਰਡਿੰਗ ਹੈ ਇਹ ਪੂਰੀ ਕਮਿਊਨਿਟੀ ਤੇ ਫੈਲੀ ਹੈ, ਪੁਲਿਸ ਡਿਪਾਰਟਮੈਂਟ ਤੇ ਗਈ ਹੈ, ਮੇਅਰ ਕੋਲ ਵੀ ਗਈ ਹੈ, ਐਵਰੀਬਾਡੀ ਨੋਜ਼, ਤਾਂ ਹੀ ਅਰੈਸਟ ਵੀ ਤਾਂ ਹੀ ਹੋਏ ਆ ਜੀ। ਐਕਸ਼ਨ ਟਾਈਮਲੀ ਹੋਣਾ ਚਾਹੀਦਾ, ਰਿਪੋਰਟ ਕੀ ਲੋਡ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ, ਮੈਂ ਲਾਲੀ ਤੁਹਾਡੇ ਵੱਲ ਆਉਣਾ ਚਾਹੁੰਦਾ ਬਈ, ਜਿਹੜੇ ਸਾਡੇ ਪੋਲੀਟੀਕਲ ਜਿਹੜੇ ਐਮ ਪੀ ਐਮ ਪੀ ਪੀ ਸਾਹਿਬਾਨ ਆ, ਕੀ ਇਹਨਾਂ ਨੂੰ ਅੱਗੇ ਆਣ ਕੇ ਆ ਜੋ ਰੈਲੀਆਂ ਹੋ ਰਹੀਆਂ,
चाहे वह प्रो वाली हो रही चाहे वह बिल्स वाली हो रही चाहे गौरमेंट प्रो हो रही चाहे बिल्स प्रो हो रही और ये बारे जड़िया तुहाडी की कॉल है बई जिहड़े साडे इलैक्टड रिप्रजेंटेटिव हैगे आ क्योंकि सब तो वड्डा रोल एंड ऑफ तुहाडे एम पी पी एम पी और साडे जिहड़े इलैक्टड जिन्ने भी कौंसलर रीजनल कौंसलर क्योंकि वह तो थले आ जाते हैं क्योंकि रैली की इजाजत देनी या नहीं देनी उहदे विच उहनां दा रोल आ जाता पर इहनां नूं कल नूं कोई ना कोई ला अमेंड करके कोई रैलीज़ के उत्ते जां इहनां नूं इस वेले अपनी अपनी कॉन्स्टिट्यूएंसी दे विच आ के लोगों नूं समझाउणा चाहीदा वट इज़ देयर रोल लाली मैं तुहाडे कोलों हाँ जी तेरे कोलों तां संदीप कोहना कोलों जानण दी कोशिश करूंगा लाली फर्स्ट हाँ जी हाँ जी संदीप जी मैं ना दो चीज़ां क्योंकि मैं तुहानूं पता होना कि मैं 5-6 साल जिहड़ा आस्ट्रेलिया दे विच रहा जदों मैं स्टडी करन गया सीगा जी मैं उत्थे दी सिडनी दे विच मैं एग्जाम्पल देण लगा जिहड़ियां गल्लां आजाद साहब ने ते सैनी साहब ने कहियां कि असीं रैली दा जिहड़ा मिसयूज है ना रैली से प्रिविलेज मिलिया आ कि असीं अपने ਜਿਹੜੇ ਸਾਡੇ ਵਿਚਾਰ ਆ ਜਾਂ ਉਹ ਸਾਨੂੰ ਨਹੀਂ ਚੰਗੇ ਲੱਗਦੇ ਅਸੀਂ ਉਹਦੇ ਅਗੇਂਸਟ ਰੈਲੀਆਂ ਕਰ ਸਕਦੇ ਹਾਂ ਤੇ ਪਹਿਲਾਂ ਮੈਂ ਇਸ ਇਹਦਾ ਆਨਸਰ ਦੇ ਦਿੰਦਾ ਕਿ ਜਿਹੜੇ ਪੋਲੀਟੀਕਲ ਲੈਵਲ ਦੇ ਕੋਈ ਵੀ ਰਿਪ੍ਰੈਜੈਂਟੇਟਿਵ ਹੈ ਸਾਡੇ ਕਮਿਊਨਿਟੀ ਜਿਹੜੇ ਲੀਡਰਸ ਨੇ ਇਹ ਅਸੀਂ ਚੁਣ ਕੇ ਭੇਜੇ ਹੋਏ ਨੇ ਚਾਹੇ ਅਸੀਂ ਉਹਨਾਂ ਨੂੰ ਵੋਟ ਪਾਈ ਆ ਜਾਂ ਨਹੀਂ ਪਾਈ ਚਾਹੇ ਉਹ ਕੌਂਸਲਰ ਨੇ ਐਮ ਪੀ ਪੀ ਨੇ ਜਾਂ ਜਾਂ ਫੈਡਰਲ ਲੈਵਲ ਦੇ ਨੇ ਔਰ ਉਹਨਾਂ ਦੀ 100% ਇਹ ਰਿਸਪੋਂਸੀਬਿਲਟੀ ਬਣਦੀ ਆ ਕਿ ਜੇ ਕੋਈ ਇੱਦਾਂ ਦੀ ਗੱਲ ਹੁੰਦੀ ਆ ਉਹਨਾਂ ਨੂੰ ਆਪਣੇ ਆਪ ਸਾਹਮਣੇ ਆਉਣਾ ਚਾਹੀਦਾ ਕਿ ਇਸ ਚੀਜ਼ ਨੂੰ ਅਸੀਂ ਕਿੱਦਾਂ ਕੰਟਰੋਲ ਕਰਨਾ ਹੈ ਇਨਸਟੈਡ ਕਿ ਸਾਨੂੰ ਉਹਨਾਂ ਤੱਕ ਅਪਰੋਚ ਕਰਕੇ ਦੱਸਣਾ ਪੈਂਦਾ ਹੈ ਕਿ ਕਮਿਊਨਿਟੀ ਦੇ ਵਿੱਚ ਕੀ ਹੋ ਰਿਹਾ ਅੱਖਾਂ ਬੰਦ ਕਰਕੇ ਤਾਂ ਬੈਠੇ ਨੇ ਨਿਊਜ਼ ਤਾਂ ਸਾਰੇ ਸੁਣਦੇ ਨੇ ਜਾਂ ਜਿਹੜੀਆਂ ਇਹਨਾਂ ਦੀਆਂ ਮੀਟਿੰਗਸ ਹੁੰਦੀਆਂ ਨੇ ਸਭ ਕੁਛ ਹੁੰਦਾ ਹੈ ਸੋ ਇਹ ਇਹਨਾਂ ਨੂੰ ਜਿਹੜਾ ਜਵਾਬ ਦੇ ਬਣਾਉਣਾ ਉਹ ਸਾਡੀ ਜ਼ਿੰਮੇਵਾਰੀ ਬਣਦੀ ਆ ਅਗਰ ਕੋਈ ਸਾਨੂੰ ਲੱਗਦਾ ਆ ਜਿਵੇਂ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਦੀਪਕ ਨੰਦ ਨੂੰ ਜਾਂ ਕਿਸੇ ਹੋਰ ਨੂੰ ਕਾਲ ਕੀਤੀ ਆ ਜੇ ਉਹ ਆਪਣਾ ਇਸ ਇਹਤੋਂ ਪੱਖ ਰੱਖਣ ਤੋਂ ਉਹ ਮੁਨੱਕਰ ਹੁੰਦੇ ਨੇ ਤੇ ਸਾਨੂੰ ਉਹ ਚੀਜ਼ਾਂ ਦਿਮਾਗ 'ਚ ਰੱਖਣੀਆਂ ਚਾਹੀਦੀਆਂ ਕਿ ਫਿਊਚਰ ਇਲੈਕਸ਼ਨ ਦੇ ਵਿੱਚ ਇਹਨਾਂ ਦਾ ਕੀ ਨਤੀਜਾ ਕਰਨਾ ਆ ਸੋ ਸੈਕਿੰਡ ਗੱਲ ਮੈਂ ਰੈਲੀਜ਼ ਦਾ ਜਿਹੜਾ ਮਿਸਯੂਜ਼ ਕਰਨਾ ਹੁਣ ਮੈਂ ਬਿਲਕੁਲ ਇਹਦੇ ਅਗੇਂਸਟ ਹਾਂ ਜਿੱਦਾਂ ਤੁਸੀਂ ਵੀ ਕਿਹਾ ਕਿ ਅਸੀਂ ਹਰ ਵੀਕ ਜਾਂ ਈਵਨ ਇੱਕ ਵੀਕਐਂਡ ਦੇ ਉਸੇ ਉੱਤੇ ਅਸੀਂ 3-3 ਰੈਲੀਆਂ ਕੱਢਣੀਆਂ ਇਹਦੇ ਨਾਲ ਬਹੁਤ ਜ਼ਿਆਦਾ ਜਿਹੜੀ ਕਮਿਊਨਿਟੀ ਦੀ ਸਪੋਰਟ ਨਹੀਂ ਮਿਲ ਰਹੀ ਕਮਿਊਨਿਟੀ ਨੂੰ ਅਪੋਜ਼ੀਸ਼ਨ ਹੋ ਰਹੀ ਆ ਸੋ ਮੈਂ ਐਗਜ਼ਾਮਪਲ ਦਿੰਦਾ ਕਿ ਜਦੋਂ ਮੈਂ ਸਿਡਨੀ ਸੀਗਾ ਤੇ ਉੱਥੇ ਸਿਡਨੀ ਦਾ ਜਿਹੜਾ ਸਭ ਤੋਂ ਵੱਡਾ ਗੁਰਦੁਆਰਾ ਆ ਆਸਟ੍ਰੇਲੀਆ ਦੇ ਵਿੱਚ ਉੱਥੇ ਜਦੋਂ ਅਸੀਂ ਨਗਰ ਕੀਰਤਨ ਵੀ ਕੱਢਣਾ ਹੁੰਦਾ ਸੀ ਤੇ ਉਹਦੇ ਵਿੱਚ ਇੰਨੀਆਂ ਫਾਰਮੈਲਿਟੀਆਂ ਕਰਨੀਆਂ ਪੈਂਦੀਆਂ ਸੀ ਕਿ 2-3 ਇੱਕ ਵਾਰ ਇੱਦਾਂ ਹੋਇਆ ਕਿ ਉਹ ਜਿਹੜੀਆਂ ਫਾਰਮੈਲਿਟੀਜ਼ ਦਾ ਜਾਂ ਜਿਹੜੀਆਂ ਉਹਨਾਂ ਦੀ ਰਿਕੁਆਇਰਮੈਂਟ ਸੀ ਉਹ ਪੂਰੀ ਨਹੀਂ ਹੋਈ ਜਾਂ ਕਿਸੇ ਨੇ ਜਿੱਦਾਂ ਫੋਰ ਐਗਜ਼ਾਮਪਲ ਸੰਗਤ ਜਾਂਦੀ ਆ ਉਹਨਾਂ ਨੇ ਗੰਦ ਪਾਤਾ ਜਾਂ ਘਾਹ ਜਿਹੜੇ ਸੀਗੇ ਜਿਹੜੇ ਗਾਰਡਨ ਹੁੰਦੇ ਆ ਸਾਈਡ ਵਾਕ ਹੁੰਦੀਆਂ ਉਹਨਾਂ ਤੇ ਗੰਦ ਪਾਤਾ ਤੇ 1-2 ਸਾਲ ਤੱਕ ਪਰਮਿਟ ਹੀ ਨਹੀਂ ਮਿਲਿਆ ਰੈਲੀ ਕਰਨ ਦਾ ਸੋ ਇਹ ਜਿਹੜਾ ਇਹ ਸਿੱਖਣ ਦੀ ਲੋੜ ਹੈ ਕਿ ਮੈਂ ਤਾਂ ਹੋਰ ਵੀ ਦੇਖਿਆ ਹੈ ਕਿ ਜੇ ਇੱਥੇ ਸਾਨੂੰ ਇਹ ਪ੍ਰਿਵਿਲੇਜ ਮਿਲਿਆ ਆ ਤਾਂ ਇਹਨੂੰ ਅਸੀਂ ਮਿਸਯੂਜ਼ ਨਾ ਕਰੀਏ ਉਹਦੇ ਲਈ ਇਹ ਹੈਗਾ ਆ ਕਿ ਉਹਦੇ ਨਾਲ ਨਾਲ ਅਸੀਂ ਰੈਲੀਆਂ ਸਿਰਫ ਜਿੱਦਾਂ ਆਜ਼ਾਦ ਸਾਹਿਬ ਨੇ ਕਿਹਾ ਕਿ ਅਸੀਂ ਜਦੋਂ ਇੱਥੇ ਆ ਗਏ ਹਾਂ ਜਾਂ ਅਸੀਂ ਕੈਨੇਡੀਅਨ ਸਿਟੀਜ਼ਨ ਬਣ ਗਏ ਆ ਸਾਡੀ ਇਹ ਮੋਰਲ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਕੈਨੇਡੀਅਨ ਸਿਸਟਮ ਨੂੰ ਸਹੀ ਰੱਖਣ ਦੇ ਲਈ ਅਸੀਂ ਆਪਣਾ ਜਿਹੜਾ ਐਫਰਟ ਆ ਉਹ ਜ਼ਰੂਰ ਪਾਈਏ ਕਿਉਂਕਿ ਉਹਦੇ ਬਾਰੇ ਤਾਂ ਅਸੀਂ ਕੋਈ ਸੋਚਦੇ ਨਹੀਂ ਹੈ ਆਟੋ ਇੰਸ਼ੋਰੈਂਸ ਦੀ ਪ੍ਰੋਬਲਮ ਕਿੱਡੀ ਵੱਡੀ ਆ ਸਾਡੇ ਪੀਰ ਦੇ ਲਈ ਬ੍ਰੈਂਪਟਨ ਦੇ ਲਈ ਮੈਨੂੰ ਨਹੀਂ ਲੱਗਦਾ ਕਿ ਉਹਦੇ ਬਾਰੇ ਕੋਈ ਰੈਲੀਆਂ ਹੋਈਆਂ ਹੋਣਗੀਆਂ 7-11 ਦੇ ਵਿੱਚ ਐਲਕੋਹਲ ਦੀ ਜਿਹੜੀ ਪਰਮਿਟ ਜਿਹੜੇ ਇਸ਼ੂ ਹੋਏ ਨੇ ਉਹ ਸਾਨੂੰ ਪਤਾ ਹੈ ਕਿ ਉਹ ਜੇ ਕੋਈ ਬੰਦਾ ਅੰਦਰ 7-11 ਦੇ ਸਟੋਰ ਦੇ ਅੰਦਰ ਖੜ ਕੇ ਸ਼ਰਾਬ ਪੀ ਰਿਹਾ ਤਾਂ ਉਹ ਡਰਾਈਵ ਕਰੇਗਾ ਉਹਦੇ ਨਾਲ ਐਕਸੀਡੈਂਟ ਵਧਣਗੇ ਹਾਈਵੇ 413 ਦਾ ਜਿਹੜਾ ਆ ਮੁੱਦਾ ਹੁਣੇ ਹੀ ਰੇਜ਼ ਹੋਇਆ ਉਹਦੇ ਬਾਰੇ ਕਿਸੇ ਮੈਨੂੰ ਨਹੀਂ ਲੱਗਦਾ ਕਿ ਜਿੰਨੇ ਵੀ ਇਹ ਰੈਲੀਆਂ ਕਰ ਰਹੇ ਆ ਉਹਨਾਂ ਵਿੱਚ 2% ਬੰਦਿਆਂ ਨੇ ਵੀ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਉਹਦੇ ਲਈ ਸਪੋਰਟ ਆਪਣੀ ਕੀਤੀ ਹੋਵੇ ਤਾਂ ਬਿਲਕੁਲ ਸਹੀ ਗੱਲ ਆ ਕਿ ਰੈਲੀਜ਼ ਦਾ ਮਿਸਯੂਜ਼ ਨਾ ਕਰੋ ਪਰ ਇਹਦਾ ਯੂਜ਼ ਇਹ ਜ਼ਰੂਰ ਕਰੋ ਕਿ ਅਸੀਂ ਠੀਕ ਆ ਅਸੀਂ ਸਾਨੂੰ ਪਿੱਛੇ ਫਿਕਰ ਆ ਮੈਂ ਸਪੋਰਟ ਕਰਦਾ ਹਾਂ ਕਿਸਾਨਾਂ ਦੀ ਪਰ ਉਹਦਾ ਇੱਕ ਤਰੀਕਾ ਹੋਣਾ ਚਾਹੀਦਾ ਆ ਇਹ ਪਰ ਉਹਦੇ ਨਾਲ ਨਾਲ ਸਾਡਾ ਇਹ ਇਕਲਾਕੀ ਫਰਜ਼ ਬਣਦਾ ਆ ਕਿ ਅਸੀਂ ਜਿਹੜੇ ਸਾਡੇ ਲੋਕਲ ਇਸ਼ੂਜ਼ ਨੇ ਅਸੀਂ ਉਹਨਾਂ ਨੂੰ ਬਰਾਬਰ ਦੇ ਤੌਰ ਤੇ ਜਾ ਕੇ ਅਸੀਂ ਰੈਲੀਆਂ ਕਰੀਏ ਜਾਂ ਉਹਨੂੰ ਪੋਜ਼ ਕਰੀਏ ਜਾਂ ਜਿਹੜਾ ਵੀ ਤਰੀਕਾ ਤੁਹਾਨੂੰ ਪ੍ਰੈਫਰ ਲੱਗਦਾ ਆ ਉਸ ਤਰੀਕੇ ਦੇ ਨਾਲ ਅਸੀਂ ਉਹਨੂੰ ਉਜਾਗਰ ਜ਼ਰੂਰ ਕਰੀਏ ਚਾਹੇ ਅਸੀਂ ਉਹਦੇ ਲਈ ਰੈਲੀਆਂ ਕਰੀਏ ਉਹਦੇ ਵਿੱਚ ਕੀ ਹੋਏਗਾ ਕਿ ਸਾਨੂੰ ਜਿਹੜੀ ਸਾਡੇ ਕੈਨੇਡੀਅਨ ਪੂਰੇ ਲੋਕ ਨੇ ਉਹ ਉਹਨਾਂ ਦੀ ਸਪੋਰਟ ਜਿਹੜੀ ਉਹ ਜ਼ਿਆਦਾ ਮਿਲੇਗੀ ਐਟ ਦੀ ਐਂਡ ਮੈਂ ਵੀ ਕੈਨੇਡੀਅਨ ਆ ਜੇ ਕੋਈ ਗੋਰਾ ਮੇਰਾ ਗੁਆਂਢੀ ਆ ਜਾਂ ਨੇਬਰ ਆ ਜਾਂ ਨੇਬਰਹੁੱਡ ਦੇ ਵਿੱਚ ਰਹਿੰਦਾ ਉਹ ਵੀ ਕੈਨੇਡੀਅਨ ਆ ਉਹਦਾ ਬੈਨੀਫਿਟ ਸਾਨੂੰ ਸਾਰਿਆਂ ਨੂੰ ਹੋਣਾ ਬਿਲਕੁਲ ਸਹੀ ਹਾਂਜੀ ਸੁਦੀਪ ਜੀ ਮੈਂ ਤੁਹਾਨੂੰ ਵੀ ਡੈਫੀਨੇਟਲੀ ਪੁੱਛਣਾ ਚਾਹੁੰਦਾ ਵੀ ਰੋਲ ਆਫ ਜਿਹੜੇ ਸਾਡੇ ਇੱਥੇ ਇਲੈਕਟਡ ਪੋਲੀਟੀਸ਼ੀਅਨ ਹੈਗੇ ਆ ਕਿਉਂਕਿ ਅਦਰਵਾਈਜ਼ ਕਿਉਂਕਿ ਇਸ ਵੇਲੇ ਤਾਂ ਸਾਡੇ ਉਹ ਕਮਿਊਨਿਟੀ ਲੀਡਰ ਹੈਗੇ ਆ ਔਰ ਉਹਨਾਂ ਵਿੱਚ ਇਸ ਵੇਲੇ ਦੋਨੋਂ ਹੀ ਫਿਰਕਿਆਂ ਦੇ ਸਾਡੇ ਲੋਕ ਹੈਗੇ ਆ ਉਹਨਾਂ ਨੂੰ ਜੁਨੈਨੀਮਸਲੀ ਚਾਹੇ ਪ੍ਰੋਵਿੰਸ਼ੀਅਲ ਹੀ ਸਾਡੇ ਐਮ ਪੀ ਪੀ ਲੈ ਲਓ ਚਾਹੇ ਅਮਰਜੋਤ ਸੰਧੂ ਹੈਗੇ ਆ ਗੁਰਰਤਨ ਜੀ ਹੈਗੇ ਆ ਔਰ ਨਾਲ ਪ੍ਰਭਮੀਤ ਸਰਕਾਰੀਆ ਦੀਪਕ ਆਨੰਦ ਸਾਡੇ ਇੱਥੋਂ ਇਹ 4-5 ਐਮ
पी एम पी पी अपने है और डेफिनेटली दोनों ही जेडे ज कम्यूनिटियां दे लोगों नू आण के अड्रैस कर दोनों ही लोगों कंस्टीचुएंट्स नू एरिए दे विच आण के अड्रैस कर उन्हां दे कंसर्न जेडे उन्हां नू पुछण भई तुसीं रैली कढ़ी भाई दोनों नू कहण भई भाई जेडे मैं असी तां मैं आ फार्मर होकर मैं ओपनली कंडैम करदा कि हरेक वीक मैं कहना यह रैली नहीं होनी चाहिए पर मैं इहदे नाल इह वी कहना उन्हां नू इहदी आड़ दे विच दूसरे फिरके जेडे साडे भरा आ उन्हां नू भी रैली इस करके नहीं कढ़नी चाहिए इन्हां ने चार गड्डियां तां असी भी हुण कढ़ी है असी क्यों पिछे रह गए ਤੁਹਾਡਾ ਡੈਮੋਕਰੈਟਿਕ ਰਾਈਟ ਹੈ ਪਰ ਇਹਦਾ ਮਤਲਬ ਤੁਸੀਂ ਵੀ ਇਹ ਚਾਹੁੰਦੇ ਆ ਵੀ ਭਾਈ ਅਸੀਂ ਇਹ ਜਿਹੜੀ ਕਨਫਰੰਟੇਸ਼ਨ ਆ ਉਹਨੂੰ ਮੌਕਾ ਦਈਏ ਤੁਹਾਡਾ ਬਿਲਕੁਲ ਡੈਮੋਕਰੈਟਿਕ ਰਾਈਟ ਹੈ ਮੈਂ ਇਸ ਚੀਜ਼ ਨੂੰ ਡਿਨਾਈ ਨਹੀਂ ਕਰੂੰਗਾ ਪਰ ਸਮੇਂ ਦੀ ਨਜ਼ਾਕਤ ਨੂੰ ਪਛਾਣੋ ਜੇ ਤੁਸੀਂ ਇਹੀ ਰੈਲੀ ਜੇ ਇੰਡੋ ਕੈਨੇਡੀਅਨ ਬਾਕੀ ਟਾਈਜ਼ ਨੂੰ ਸਟਰੋਂਗ ਕਰਨਾ ਫਿਰ ਅਸੀਂ 15 ਅਗਸਤ ਨੂੰ ਆ ਜਾਓ ਤੁਸੀਂ ਕਹੋ ਵੀ ਆਓ ਸਾਰੇ ਆਪਾਂ ਇੰਡੋ ਕੈਨੇਡੀਅਨ ਭਾਈਚਾਰਾ ਰਲ ਕੇ ਰੈਲੀ ਕੱਢੀਏ ਲੈਟ ਸੈਲੀਬ੍ਰੇਟ ਇੰਡੋ ਕੈਨੇਡੀਅਨ ਰਿਲੇਸ਼ਨਸ਼ਿਪ ਮੇਰਾ ਖਿਆਲ ਨਹੀਂ ਕੋਈ ਵੀ ਜਿਹੜੇ ਆ ਫਾਰਮਰ ਰੈਲੀਆਂ 'ਚ ਹੋਣਗੇ ਇਹੀ ਮੋਹਰੇ ਉੱਥੇ ਲੱਗੇ ਹੋਏ ਹੋਣਗੇ ਮੈਂ ਗਰੰਟੀ ਕਰ ਦਿੰਦਾ ਤੁਸੀਂ ਕਹਿ ਕੇ ਦੇਖੋ ਇੱਕ ਭਾਵਨਾ ਉਸ ਚੀਜ਼ ਅੱਜ ਫਾਰਮਰਸ ਨੂੰ ਲੋੜ ਹੈ ਸਪੋਰਟ ਦੀ ਔਰ ਫਾਰਮਰਸ ਨੂੰ ਆਪਣੇ ਲਈ ਨਹੀਂ ਆਪਣੇ ਟੱਬਰ ਲਈ ਨਹੀਂ ਇਸ ਵੇਲੇ ਫਾਰਮਰ ਦੇ ਟੱਬਰ ਦੀ ਗੱਲ ਨਹੀਂ ਹੈਗੀ ਫਾਰਮਰ ਨੂੰ 130 ਕਰੋੜ ਦੀ ਆਵਾਮ ਦਿੱਤੀ ਆ ਸੋ ਉਹਨੂੰ ਇਹ ਫਿਕਰ ਹੈ ਕਿਸਾਨ ਨੂੰ ਤਾਂ ਅੱਧੀਆਂ ਚੀਜ਼ਾਂ ਦਾ ਬਿਲਕੁਲ ਮੈਂ ਸਰਕਾਰ ਦੀਆਂ ਨਾਲ ਸਹਿਮਤ ਹੈ ਜਿਹੜੇ ਉਹ ਕਹਿੰਦੇ ਜੇ ਕੰਟਰੈਕਟ ਫਾਰਮਿੰਗ 'ਚ ਜ਼ਮੀਨ ਤਾਂ ਜਾਊਗੀ ਜੇ ਮੈਂ ਕੰਟਰੈਕਟ ਸਾਈਨ ਕਰੂੰਗਾ ਜੇ ਮੈਂ ਸਾਈਨ ਹੀ ਨਹੀਂ ਕਰੂੰਗਾ ਮੇਰੀ ਜ਼ਮੀਨ ਕੌਣ ਲੈ ਜਾਊਗਾ ਪਰ ਜਿਹੜਾ ਦੂਸਰਾ ਕਾਨੂੰਨ ਹੈ ਜਦੋਂ ਸਟਾਕਿੰਗ ਦੇ ਉੱਤੋਂ ਲਿਮਿਟ ਚੱਕ ਦਿੱਤੀ ਮਹਿੰਗਾਈ ਸਾਰੇ ਲੋਕਾਂ ਨੂੰ ਮਾਰ ਪੈਣੀ ਆ ਕਿਸਾਨ ਨੂੰ ਨਹੀਂ ਪੈਣੀ ਉਹਨੂੰ ਪਰਛੱਤੀ 'ਤੇ ਮੈਂ ਵਾਰ ਵਾਰ ਕਹਿ ਰਿਹਾ ਉਹਨੂੰ ਪਿਆਜ਼ਾਂ ਦਾ ਟੋਕਰਾ ਰੱਖਿਆ ਆ ਉਹਨੂੰ ਉੱਤੇ ਚਾਰ ਗੁੱਛੀਆਂ ਲਸਣ ਦੀਆਂ ਵੀ ਰੱਖੀਆਂ ਆ ਉਹਨੂੰ ਤੁੜਕਾ ਲਾਈ ਜਾਣਾ ਫਾਰਮਰ ਨੇ ਆਮ ਲੋਕਾਂ ਨੇ ਜਿਹੜਾ ਸਾਡਾ ਸ਼ਹਿਰੀ ਭੈਣ ਭਰਾ ਆ ਜਿਹੜਾ ਨੌਨ ਫਾਰਮਰ ਭੈਣ ਭਰਾ ਆ ਉਹਨੂੰ ਜ਼ਿਆਦਾ ਸਫਰ ਹੋਣਾ ਆ ਇਹੀ ਚੀਜ਼ ਦੀ ਅੱਜ ਜਿਹੜੀ ਸਭ ਤੋਂ ਵੱਡੀ ਕੰਸਰਨ ਹੈ ਉਹ ਇਹੀ ਚੀਜ਼ ਹੈ ਜੇ ਅੱਜ ਜੇ ਇੱਕ ਐਗਰੀਕਲਚਰ ਉੱਥੇ ਇੰਡਸਟਰੀ ਆ ਐਗਰੀਕਲਚਰ ਜੇ ਚੱਲਦੀ ਆ ਉਹਦੇ ਨਾਲ ਟਰੈਕਟਰ ਵੀ ਵਿਕ ਰਹੇ ਅੱਜ ਦੇਖੋ ਟਰੈਕਟਰ ਵੱਧ ਕਿੰਨੇ ਵਿਕ ਰਹੇ ਆ ਉਹਦੇ ਨਾਲ ਟਰੈਕਟਰ ਰਿਪੇਅਰ ਵੀ ਚੱਲਦੀ ਉਹਦੇ ਨਾਲ ਡੀਜ਼ਲ ਵੀ ਚੱਲਦਾ ਉਹਦੇ ਨਾਲ ਟਾਇਰ ਵੀ ਵਿਕਦੇ ਆ ਉਹਦੇ ਨਾਲ ਸਾਰਾ ਕੁਝ ਵਿਕਦਾ ਜਿੰਨਾ ਐਗਰੀਕਲਚਰ ਇਕਵਿਪਮੈਂਟ ਆ ਸਾਰਾ ਚੱਲਦਾ ਜੇ ਐਮ ਐਸ ਪੀ ਖਤਮ ਹੋ ਗਈ ਤਾਂ ਜੇ ਯੂਪੀ ਬਿਹਾਰ ਦੇ ਵਿੱਚ ਜੋ ਹਾਲ ਹੈ ਉਹੀ ਪੰਜਾਬ 'ਚ ਹੋ ਗਿਆ ਫਿਰ ਪੰਜਾਬੀ ਕਿੱਥੇ ਜਾਣਗੇ ਗਾਹਾਂ ਕੱਲ੍ਹ ਨੂੰ ਯੂਪੀ ਬਿਹਾਰ ਵਾਲੇ ਤਾਂ ਪੰਜਾਬ 'ਚ ਆ ਗਏ ਸੋ ਉਹ ਚੀਜ਼ਾਂ ਜਿਹੜੇ ਕੰਸਰਨ ਹੈ ਉਹ ਇੱਕ ਸਾਰੀ ਵਾਈਡ ਇੰਡਸਟਰੀ ਨੂੰ ਉਹਦੇ 'ਚ ਲੇਬਰ ਤਾਂ ਹੀ ਤਾਂ ਅੱਜ ਲੇਬਰ ਯੂਨੀਅਨ ਸਾਥ ਦੇ ਰਹੀਆਂ ਕਿਉਂਕਿ ਉਹ ਕਿੱਥੇ ਜਾਣਗੇ ਸੁਦੀਪ ਜੀ ਹਾਂਜੀ ਤੁਹਾਡੇ ਕਮੈਂਟ ਨਹੀਂ ਬਿਲਕੁਲ ਬਿਲਕੁਲ ਸੰਗਤ ਸਾਹਿਬ ਮੈਂ ਤੁਹਾਡੀ ਗੱਲ ਨਾਲ ਪੂਰਾ ਪੂਰਾ ਸਹਿਮਤ ਹਾਂ ਕਿਸਾਨ ਆਈ ਥਿੰਕ ਜੇ ਗੱਲ ਕਰਦਾ ਪਿਆ ਕਿਸਾਨ ਨੂੰ ਰੋਟੀ ਦੀ ਥੁੜ ਨਹੀਂ ਹੋਣੀ ਉਹਨੇ ਆਪਣੇ ਘਰ ਰੋਟੀ ਖਾ ਲੈਣੀ ਆ ਉਹ ਕੋ ਅੰਨ ਬਥੇਰਾ ਆ ਉਹ ਕੋ ਗੰਡੇ ਬਥੇਰੇ ਆ ਪਰ ਜਿਹੜੀ ਪ੍ਰੋਬਲਮ ਆਈ ਥਿੰਕ ਜਿਹੜੀ ਹਲੇ ਮੈਜੋਰਿਟੀ ਜਿਹੜੀ ਸ਼ਾਇਦ ਹਿੰਦੁਸਤਾਨ ਦੀਆਂ ਬਾਕੀ ਸਟੇਟਾਂ 'ਚ ਗੱਲ ਜਿਹੜੀ ਹਲੇ ਨਹੀਂ ਪ੍ਰਚਲਿਤ ਹੋਈ ਆ ਨਹੀਂ ਸਮਝ ਲੱਗੀ ਵੀ ਇਹ ਆਮ ਬੰਦੇ ਨੂੰ ਇੱਕ ਬਹੁਤ ਮਾਰ ਪੈਣੀ ਹੈ ਚਲੋ ਬਹੁਤ ਜ਼ਿਆਦਾ ਪ੍ਰਾਈਵੇਟਾਈਜੇਸ਼ਨ ਹੋ ਗਈ ਜਾਂ ਜਿਹੜੇ ਜੇ 3 ਕਾਨੂੰਨ ਪਾਸ ਹੋ ਗਏ ਤਾਂ ਆਮ ਬੰਦੇ ਨੂੰ ਜਿਹੜੀ ਮਹਿੰਗਾਈ ਦਾ ਜਿਹੜਾ ਸਾਹਮਣਾ ਬਹੁਤ ਜ਼ਿਆਦਾ ਕਰਨਾ ਪਏਗਾ ਜਿੱਦਾਂ ਜੇ ਆਪਾਂ ਕਹੀਏ ਟਰਾਂਸਪੋਰਟੇਸ਼ਨ ਪ੍ਰਾਈਵੇਟ ਹੋ ਗਈ ਜਾਂ ਸਕੂਲ ਪ੍ਰਾਈਵੇਟ ਹੋ ਗਏ ਤਾਂ ਕਿੰਨੀ ਮਹਿੰਗਾਈ ਵੱਧ ਗਈ ਉਹ ਜਿਹੜੀਆਂ ਚੀਜ਼ਾਂ ਆਮ ਲੋਕਾਂ ਨੂੰ ਖੜੇ ਆਈ ਥਿੰਕ ਰਿਅਲਾਈਜੇਸ਼ਨ ਵਾਲੇ ਪੂਰੀ ਤਰ੍ਹਾਂ ਸ਼ਾਇਦ ਨਹੀਂ ਹੋਈਆਂ ਵੀ ਆਮ ਜਿਹੜਾ ਬੰਦਾ ਜਿਹੜਾ ਜਿਹਦਾ ਇੱਕ ਫਾਰਮਿੰਗ ਨਾਲ ਨਹੀਂ ਵੀ ਸੰਬੰਧ ਉਹਨੂੰ ਵੀ ਮਹਿੰਗਾਈ ਦਾ ਜਿਹੜਾ ਜਿਹੜਾ ਸੇਕਾ ਆ ਉਹ ਬਹੁਤ ਜ਼ਿਆਦਾ ਲੱਗੇਗਾ ਜਿੱਦਾਂ ਹੁਣ ਪਿੱਛੇ ਜੇ ਹਿੰਦੁਸਤਾਨ 'ਚ ਪੈਟਰੋਲ 'ਚ 100 ਪਾਰ ਹੋ ਗਿਆ ਆ ਕਿੰਨੇ ਚੁਟਕਲੇ ਬਣਦੇ ਪਏ ਕਿੰਨੇ ਮੀਮ ਬਣਦੇ ਪਏ ਆ ਵੀ ਪੈਟਰੋਲ 100 ਪਾਰ ਹੋ ਗਿਆ ਕਿੰਨੀ ਤਰ੍ਹਾਂ ਤਰ੍ਹਾਂ ਹੋਈ ਪਈ ਆ ਗੈਸ ਦਾ ਸਿਲੰਡਰ 800-900 ਨੂੰ ਪਾਰ ਹੋ ਗਿਆ ਆ ਮਹਿੰਗਾਈ ਤਾਂ ਉਦਾਂ ਹੀ ਬਹੁਤ ਹੋ ਗਈ ਆ ਤੇ ਜਦੋਂ ਕਿਸਾਨੀ ਦਾ ਹੋ ਗਿਆ ਆਮ ਬੰਦੇ ਨੂੰ ਤਾਂ ਰੋਟੀ ਖਾਣੀ ਔਖੀ ਹੋ ਜਾਣੀ ਹੈ ਸਬਜ਼ੀਆਂ ਜਿਹੜੀ ਨੈਸੈਸਿਟੀਜ਼ ਆ ਬੇਸਿਕ ਨੈਸੈਸਿਟੀਜ਼ ਆ ਉਹਨੇ ਬਹੁਤ ਜ਼ਿਆਦਾ ਰੂਫ ਜਿਹੜੀ ਆ ਉਹ ਇੱਕ ਤਰ੍ਹਾਂ ਪਾਰ ਦੇਣੀ ਆ ਹੁਣ ਵਾਪਸ ਇੱਥੇ ਦੇ ਮੁੱਦੇ ਤੇ ਆਉਂਦੇ ਹਾਂ ਇੱਥੇ ਦੇਖੋ ਸੰਗਤ ਸਾਹਿਬ ਜਿਹੜੀ ਰੈਲੀਆਂ ਦੀ ਆਪਾਂ ਗੱਲ ਬਾਰ ਬਾਰ ਕਰਦੇ ਪਏ ਹਾਂ ਮੈਂ ਤਾਂ ਛੋਟੀ ਜਿਹੀ ਗੱਲ ਇਹ ਕਹੂੰਗਾ ਵੀ ਹਿੰਦੁਸਤਾਨ ਦੇ ਕੈਨੇਡਾ ਦੇ ਰਿਸ਼ਤੇ ਤਾਂ ਆਲਰੇਡੀ ਬਹੁਤ ਬਿਟਰ ਚੱਲਦੇ ਪਏ ਸੀ ਜਦੋਂ ਦਾ ਟਰੂਡੋ ਸਾਹਿਬ ਨੇ ਗੁਰਪੁਰਬ ਵਾਲੇ ਦਿਨ ਕਿਸਾਨਾਂ ਦੇ ਹੱਕ 'ਚ ਥੋੜਾ ਜਿਹਾ 15-20 ਸਕਿੰਟ ਦਾ ਬਿਆਨ ਦੇਤਾ ਸੀ ਉਦਣ ਹੀ ਜੈਸ਼ੰਕਰ ਦੀ ਮਿਨਿਸਟਰੀ ਫੋਰਨ ਮਿਨਿਸਟਰੀ ਨੇ ਟਰੂਡੋ ਸਾਹਿਬ ਨੂੰ ਬਕਾਇਦਾ ਤਲਬ ਕੀਤਾ ਸੀ ਉਹ ਜਿਹੜਾ ਤਲਬ ਕੀਤਾ ਉਹ ਤੋਂ ਬਾਅਦ ਬਹੁਤ ਦੇਰ ਗੱਲ ਚੱਲਦੀ ਰਹੀ ਵੀ ਹਿੰਦੁਸਤਾਨ ਤੇ ਕੈਨੇਡਾ ਦੇ ਰਿਸ਼ਤੇ ਜਿਹੜੇ ਆਪਸ 'ਚ ਠੀਕ ਨਹੀਂ ਰਹਿਣੇ ਕਿਉਂਕਿ ਟਰੂਡੋ ਸਾਹਿਬ ਨੇ ਇੰਡੀਆ ਦੇ ਅੰਦਰੂਨੀ ਮਾਮਲੇ 'ਚ ਦਖਲ ਕੀਤਾ ਆ ਰਿਲੇਸ਼ਨ ਤਾਂ ਆਲਰੇਡੀ ਬਹੁਤ ਬਿਟਰ ਸੀਗੇ ਟਰੂਡੋ ਸਾਹਿਬ ਨੂੰ ਤਾਂ ਜਿਹੜੇ ਆ ਬਾਕੀ ਕਮਿਊਨਿਟੀ ਜਿਹੜੀ ਹੁਣ ਬਿਲਬੋਰਡ ਲਗਾਈ ਫਿਰਦੀ ਆ ਇਹ ਤਾਂ ਸ਼ਰਮ ਗਾਲਾਂ ਕੱਢਦੀ ਪਈ ਸੀਗੀ ਵੀ ਟਰੂਡੋ ਸਾਹਿਬ ਨੇ ਬਿਆਨ ਕਿਉਂ ਦਿੱਤਾ ਕਿ ਇਹ ਤਾਂ ਬੇਸਿਕਲੀ ਇੱਕ ਮੌਕਾ ਲੱਭਦੇ ਪਏ ਸੀ ਵੀ ਜਿੱਦਾਂ ਕੋਈ ਵੀ ਕੋਈ ਕੋਈ ਤਿਨਕੇ ਦਾ ਸਹਾਰਾ ਲੱਭਦੇ ਪਏ ਸੀ ਵੀ ਕਿਸੇ ਤਰੀਕੇ ਨਾਲ ਕੋਈ ਏਦਾਂ ਦੀ ਗੱਲ ਹੋ ਜਾਵੇ ਮੋਦੀ ਸਾਹਿਬ ਵੱਲੋਂ ਕਿਸੇ ਤਰ੍ਹਾਂ ਬਿਆਨ ਆ ਜਾਵੇ ਜਾਂ ਜਿੱਦਾਂ ਆ ਵੈਕਸੀਨੇਸ਼ਨ ਆ ਗਈ ਜੋ ਵੀ ਹੋ ਗਿਆ ਵੀ ਅਸੀਂ ਇਹ ਮੌਕੇ ਨੂੰ ਮਤਲਬ ਇੱਕ ਓਪਰਚੁਨਿਟੀ ਕ੍ਰੀਏਟ ਕਰਕੇ ਨਾ
ਇਹਨਾਂ ਦੀ ਗਿਣਤੀ ਜਿਹੜੀ ਆ ਕਿਸਾਨਾਂ ਨੂੰ ਕਾਊਂਟਰ ਕਰਨ ਲਈ ਜਿਹੜੀ ਕਿ ਹਿੰਦੂ ਸਿੱਖ ਦਾ ਮਸਲਾ ਬਣਾਤਾ ਸੀਗਾ, ਜਿਹੜਾ ਕਿ ਬਿਲਕੁਲ ਫਾਰਮਰਸ ਦਾ ਕੱਲ ਮਸਲਾ। ਇਹਨਾਂ ਨੇ ਰੈਲੀਆਂ ਵੀ ਕਰਤੀਆਂ, ਤਿਰੰਗਾ ਰੈਲੀ ਵੀ ਕਰਤੀ, ਤਿਰੰਗਾ ਮੇਰੇ ਰੈਲੀ ਹੋਣ ਲੱਗ ਪਈ, ਇੰਡੀਆ ਟੂਗੈਦਰ, ਇੰਡੀਆ ਅਗੇਂਸਟ ਪ੍ਰੋਪੋਗੈਂਡਾ, ਆਹ ਵੱਡੇ ਵੱਡੇ ਬਿਲਬੋਰਡ ਲੱਗ ਗਏ। ਬੇਸਿਕਲੀ ਦੇ ਵਰ ਜਸਟ ਲੁਕਿੰਗ ਫੋਰ ਐਨ ਓਪਰਚੁਨਿਟੀ ਕਿ ਕਿੱਦਾਂ ਅਸੀਂ ਕਾਊਂਟਰ ਅਟੈਕ ਕਰ ਸਕੀਏ ਸਿੱਖ ਭਾਈਚਾਰੇ ਤੇ ਜਾਂ ਕਿਸਾਨਾਂ ਦੇ ਮੁੱਦੇ ਤੇ। ਕੋਈ ਵੱਡੀ ਗੱਲ ਨਹੀਂ ਸੀਗੀ, ਜੇ ਥੋੜੀ ਜਿਹੀ ਆ ਵੈਕਸੀਨੇਸ਼ਨ ਜਿਹੜੀ ਆ ਗਈ ਆ ਉਹ ਮੰਗਾ ਲਈ ਆ, ਪਤਾ ਨਹੀਂ ਕਿਹਨੂੰ ਲੱਗਣੀ ਹੈ ਤੇ ਕਿਹਨੂੰ ਨਹੀਂ ਲੱਗਣੀ। ਵੈਕਸੀਨੇਸ਼ਨ ਦੀ ਥੋੜ੍ਹਾ ਵੈਸੇ ਵੀ ਕੈਨੇਡਾ ਨੂੰ ਨਹੀਂ ਆ, ਜੌਨਸਨ ਐਂਡ ਜੌਨਸਨ ਦੀ ਆ ਚੱਲੀ ਆ, ਫਾਈਜ਼ਰ ਦੀ ਆ ਗਈ, ਮੋਡਰਨਾ ਦੀ ਆ ਗਈ, ਕਿੰਨਾ ਕੁਛ ਆ ਗਿਆ। ਜੇ ਥੋੜ੍ਹੀ ਜਿਹੀ ਵੈਕਸੀਨੇਸ਼ਨ ਆ ਗਈ ਚਲੋ ਠੀਕ ਆ, ਤੁਹਾਨੂੰ ਥੈਂਕ ਯੂ ਕਰ ਦੇਣਾ ਚਾਹੀਦਾ ਸੀ, ਪਰ ਇੰਨਾ ਢਿੰਡੋਰਾ ਪਿੱਟਣ ਦੀ ਕੀ ਲੋੜ ਸੀ, ਇੰਨੀਆਂ ਰੈਲੀ ਕੱਢਣ ਦੀ ਕੀ ਲੋੜ ਸੀ, ਜਿੱਥੇ ਇੰਨੀ ਵੱਡੀ ਮਹਾਮਾਰੀ ਹੋ ਰਹੀ ਹੈ, ਇੱਕ ਪਾਸੇ ਤੁਸੀਂ ਵੈਕਸੀਨੇਸ਼ਨ ਦਾ ਥੈਂਕ ਯੂ ਕਰਦੇ ਪਏ ਆ, ਉਧਰੋਂ ਤੁਸੀਂ ਦਿਹਾੜੀਆਂ ਕਰਕੇ ਕੋਵਿਡ ਦੀਆਂ ਜਿਹੜੀਆਂ ਰਿਕਮੈਂਡੇਸ਼ਨ ਕੋਵਿਡ ਦੀ ਉਹਨੂੰ ਤੁਸੀਂ ਬਿਲਕੁਲ ਦਰਕਿਨਾਰ ਕਰਦੇ ਪਏ ਆ। ਇਹ ਤਾਂ ਕਿਤੇ ਨਾ ਕਿਤੇ ਤੁਹਾਨੂੰ ਸਭ ਲੱਗ ਰਿਹਾ ਵੀ ਇਹ ਤਾਂ ਇੱਕ ਰੋਟੀਆਂ ਸੇਕ ਰਹੇ ਆ ਵੀ ਕੋਈ ਚੀਜ਼ ਨਿਕਲੀ ਅਸੀਂ ਇਹਨੂੰ ਓਪਰਚੁਨਿਟੀ ਤਰ੍ਹਾਂ ਯੂਜ਼ ਕਰ ਲਈਏ। ਮੇਰੇ ਘਰ ਕਿਸਾਨਾਂ ਦਾ ਬੜਾ ਇੱਕ ਜੈਨੂਇਨ ਕੰਸਰਨ ਸੀਗਾ, ਪਰ ਮੈਂ ਫਿਰ ਉੱਥੇ ਆਉਣ ਨਾਲ ਸੰਗਤ ਸਾਹਿਬ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਦਿਹਾੜੀਆਂ ਟੂ ਮੱਚ ਕਰਕੇ ਆਪਾਂ ਮੁੱਦੇ ਨੂੰ ਡਿਲੂਟ ਨਾ ਕਰੀਏ। ਜੇ ਕਿਸੇ ਨੂੰ ਉਹਨਾਂ ਦੇ ਸਪੋਰਟ ਕਰਨੀ ਆ, ਤੁਸੀਂ ਪ੍ਰੈਸ ਕਾਨਫਰੰਸ ਕਰ ਲਓ, ਸਾਊਥ ਏਸ਼ੀਅਨ ਪਲਸ ਤੇ ਆ ਕੇ ਰੇਡੀਓ ਤੇ ਰੌਲਾ ਪਾ ਲਓ। ਸਾਊਥ ਏਸ਼ੀਅਨ ਮੀਡੀਆ ਇੰਨਾ ਜ਼ਿਆਦਾ ਐਕਟਿਵ ਆ ਟੋਰਾਂਟੋ ਦੀ ਧਰਤੀ ਤੇ, ਜਿੰਨਾ ਮਰਜ਼ੀ ਬੋਲ ਲਓ, ਪ੍ਰੈਸ ਰਿਲੀਜ਼ ਕਰਦੇ ਹੋ, ਕਾਨਫਰੰਸਾਂ ਕਰ ਲਓ, ਬਹੁਤ ਕਰਨ ਦੇ ਤਰੀਕੇ, ਜੂਮ ਮੀਟਿੰਗਾਂ ਕਰ ਲਓ। ਅਸੀਂ ਹੁਣ 6 ਬੈਠੇ ਹਾਂ ਬੰਦੇ, ਕਿੰਨੇ ਸਾਨੂੰ ਕਾਲਰਾਂ ਨੇ ਕਾਲਾਂ ਕੀਤੀਆਂ, ਕਿਤੇ ਨਾ ਕਿਤੇ ਸਾਡੇ ਆਪਸ 'ਚ ਵਿਚਾਰ ਨਹੀਂ ਵੀ ਮਿਲਦੇ ਸੀ, ਪਰ ਕੋਈ ਵਾਇਲੈਂਸ ਤਾਂ ਨਹੀਂ ਹੋਈ ਪਿਛਲੇ 3 ਘੰਟੇ ਤੋਂ ਵਿਚਾਰ ਵਟਾਂਦਰ ਹੋ ਹੀ ਰਿਹਾ ਆ। ਕੀ ਲੋੜ ਪਈ ਆ ਗੱਡੀਆਂ ਘੁਮਾ ਕੇ ਗੈਸ ਫੂਕ ਕੇ ਘੁਮਾਉਣ ਦੀ? ਤੁਸੀਂ ਇੱਕ ਪਾਸੇ ਕਹਿ ਰਹੇ ਆ ਗੱਡੀਆਂ ਦੇ ਐਕਸੀਡੈਂਟ ਹੋ ਰਹੇ ਆ, ਇੰਸ਼ੋਰੈਂਸਾਂ ਵੱਧ ਰਹੀਆਂ ਆ, ਕੋਵਿਡ ਦੀ ਮਹਾਂਮਾਰੀ ਆ, ਇਹ ਸਾਰੇ ਕੰਮ ਤੇ ਆਪਣੇ MPP MPP ਨੂੰ ਬਹੁਤ ਤਿੱਖੀ ਨਜ਼ਰ ਦੇ ਨਾਲ ਦੇਖਣਾ ਚਾਹੀਦਾ ਵੀ ਕੀ ਹੋ ਰਿਹਾ। ਅਸੀਂ ਕਮਿਊਨਿਟੀ ਦਾ ਮਾਹੌਲ ਖਰਾਬ ਨਹੀਂ ਕਰਨਾ, ਸਾਡੇ ਆਪਣੇ ਇੱਥੇ ਬੱਚੇ ਇੱਥੇ ਪਲ ਰਹੇ ਆ, ਮਤਲਬ ਬਹੁਤ ਅਸੀਂ ਆਸਾਂ ਲੈ ਕੇ ਕੈਨੇਡਾ ਦੀ ਧਰਤੀ 'ਤੇ ਆਏ ਹਾਂ। ਕੈਨੇਡਾ ਇੱਕ ਬੜਾ ਵਧੀਆ ਕੰਟਰੀ ਆ, ਇਹਨੂੰ ਕੈਨੇਡਾ ਹੀ ਰਹਿਣ ਦਈਏ। ਜੇ ਅਸੀਂ ਅੱਜ ਹਿੰਦੂ ਭਾਈਚਾਰੇ ਨੂੰ ਲੋਅ ਕਰ ਦਿੱਤੇ ਹਾਂ ਆਹ ਰੈਲੀਆਂ ਕਰਨ ਲਈ, ਜਾਂ ਤੁਸੀਂ ਕਹਿ ਲਓ ਵੀ ਹੈਰੀਟੇਜ ਮੰਥ ਬਣਾਉਣ ਲਈ, ਸੰਗਤ ਸਾਹਿਬ ਟੋਪਿਕ ਦੂਜੇ ਪਾਸੇ ਚੱਲ ਜਾਣਾ, ਏਦਾਂ ਦਾ ਕੱਲ੍ਹ ਨੂੰ ਜੈਨ ਸਮਾਜ ਆ ਗਿਆ ਜਾਂ ਕੋਈ ਹੋਰ ਸਮਾਜ ਆ ਗਿਆ, ਉਹਦੇ ਵੀ ਮੰਥ ਬਣਾ ਲਓ, ਫਿਰ ਤਾਂ 12 ਮਹੀਨਿਆਂ 'ਚ 12 ਮੰਥ ਹੀ ਬਣਨਗੇ। ਕੈਨੇਡਾ ਕਿੱਥੋਂ ਰਹਿ ਗਿਆ ਫਿਰ? ਲੋਕੀ ਤਾਂ ਆਲਰੇਡੀ ਦੀਵਾਲੀ ਦੀ ਛੁੱਟੀ ਮੰਗਦੇ ਪਏ ਆ, ਫਿਰ ਗੁਰਪੁਰਬ ਦੀ ਛੁੱਟੀ ਮੰਗ ਲਓ, ਜੇ ਤਾਂ ਇੰਡੀਆ ਜਿੰਨੀਆਂ ਛੁੱਟੀਆਂ ਹੁੰਦੀਆਂ ਫਿਰ ਤਾਂ ਸਾਨੂੰ ਗਿਣਤੀਆਂ ਵੀ ਕਰਨੀਆਂ ਪੈਣਗੀਆਂ। ਇਹ ਗੱਲ ਨੂੰ ਆਪਾਂ ਨੂੰ ਕੰਟਰੋਲ 'ਚ ਰੱਖ ਕੇ ਇਹਨੂੰ ਇੱਥੇ ਹੀ ਮਤਲਬ ਠੱਪ ਪਾਉਣੀ ਪਊਗੀ। ਜੋ ਹੋ ਗਿਆ ਹੋ ਗਿਆ, ਗਲਤੀ ਹੋ ਗਈ, ਸਾਨੂੰ ਜੇ ਸੈਂਸ ਲੱਗ ਗਈ ਪਤਾ ਵੀ ਇਹ ਚੀਜ਼ ਵਾਇਲੈਂਸ ਕ੍ਰੀਏਟ ਕਰ ਰਹੀ ਹੈ ਜਾਂ ਕਮਿਊਨਿਟੀ 'ਚ ਫਾੜ ਪਾ ਰਹੀ ਆ, ਸਾਨੂੰ ਇੱਥੇ ਹੀ ਚੀਜ਼ਾਂ ਰੋਕਣੀਆਂ ਚਾਹੀਦੀਆਂ ਆ, ਇਹਨੂੰ ਅੱਗੇ ਨਹੀਂ ਵਧਣਾ ਚਾਹੀਦਾ। ਪਰ ਜਿਹੜੇ ਆਪਣੇ ਕੁਛ ਪੋਲੀਟੀਸ਼ੀਅਨ ਆ, ਉਹ ਵੀ ਆਪਣਾ ਕਹਿ ਲਓ ਕਿ ਉਹਨਾਂ ਨੂੰ ਇੱਕ ਅਪੀਜ਼ਮੈਂਟ ਦੀ ਪੋਲੀਟਿਕਸ ਜਾਂ ਜਾਤਵਾਦ ਦੀ ਪੋਲੀਟਿਕਸ ਕਰਕੇ ਉਹਨਾਂ ਨੂੰ ਜ਼ਿਆਦਾ ਨਜ਼ਾਰਾ ਆਉਂਦਾ ਆ ਵੀ ਸਾਨੂੰ ਸ਼ਾਇਦ ਵੋਟ ਬੈਂਕ ਮਿਲ ਜੂਗਾ, ਅਸੀਂ ਇੱਦਾਂ ਕਰ ਦਿੰਦੇ ਇੱਦਾਂ ਕਰ ਦਿੰਦੇ ਹਾਂ। ਆਈ ਥਿੰਕ ਵੋਟ ਬੈਂਕ ਤੋਂ ਉੱਪਰ ਉੱਠ ਕੇ ਇਨਫਰਾਸਟ੍ਰਕਚਰ, ਜੋਬਾਂ ਦੀ ਗੱਲ, ਜਿੱਦਾਂ ਗੋਇਲ ਸਾਹਿਬ ਕਹਿੰਦੇ ਪਏ ਆ ਵੀ ਹੋਸਪਿਟਲ ਦੀ ਗੱਲ, ਇੰਸ਼ੋਰੈਂਸ ਦੀ ਗੱਲ, ਜਿਹੜੇ ਪ੍ਰੈਮਟਨ ਦੇ ਬਾਕੀ ਮੁੱਦੇ ਆ ਉਹਨਾਂ ਦੇ ਵੀ ਕਮਿਊਨਿਟੀ ਨੂੰ ਇਕੱਠੇ ਹੋ ਕੇ ਇੱਥੇ MPP ਨੂੰ ਸਵਾਲ ਕਰਨੇ ਚਾਹੀਦੇ ਆ ਵੀ ਤੁਸੀਂ ਇਹਨਾਂ ਬਾਰੇ ਕੀ ਕਰ ਰਹੇ। ਆਹ ਜਿਹੜੀਆਂ ਛੋਟੀਆਂ ਗੱਲਾਂ ਨਾ, ਹਿੰਦੂ ਸਿੱਖ ਮਰਸੀ ਜਾਂ ਗੱਲਾਂ, ਇਹਨਾਂ 'ਚ MPP ਨੂੰ ਉਲਝਾਉਣਾ, MPP ਨੂੰ ਜਾਣਾ, ਉਹ ਤਾਂ ਮਜ਼ੇ ਲੈ ਰਹੇ ਹੋਣਗੇ ਵੀ ਇਹ ਟੋਪਿਕਾਂ 'ਚ ਉਲਝਾ ਕੇ ਆਪਾਂ ਲੋਕਾਂ ਨੂੰ ਆਪਸ 'ਚ ਲੜਾਈਏ। ਇਹ ਤੋਂ ਉੱਪਰ ਨਿਕਲ ਕੇ ਆਪਾਂ ਨੂੰ ਮੁੱਦੇ ਦੀ ਗੱਲ ਕਰਨੀ ਚਾਹੀਦੀ। ਠੀਕ ਹੈ, ਥੈਂਕ ਯੂ ਜੀ। ਇੱਕ ਵਾਰੀ ਬਿਰਕ ਸਾਹਿਬ, ਹਾਂਜੀ ਤੁਸੀਂ ਕੁਝ ਕੁਇਕਲੀ ਐਡ ਕਰਨਾ, ਇੱਕ ਵਾਰੀ ਐਡ ਕਲੀਅਰ, ਆ ਸਾਰੀਆਂ ਲਾਈਨਸ ਕਲੀਅਰ ਕਰਕੇ ਬਾਅਦ 'ਚ ਫਿਰ ਐਪ ਅਪ ਕਰ ਦੇਣਾ। ਹਾਂਜੀ ਮੈਂ ਕਰਾਂ? ਹਾਂਜੀ ਹਾਂਜੀ ਕਰ ਲਓ ਕਰ ਲਓ। ਨੰਬਰ 1, ਸਵੇਰੇ ਰੇਡੀਓ ਤੋਂ ਵੈਕਸੀਨ ਦੀ ਗੱਲ ਚੱਲੀ ਸੀ, ਹੁਣ ਫਿਰ ਵੈਕਸੀਨ ਦੀ ਗੱਲ ਆ ਗਈ ਹੈ। ਮੇਰੇ ਹਿਸਾਬ ਨਾਲ ਕੈਨੇਡਾ ਦੀ ਅਗਰ ਹੈਲਥ ਡਿਪਾਰਟਮੈਂਟ ਕਿਸੇ ਵੀ ਵੈਕਸੀਨ ਨੂੰ ਅਪਰੂਵਲ ਦੇ ਦਿੰਦੀ ਹੈ ਤਾਂ ਕਿਸੇ ਇਨਸਾਨ ਕੈਨੇਡੀਅਨ ਨੂੰ ਕਿੰਤੂ ਫਿੰਤੂ ਨਹੀਂ ਕਰਨਾ ਚਾਹੀਦਾ ਵੀ ਕਿੱਥੋਂ ਆਈ ਕਿੱਥੋਂ ਨਹੀਂ, ਕਿਹੜੀ ਲੱਗ ਰਹੀ ਕਿਹੜੀ ਨਹੀਂ ਲੱਗ ਰਹੀ, ਉਹ ਬਿਲਕੁਲ ਅਨਪੜ੍ਹਤਾ ਵਾਲੀ ਗੱਲ ਹੈ। ਬਿਲਕੁਲ ਮੈਂ ਉਹਦੇ ਨਾਲ ਸਹਿਮਤ ਨਹੀਂ ਹੈਗਾ। ਨੰਬਰ 2 ਆ ਜਾਓ, ਹੁਣ ਸਾਰੇ ਜਣੇ ਕਹਿੰਦੇ ਵੀ ਆਹ ਮੁੱਦਾ ਚੁੱਕਣਾ ਚਾਹੀਦਾ, ਫਲਾਣਾ ਚੁੱਕਣਾ ਚਾਹੀਦਾ, ਟਮਕਾਣਾ ਚੁੱਕਣਾ ਚਾਹੀਦਾ। ਬ੍ਰਹਮਟਨ ਦੇ ਵਿੱਚ ਸਭ ਤੋਂ ਇਸ ਵੇਲੇ ਸੀਰੀਅਸ ਮੁੱਦਾ ਮੈਰੋਲਾਨਾ ਦਾ, ਕੋਈ ਨਹੀਂ ਗੱਲ ਕਰਦਾ, ਕੋਈ ਕਾਲਰ ਕਾਲ ਨਹੀਂ ਕਰਦਾ ਵੀ ਉਹਦੇ ਤੇ ਵੀ ਰੈਲੀ ਕੱਢ ਦਈਏ, ਉਹਦੇ ਤੇ ਵੀ ਬਿੱਲ ਬੋਰਡ ਲਾ ਦਈਏ ਛੋਟੇ ਛੋਟੇ, ਉਸ ਪਾਸੇ ਨਹੀਂ ਦੇ ਜਿੰਨੇ ਤੁਹਾਡੇ ਬੱਚਿਆਂ ਨੂੰ ਖਾਣਾ ਹੈ, ਆਉਣ ਵਾਲੀ ਤੁਹਾਡੀ ਜਨਰੇਸ਼ਨ ਨੂੰ ਖਾਣਾ ਹੈ ਜਿਸ ਮੈਰੋਲਾਨਾ ਨੇ, ਉਹਦੀ ਗੌਰਮੈਂਟ ਦੁਕਾਨਾਂ ਖੋਲੀ ਜਾ ਰਹੀ ਹੈ, 30 ਦੁਕਾਨਾਂ ਦੇ ਪਰਮਿਟ ਅਪਲਾਈ ਆ ਜੀ ਬ੍ਰਹਮਟਨ 'ਚ, 30 ਦੁਕਾਨਾਂ ਦੇ, ਉਹਦੇ ਪਾਸੇ ਕੋਈ ਨਹੀਂ ਹੁੰਦਾ। ਦਿੱਲੀ ਜਾਂ
ठीक है बिरक साहब, एक बार हाँ जी कॉलरज नूं क्लीयर कर देईए, फिर रैपअप का भी इशारा हैगा जी डेफिनेटली, क्योंकि साढ़े गैसट का भी मैं धन्यवाद करदा वी 3.5 घंटे लगातार इन्हां बैठिया हो गए अपना टाइम दिंदे आ जी, सारे वलंटियर और मजोरिटी दे विच आप कॉल करदे आ कि असी इस मुद्दे दे उत्ते पार्टिसिपेट करना चाहुंदे आ, क्योंकि हर एक दे दिल दे विच दर्द है कि ए कनेडा ते तो बिना हुण साडा कोई अगे थां नहीं हैगा, ए कनेडा असी तैनू अपणिआं नूं कनेडा ही रखना चाहुंदे आ, असी जिहड़ियां कोई भी ताकतां आ उन्हां नूं असी तारों पीट नहीं करन देना, जिहड़े चंदक बंदे आ उन्हां नूं असी एडी पावर नहीं देनी कि वह सानूं 99% नूं ओवर रूल कर जाण, असी डेफिनेटली उन्हां नूं कंडेम करना, चाहे वह रेडिकल इधर खालिस्तानी सोचते हो, चाहे रेडिकल हिंदुस्तानी सोचते हो, असी कनेडियन आ, इंसान आ, तो इंडो कनेडियन आ, असी उस भारत के वासी हाँ जिस देश के की कहें गंगा बहती थी, और सारे उस देश के आ जिन दुनिया के 3 रिलीजनों धर्मों जन्म दिता और साडे अर्गियां नूं भी जन्म दिता, तो कनेडा ने तराशिया, सो दोनों कंट्रिया के असी मरदे दम तक ऋणी रहना दोनों कंट्रिया, बिल्कुल जी कॉल क्लीयर करिए, हाँ जी फिर रैपअप का इशारा, हाँ जी नैक्सट कॉल जी तुहाडा स्वागत है जी, हाँ जी नैक्सट कॉल जी तुहाडा स्वागत है जी, हैलो, काफ़ी देर तो कॉल सारिया लाइनस होल्ड पर सी, मेरा ख्याल कॉल ड्रॉप कर गए होने, हाँ जी नैक्सट कॉल जी तुहाडा स्वागत है जी, हाँ जी नैक्सट कॉल जी तुहाडा स्वागत है जी, हैलो, हाँ जी नैक्सट कॉल जी तुहाडा स्वागत है जी, हाँ जी नैक्सट कॉल जी तुहाडा स्वागत है जी, हाँ जी नैक्सट कॉल जी तुहाडा स्वागत है जी, ਸੁਣੋ ਸਾਹਿਬ ਮੈਨੂੰ ਏਅਰ ਤੇ ਜੇ, ਹਾਂ ਜੀ ਤੁਸੀਂ ਏਅਰ ਤੇ ਆ ਜੀ, ਕੌਣ ਸਾਹਿਬ ਬੋਲਦੇ ਜੀ, ਹਾਂ ਜੀ ਮੈਂ ਪ੍ਰਭਜੀਤ ਬੋਲਦਾ ਜੀ, ਮੈਂ ਸਾਹਿਬ ਨਾਲ ਗੱਲ ਕਰਨੀ ਆ ਦੁਬਾਰਾ, ਹਾਂਜੀ ਠੀਕ ਹੈ ਜੀ, ਹਾਂਜੀ ਹਾਂਜੀ ਕਰ ਲਓ ਜੀ, ਤੁਹਾਡੇ ਨਾਲ ਵੀ ਕਰਨੀ ਆ, ਬਹੁਤ ਸੋਹਣੀ ਤੁਸੀਂ ਬੀ ਏ ਗ੍ਰੇਟ ਹਿਊਮਨ, ਬਹੁਤ ਸੋਹਣਾ, ਬਹੁਤ ਮੈਸੇਜ ਵਧੀਆ ਦਿਖਦੇ ਜੇ, ਸਾਰਾ ਕੁਝ ਬੜਾ ਮਜ਼ਾ ਆਉਂਦਾ ਵਾ, ਬਹੁਤ ਚੰਗਾ ਤੁਸੀਂ ਪ੍ਰੋਗਰਾਮ ਪੇਸ਼ ਕਰ ਰਹੇ ਜੇ, ਹਨਾ ਥੈਂਕ ਯੂ ਜੀ, ਤੇ ਮੈਂ ਨਾ ਤੁਹਾਡਾ ਵੈਸੇ ਸਪੋਰਟਰ ਹਾਂ, ਇਹੋ ਜਿਹੀ ਗੱਲ ਨਹੀਂ ਹੈਗੀ, ਸਾਡਾ ਤੁਸੀਂ ਸੱਜਾ ਹੱਥ ਜੇ ਸੱਜੀ ਬਾਂਹ ਜੇ ਸਪੋਰਟਰ ਨੇ ਸੱਜੀ ਬਾਂਹ ਜੇ ਲਓ ਜੀ ਤੁਹਾਨੂੰ ਹਰ ਰੋਜ਼ ਸੁਣਦੇ ਆ, ਨਹੀਂ ਨਹੀਂ ਮੈਂ ਵਿਰਕ ਸਾਹਿਬ ਨਾਲ ਵੀ ਤੇ ਧਰਦਾ ਵੀ ਆਪਣੇ ਬਿਲਕੁਲ, ਅੱਛਾ ਨਹੀਂ ਕੁਐਸਚਨ ਇਹ ਨਹੀਂ ਹੈਗਾ, ਕੁਐਸਚਨ ਇਹ ਆ ਵੀ ਹੁਣ ਆਪਾਂ ਇੱਥੇ ਬਹੁਤ ਕੁਛ ਮਹਿਸੂਸ ਕਰ ਲਿਆ ਵਾ, ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਇੱਥੇ, ਹਾਂਜੀ ਹਾਂਜੀ, ਇਹਨਾਂ ਨੂੰ ਨਾ ਇਹਨਾਂ ਨੂੰ ਬੰਦ ਕਰੋ, ਆਪਣੇ ਤੁਸੀਂ ਤੇ ਜੁੱਧਵੀਰ ਜੀ ਤੇ ਆਪਣੇ ਆਪਣੇ ਭਾਜੀ ਸਾਹਿਬ ਜਿਹੜੇ ਸੰਘਾ ਸਾਹਿਬ ਨੇ ਰਲ ਕੇ ਨਾ ਇਹਨਾਂ ਚੀਜ਼ਾਂ ਨੂੰ ਬੰਦ ਕਰੋ, ਇੱਥੇ ਇਹ ਚੀਜ਼ਾਂ ਨਾ ਹੋਣ, ਇਹ ਕਮ ਸੇ ਕਮ ਕੈਨੇਡਾ ਵਿੱਚ ਤੇ ਨਾਲੇ ਆਪਣੇ ਸੈਣੀ ਸਾਹਿਬ ਵੀ ਨਾਲ ਬੈਠੇ ਨੇ, ਤੇ ਇਹ ਚੀਜ਼ਾਂ ਬੰਦ ਕਰੋ, ਇਹਨਾਂ ਨੂੰ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਹੈਗੀਆਂ, ਤੁਸੀਂ ਇਹਨਾਂ ਇਹਨਾਂ ਦੇ ਉੱਤੇ ਕੋਈ ਕਿਰਪਾ ਕਰਕੇ ਕੁਛ ਕਰ ਸਕਦੇ ਜੇ ਵੈਸੇ ਉਦਾਂ ਪਬਲਿਕ ਚ ਉਹਨਾਂ ਨੂੰ ਖਲੇਰਾਂਗੇ ਨਾ, ਉਹਨਾਂ ਨੂੰ ਉਧੇੜਾਂਗੇ ਨਾ, ਉਹਨਾਂ ਚ ਕਿਵੇਂ ਨਾ ਸੁਣਨਗੇ, ਜੁੱਧਵੀਰ ਸਾਹਿਬ ਨੂੰ ਨਹੀਂ ਨਾ ਲੈ ਕੇ ਆਉਂਦੇ ਹੈਗੇ ਆਪਣੇ ਪੋਲੀਟੀਸ਼ੀਅਨ ਬਣਾਉਣ ਵਾਸਤੇ, ਉਸ ਦਿਨ ਤੱਕ ਕੁਛ ਨਾ ਇਹ ਗੱਲਾਂ ਕਰਿਓ, ਅੱਛਾ ਜੀ ਠੀਕ ਹੈ ਜੀ, ਉਹਨੇ ਨਹੀਂ ਜੀ ਜੁੱਧਵੀਰ ਹੋਣੀ ਨਹੀਂ ਜੀ ਪੋਲੀਟੀਸ਼ੀਅਨ ਬਣਨਾ, ਠੀਕ ਹੈ ਜੀ, ਥੈਂਕ ਯੂ ਓਕੇ ਜੀ, ਥੈਂਕ ਯੂ ਜੀ, ਥੈਂਕ ਯੂ, ਨੈਕਸਟ ਕਾਲ ਜੀ ਤੁਹਾਡਾ ਸਵਾਗਤ ਹੈ ਜੀ, ਹੈਲੋ, ਹਾਂਜੀ ਨੈਕਸਟ ਕਾਲ ਜੀ ਤੁਹਾਡਾ ਸਵਾਗਤ ਹੈ ਜੀ, ਸਾਰੇ ਹੀ ਕਾਲਰਸ ਦਾ ਜੀ ਬਹੁਤ ਬਹੁਤ ਧੰਨਵਾਦ, ਤੁਹਾਡੇ 'ਚ ਬਹੁਤ ਜ਼ਿਆਦਾ ਪੇਸ਼ੈਂਸ ਆ, ਤੁਸੀਂ ਇੰਨੀ ਦੇਰ ਹੋਲਡ ਰੱਖਦੇ ਆ ਔਰ ਬਹੁਤ ਤੁਹਾਡਾ, ਹਾਂਜੀ ਕਈ ਵਾਰੀ ਸਾਨੂੰ ਜੀ ਪੈਨਲਿਸਟ ਨੂੰ ਵੀ ਟਾਈਮ ਦੇਣਾ ਹੁੰਦਾ, ਇਸ ਕਰਕੇ ਕਈ ਵਾਰੀ ਲਾਈਨਸ ਤੁਹਾਡੀਆਂ ਸਾਰੀਆਂ ਲਾਈਨਾਂ ਲਗਾਤਾਰ ਫਲੈਸ਼ ਕਰ ਰਹੀਆਂ ਸੀ, ਔਰ ਹੋ ਸਕਦਾ ਕਈਆਂ ਦੇ ਮੈਸੇਜ ਵੀ ਆ ਰਹੇ ਆ ਕਿ ਸਾਡਾ ਫੋਨ ਨਹੀਂ ਚੱਕ ਰਿਹਾ ਔਰ ਪਤਾ ਨਹੀਂ ਲੱਗਦਾ ਜੀ ਕਈ ਵਾਰੀ, ਕਿਉਂਕਿ ਲਾਈਨਾਂ ਜਦੋਂ ਸਾਰੀਆਂ ਬਿਜ਼ੀ ਹੁੰਦੀਆਂ, ਹਾਂਜੀ ਨੈਕਸਟ ਕਾਲ ਜੀ ਤੁਹਾਡਾ ਸਵਾਗਤ ਹੈ ਜੀ, ਹੈਲੋ, ਹਾਂਜੀ ਨੈਕਸਟ ਕਾਲ ਜੀ, ਹੈਲੋ, ਦੁਬਾਰਾ ਕਾਲ ਕਰ ਸਕਦੇ ਹਾਂ ਜੀ ਜੇ ਕਿਸੇ ਨੇ ਵੀ, ਹਾਂਜੀ ਕਰਨੀ ਹੋਵੇ, ਕਿਉਂਕਿ 1-2 ਮਿੰਟ ਦੇ ਵਿੱਚ ਅਸੀਂ ਰੈਪ ਅਪ ਕਰਨ ਲੱਗੇ ਹਾਂ, ਕਿਉਂਕਿ ਸਾਰਿਆਂ ਨੂੰ ਜੀ ਦੇਖੋ ਅੱਜ ਫਿਰ ਮੈਂ ਸਾਰੇ ਕਾਲਰਸ ਦਾ ਥੈਂਕ ਯੂ ਕਰਨਾ ਚਾਹੁੰਦਾ ਕਿ ਤੁਸੀਂ ਸਾਰਿਆਂ ਨੇ ਚਿੰਤਾ ਜਿਤਾਈ, ਸਾਰਿਆਂ ਦਾ ਮੇਨ ਸਾਡਾ ਏਜੰਡਾ ਇਹੀ ਆ ਕਿ ਅਸੀਂ ਕੈਨੇਡਾ ਨੂੰ ਇੱਕ ਬੈਟਰ ਪਲੇਸ ਬਣਾਉਣਾ ਆ, ਸਾਡੇ ਬਜ਼ੁਰਗਾਂ ਨੇ ਸਾਡੇ ਲਈ ਬਹੁਤ ਬੈਟਰ, ਮੈਂ ਤਾਂ ਕਹਿੰਦਾ ਜੀ ਬਹੁਤ ਬੈਟਰ, ਹੁਣੇ ਕੋਈ ਕਹਿੰਦੇ ਸੀ ਜੀ ਬਜ਼ੁਰਗਾਂ ਨੇ ਹਾਂਜੀ ਬਈ ਕੀਤਾ ਆਪਣੇ ਲਈ ਆਏ, ਨਹੀਂ ਆਏ ਆਪਣੇ ਲਈ ਸੀ ਪਰ ਉਹਨੀ ਸਾਡੇ ਲਈ ਬਹੁਤ ਕੁਛ ਕੀਤਾ, ਮੈਂ ਤਾਂ ਲਾਈਵ ਐਗਜ਼ਾਮਪਲ ਹੈ ਜੀ, ਮੇਰੇ ਕੋਲ ਇੱਥੇ ਹੀ ਐਗਜ਼ਾਮਪਲ ਹੈ ਜੀ, ਸਾਡੇ ਐਕਚੁਅਲੀ ਤਾਂ ਫੈਮਿਲੀ ਫਰੈਂਡ ਹੀ ਹੈਗੇ ਆ, ਬਿਰਕ ਸਾਹਿਬ ਅੱਗੇ ਸੈਣੀ ਸਾਹਿਬ ਮੈਂ, ਹਾਂਜੀ ਆਜ਼ਾਦ ਸਾਹਿਬ ਮੈਂ, ਇੱਥੇ ਉਹ ਪੀਡੀਟ੍ਰੀਸ਼ਨ ਨੇ, ਪੀ ਜੀ ਆਈ ਦੇ ਉਹ ਬਕਾਇਦਾ ਪ੍ਰੋਫੈਸਰ ਸੀਗੇ ਉੱਥੇ,
ठीक है जी, वह सैवनटीज़ के मेरा ख्याल 79-80 के कनेडा आए, इतने आ के सारी उम्र उन्होंने आई के ओ शिंगलों वाली कंपनी के जनरल लेबर करके कढ़ी, एजुकेशन की कोई भी रिकोगनीशन नहीं सी। ठीक है जी, मेरे फादर साहब 1971 बिफोर आई वॉज बॉर्न कनेडा आए, इस ही गल करके मुड़ गया भी जिन्हें मेरे नाल दे एम ए बी एड मुंडे आ, क्योंकि ही वॉज यंग एट दैट टाइम, बई वो सारे ही जिहड़े उत्थे जनरल लेबर कर रहे हैं, भी साडी पढ़ाई की कोई वैल्यू नहीं हैगी। उदू पहला साडे बजुर्ग जिन्हां दीआं मैं गल्लां करदा उन्होंने लंबर मिलां दे विच ओह कुछ हालात देखे भी 15-15 ने एक एक घर दे विच रहना, और एक एक बंदे ने दो तीन बंदियां ने सारी रात जागनी जदों गोरियां ने इट्टां मारनियां रोड़े मारने। ये चीज़ वन सैकेंड और तुहानूं दे दिआं फीडबैक, 96 च मैं आया मॉन्ट्रियल, हाँ जी, उत्थे मैं बेसमेंट में 11 बंदियां नूं रहिंदिआं वेख्या, बेसमेंट च 11। ठीक है जी, मैं जिहड़ी ये गल्लां करदा वी इंप्रूवमेंट किदां होई, मैं अज वी रहिंदे आ अज, पर मैं गल करदा इंप्रूवमेंट किदां होई, उन्होंने कीता की, जिहड़े 70s वाले 60s 70s तक आए ना उन्होंने अपने आप नूं यही प्रूव किया वी आर हार्ड वर्कर। उहदे करके की होया जदों असीं 80s वाले जां 90s वाले आए ना सानूं फैक्ट्रियां दे विच दवादब जॉब मिल जांदी सी, वी एक जिहड़े इंडियन लोग आ ये मेहनती बहुत है। अच्छा जिसले असीं आए, मैं मकैनिकल इंजीनियर आया जी, मैं झाड़ू फेरिया सब तो पहला आण के फैक्टरी दे विच, $6.85 उदों मिनिमम वेज सी, उहदे ते काम किया जी। ठीक है जी, और उत्थे जाके असी की कीता, विद इन फ्यू मंथ्स आई वॉज शिपर रिसीवर देयर, असी कहा वी आर इक्वली कॉम्पीटेंट एज वैल एजुकेटड एज वैल, असी ये चीज़ की। हुण उहदा फायदा की होया, जिहड़ा मेरा यंगर ब्रदर मेरा कजन मेरी मासी जी का बेटा आया इंजीनियर, मैं इंजीनियर आया सी, मैं रियल्टर बन गया, मैं 96 दे विच आया, 97 दे विच मैं रियल स्टेट, 97 दे विच मैं रियल स्टेट एजेंट बन गया, 99 दे विच मैं 99 दे विच रियल स्टेट ब्रोकर बन गया। मैं फायदा उहदा इनडायरैक्ट लिया, युद्धवीर जी इंजीनियर आए उन्होंने इधर आ गए, मेरा हुण कजन आया लेटली वो आउंदा ही सीधा विद इन वन ईयर नाउ ही इज़ ए प्रोजेक्ट मैनेजर। ठीक है जी, अज इंडिया तो लॉयर आउंदा आ, MBBS आउंदा आ, उहदे लई बहुत ज़्यादा इंजीनियर आउंदा आ, बहुत ज़्यादा शॉर्टकट है। साडी वेरी मैं हंबर कॉलेज एडमिशन लई इंजीनियरिंग तो बाद कॉलेज एडमिशन लै ली, मैं कहा जी कोई एक्सैप्शन, वो कहिंदे जी कोर्स कल्ले दा अपना सिलेबस मंगाओ, इंडिविजुअल कोर्स ते उदां तुहानूं कोई एक्सैप्शन नहीं हैगी, बेसिकली वी आर नॉट ईवन रैकोगनाइज्ड वी आर इंजीनियर। ठीक है जी, अज फायदा जिहड़े साडे बजुर्गां ने साडे लई की फायदे कीते, वह ये फायदे किए, अज बच्चा उतरदा जहाज के मगरों उन्हों भी पता है मैं प्री प्रोफेसनल इंजीनियरिंग की PNG की रजिस्ट्रेशन कितने करवानी है, डिग्री अवैल्यूएट ऑलरेडी इंडिया तो करा के आया वो, और उतरदा ही वह प्रोजेक्ट मैनेजर की जॉब के उत्ते अपलाई लगा है। ये वह चार पीढ़ियां जिहड़ियां तुहानूं दसियां जी उन्होंने इस स्टेज पर सानूं लैके आंदा, असीं अपने आप नहीं सी पहुँच सकते, सो असी कदे भी वो जिहड़े साडे वो सीनियरस वो वैटरन है जिन्होंने अपनियां डिग्रियां एक वेरी एन जीरो करके, चाहे वह पीडीट्रिशन से, चाहे वह प्रोफेसर से, चाहे वह डॉक्टर से, किन्ने क लॉयर तो तुम इतने जिन्ने मर्जी नेम इट, अज वो आते हैं 3 टेस्ट पास करते लॉयर बन जाए। सो मतलब असी कनेडा दे विच आण के हरेक जनरेशन ने अपने आप नूं एक स्टैप अगे, यही चीज़ असी कहने एज ए इंडो कनेडियन कम्यूनिटी, देखो असी अज कित्थे खड़े हाँ, बिजनेसिस देखो साडे हुण साडा इत्थे ईवन GTA दे विच मजोरिटी च साडा जिहड़ा हिंदू भाईचारा सारे बिजनेसमैन है, पर उन्हां दे जिसले असी उन्हां दे नाल बैठ के गल करदे उह कहिंदे यार संदीप साडे तां 80% गाहक पंजाबी आ, क्योंकि पापूलेशन पंजाबी आ, साडा सारा जिहड़ा इंफ्रास्ट्रक्चर अज जे कम्यूनिटी इस लैवल दे उत्ते फलरिश करदी आ वह इसे चीज़ ते, क्योंकि असी अजे तक यूनाइटेड आ, एक दूसरे की असी सपोर्ट करते हैं, तुसीं अज दुकान खोली आ, मैं रियल स्टेट की आ, तुसीं घर मल्लो मल्ली आ, यार संदीप की सपोर्ट करनी आ, जां मैं कहना आजाद साहब की सपोर्ट करनी, इन्हां दी शॉप तो आ चीज़ लैके आनी आ, क्योंकि साडे ये मल्लो मल्ली साडे कल्चर दे विच आ, साडे सब हरेक इंसान का फर्ज है कि अपना कंट्रीब्यूशन पर जिस तरह हो सके पर देना चाहिए कम्यूनिटी के बैटरमेंट वास्ते। यस देखो जिते एजुकेशन की बात है, मैं भी अपनी PhD की हुई है हरियाणा एग्रीकल्चर यूनिवर्सिटी तो लौता, लेकिन अपा एजुकेशन अपन बहुत कुछ सिखाती है, लेकिन अपना एक दूजा फर्ज भी है भी आप कम्यूनिटी वास्ते की करते हैं। डेफिनेटली देखो एक कम्यूनिटी सर्विस सोच के मैं इतने एक ऑर्गेनाइजेशन खोला जी, उसका नाम है जी ब्रैम्पटन फर्स्ट फाउंडेशन। अच्छा जी ठीक है, मैं सुनी है जी। देखो ब्रैम्पटन फर्स्ट फाउंडेशन, अगर मैं ब्रैम्पटन का वासी हूं, ब्रैम्पटन इज माय फर्स्ट, यस बिल्कुल, ओंटारियो इज माय प्रोविंस, एग्जैक्टली कनाडा चाहे कनाडा इज माय प्रोविंस। हां जी तो देखो मैं
ਤੁਹਾਡੇ ਜਿੰਨੇ ਭਾਈ ਹੈ ਉਹਨਕੇ ਸਹਿਯੋਗ ਨਾਲ ਬ੍ਰੈਂਪਟਨ ਫਸਟ ਫਾਊਂਡੇਸ਼ਨ ਦੀ ਮੈਂ ਕਾਫੀ ਮੀਟਿੰਗਾਂ ਕੀਤੀ। ਹਾਂਜੀ ਹਾਂਜੀ, ਮੈਂ ਸਭਸੇ ਪਹਿਲੀ ਜੋ ਮੀਟਿੰਗ ਕੀਤੀ ਉਹ ਮੈਂ ਪੀਲ ਪੁਲਿਸ ਚੀਫ ਥੇ ਆਪਣੇ ਇਨਸੇ ਪਹਿਲੇ ਜੋ ਨਿਸ਼ਾਨ ਤੋਂ ਪਹਿਲਾਂ ਸੀ, ਇਨਸੇ ਪਹਿਲੇ ਜੋ ਥੇ ਮਿਸ ਕ੍ਰਿਸ ਮੱਕੜ, ਹਾਂਜੀ, ਉਨਕੇ ਸਾਥ ਮੇਅਰ ਪੈਟ੍ਰਿਕ ਬ੍ਰਾਊਨ ਕੇ ਸਾਥ ਮੈਨੇ ਬਿਲਕੁਲ ਓਪਨ ਕਮਿਊਨਿਟੀ ਟਾਊਨ ਹਾਲ ਮੀਟਿੰਗ ਕੀ। ਇਸ਼ੂਜ਼ ਕੇ ਥੇ, ਇਸ਼ੂਜ਼ ਥੇ ਉੱਥੇ ਵੀ ਚੋਰੀਆਂ ਹੁੰਦੀ ਹੈ, ਹਾਂਜੀ, ਠੀਕ ਹੈ ਨਾ, ਕਾਫੀ ਚੋਰੀਆਂ ਹੁੰਦੀ ਹੈ, ਸਟੋਪ ਸਾਈਨ ਤਾਂ ਰੁਕਦੇ ਨਹੀਂ, ਠੀਕ ਹੈ ਨਾ, ਤਾਂ ਕਾਫੀ ਕੁਛ ਉੱਥੇ ਪੁਲਿਸ ਚੀਫ ਨੇ ਅਸ਼ੋਰ ਕੀਤਾ ਜਿੰਨੇ ਰੈਜੀਡੈਂਟ ਥੇ ਉੱਥੇ, ਤੁਸੀਂ ਬਿਲੀਵ ਨਹੀਂ ਕਰੋਗੇ, ਕਰੀਬ ਕਰੀਬ 300-350 ਰੈਜੀਡੈਂਟ ਉੱਥੇ ਇਕੱਠੇ ਹੋਏ ਥੇ ਪਹਿਲੀ ਰੈਲੀ 'ਤੇ, 350। ਤੋ ਉਸਕੇ ਬਾਅਦ ਪੁਲਿਸ ਚੀਫ ਨੇ ਪਰਸਨਲੀ ਕਿਹਾ ਕਿ ਵੀ ਇਹ ਮੈਂ ਪਰਸਨਲ ਜ਼ਿੰਮੇਵਾਰੀ ਲੈਂਦਾ ਕਿ ਇੱਥੇ ਭਈਆ ਤੁਹਾਨੂੰ ਕੋਈ ਇਸ਼ੂ ਨਹੀਂ ਆਊਗਾ। ਉਸਕੇ ਬਾਅਦ ਉਸ ਚੀਜ਼ ਦਾ ਇੰਨਾ ਇੰਪੈਕਟ ਹੋਇਆ ਕਿ ਉੱਥੇ ਬਈ ਘੋੜਾ 'ਤੇ ਵੀ ਘੁੰਮਦੇ ਸੀ, ਸਾਈਕਲ 'ਤੇ ਵੀ ਘੁੰਮਦੇ ਸੀ ਪੁਲਿਸ ਵਾਲੇ, ਨਾ ਟਿਕਟਾਂ ਵੀ ਖੂਬ ਦਿੱਤੀ, ਰੈਜੀਡੈਂਟ ਵੀ ਕਹਿੰਦੇ ਸੀ ਨਹੀਂ ਅਸੀਂ ਤਾਂ ਪਰੇਸ਼ਾਨ ਹੋ ਗਏ ਸਾਨੂੰ ਇੰਨੀ ਟਿਕਟ ਮਿਲ ਗਈ। ਨਹੀਂ, ਅਗਰ ਤੁਸੀਂ ਜੋ ਲਾਅ ਐਂਡ ਆਰਡਰ ਹੈ, ਜੋ ਰੂਲ ਐਂਡ ਰੈਗੂਲੇਸ਼ਨ ਹੈ, ਅਗਰ ਤੁਸੀਂ ਉਸਨੇ ਫੋਲੋ ਨਹੀਂ ਕਰਦੇ, ਸਿਸਟਮ ਦੀ ਕਮੀ ਨਹੀਂ ਹੈ, ਇਹ ਤੁਹਾਡੀ ਕਮੀ ਹੈ, ਤੁਹਾਨੂੰ ਤੁਸੀਂ ਡਿਜ਼ਰਵ ਕਰਦੇ ਉਸ ਚੀਜ਼। ਫਿਰ ਜੋ ਸੈਕਿੰਡ ਮੀਟਿੰਗ, ਮੈਂ ਜੋ ਆਪਣੇ ਨਵੇਂ ਪੁਲਿਸ ਚੀਫ ਹੈ, ਹਾਂਜੀ, ਇਨਕੀ ਪਹਿਲੀ ਨਿਸ਼ਾਨ ਦੁਰੀ ਪਰ ਇਨਕੀ ਪਹਿਲੀ ਟਾਊਨ ਹਾਲ ਮੀਟਿੰਗ ਮੈਂ ਅਸੀਂ ਔਰਗਨਾਈਜ਼ ਕੀਤੀ ਬ੍ਰੈਂਪਟਨ ਫਸਟ ਫਾਊਂਡੇਸ਼ਨ ਦੇ ਬੈਨਰ 'ਤੇ। ਮੇਅਰ ਵੀ ਉੱਥੇ ਸੀ, ਆਪਣੇ ਕਾਫੀ ਉੱਥੇ MP, MPP, ਕਾਉਂਸਲਰ ਸਾਰੇ ਸੀ ਉੱਥੇ। ਤੋ ਬੇਸਿਕਲੀ ਕਹਿਣ ਦਾ ਮਤਲਬ ਇਹ ਹੈ ਕਿ ਵੀ ਆਪਾਂ ਨੂੰ ਹਰੇਕ ਨੂੰ ਇਹ ਆਪਣਾ ਫਰਜ਼ ਬਣਦਾ ਹੈ ਕਿ ਵੀ ਜਿਸ ਕਮਿਊਨਿਟੀ 'ਤੇ, ਜਿਸ ਸੋਸਾਇਟੀ 'ਤੇ ਆਪਾਂ ਰਹਿੰਦੇ ਹਾਂ, ਆਪਾਂ ਨੂੰ ਉਸ ਵਾਸਤੇ ਪੋਜ਼ਿਟਿਵਲੀ ਵਿਦ ਪੋਜ਼ਿਟਿਵ ਉੱਥੇ ਕੰਮ ਕਰਨਾ ਚਾਹੀਦਾ। ਉਸ ਸਿਸਟਮ 'ਚ ਜੋ ਵੀ ਕਮੀਆਂ ਹੈ, ਜਿੰਨਾ ਤੁਸੀਂ ਦੇਖੋ, ਹਰ ਬੰਦਾ ਹਰ ਕੁਛ ਨਹੀਂ ਕਰ ਸਕਦਾ, ਇਹ ਤਾਂ ਇੱਕ ਗਰੁੱਪ ਚੀਜ਼ ਹੈ ਵੀ ਆਪਾਂ ਗਰੁੱਪ 'ਤੇ ਮਿਲ ਕੇ ਹੀ ਆਪਾਂ ਕਰ ਸਕਦੇ, ਡੈਫੀਨੇਟਲੀ, ਠੀਕ ਹੈ। ਤਾਂ ਮੈਂ ਇਹੀ ਕਹਿੰਦਾ ਵੀ ਜਿੰਨੇ ਵੀ ਆਪਣੇ ਪੈਨਲਿਸਟ ਹੈ ਸਾਰੇ ਹੈ ਕਿ ਵੀ ਜੋ ਇਸ ਤਰ੍ਹਾਂ ਕਿ ਜੋ ਹੇਟ ਕ੍ਰਾਈਮ ਹੈ, ਹੇਟ ਸਿਸਟਮ ਜੋ ਡਿਵੈਲਪ ਹੋ ਰਿਹਾ ਹੈ, ਉਸਕਾ ਆਪਾਂ ਨੂੰ ਸਟਰੋਂਗਲੀ ਉਸਕੋ ਕੰਡੈਮ ਕਰਨਾ ਚਾਹੀਦਾ। ਇੱਕ ਆਪਾਂ ਨੂੰ ਇੱਕ ਇਗਜ਼ਾਮਪਲ ਦੇਣਾ ਚਾਹੀਦਾ ਕਿ ਵੀ ਨਹੀਂ, ਵੀ ਆਰ ਕੈਨੇਡੀਅਨ ਫਸਟ, ਡੈਫੀਨੇਟਲੀ ਦ ਡੇ ਵੀ ਆਰ ਮੂਵਡ ਵੀ ਆਰ ਕੈਨੇਡੀਅਨ ਫਸਟ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਲਾਸਟ ਕਾਲ ਜੀ, ਹਾਂਜੀ, ਤੁਹਾਡਾ ਸਵਾਗਤ ਹੈ ਜੀ। ਹਾਂਜੀ ਸਿੰਘਾ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹਾਂਜੀ, ਕੌਣ ਸਾਹਿਬ ਬੋਲਦੇ? ਮੈਂ ਚੌਹਾਨ ਬੋਲ ਰਿਹਾ ਸਿੰਘਾ ਸਾਹਿਬ, ਵਿਰਕ ਸਾਹਿਬ, ਸਤਿ ਸ਼੍ਰੀ ਅਕਾਲ ਵੀਰ ਚੌਹਾਨ ਸਾਹਿਬ। ਹਾਂਜੀ ਹਾਂਜੀ, ਮੈਂ ਸਿਰਫ ਇੰਨਾ ਹੀ ਕਹਿੰਦਾ ਜੀ, ਰੈਲੀਜ਼ ਦਾ ਹੱਕ ਸਾਰਿਆਂ ਨੂੰ ਹੈ, ਕੋਈ ਡਰ ਨਹੀਂ ਕਰਨੀ ਚਾਹੀਦੀ ਆ। ਕਿਉਂ ਨਹੀਂ ਇੱਕ ਸਪੋਟ ਫਿਕਸ ਕਰ ਦਿੱਤਾ ਜਾਂਦਾ ਕਿ ਜਿੱਥੇ ਸਿਰਫ ਪ੍ਰੋਟੈਸਟ ਦੀ ਜਾਂ ਰੈਲੀ ਦੀ ਹੋਣਗੀ, ਰੈਦਰ ਦੈਨ ਸੜਕਾਂ ਜਿਹੜੀਆਂ ਹੈਗੀਆਂ ਇਹ ਡੇਂਜਰਸ ਹੈ, ਐਕਸੀਡੈਂਟ ਹੁੰਦੇ ਆ ਤੇ ਕੋਈ ਹੋਰ ਵਾਕਿਆ ਵੀ ਹੋ ਸਕਦਾ, ਸੜਕਾਂ 'ਤੇ ਲੜਾਈ ਝਗੜਾ ਵੀ ਹੋ ਸਕਦਾ। ਜੇ ਇੱਕ ਸਪੋਟ ਫਿਕਸ ਕਰ ਦਿੱਤਾ ਜਾਵੇ ਪਰਮਾਨੈਂਟ, ਚਾਹੇ ਕੋਈ ਪਾਰਕ ਜਾਂ ਫਿਰ ਸਿਟੀ ਹਾਲ, ਕੋਈ ਵੀ ਜਗ੍ਹਾ ਜਿਸ ਤੋਂ ਇਹਨਾਂ ਨੂੰ ਸੂਟੇਬਲ ਜਗ੍ਹਾ ਮਿਲਦੀ ਹੈ, ਮੇਰਾ ਖਿਆਲ ਇਹ ਪ੍ਰੋਬਲਮ ਹੋਏਗੀ ਨਹੀਂ ਕਦੀ। ਤੇ ਦੂਸਰਾ, ਇਹਨਾਂ ਨੂੰ ਕੁਛ ਪ੍ਰੋਟੋਕਾਲ ਸੈੱਟ ਕਰ ਦੇਣੀਆਂ ਚਾਹੀਦੀਆਂ। ਤੀਜਾ, ਜਿਹੜਾ ਲਾਅ ਹੈਗਾ ਉਹ ਲਾਅ ਬੜਾ ਸਟ੍ਰਿਕਟ ਹੋਣਾ ਚਾਹੀਦਾ। ਇਹ ਨਹੀਂ ਵੀ ਜਿੱਦਾਂ ਜੋ ਜੀ ਚਾਹੇ ਕਿਸੇ ਨੂੰ ਕੁਛ ਵੀ ਕਹਿ ਦੇਵੇ, ਗਾਲਾਂ ਕੱਢੇ ਜਾਂ ਧੱਕਾ ਦੇਵੇ, ਵਟੈਵਰ, ਜੇ ਦੋ ਤਿੰਨ ਚੀਜ਼ਾਂ ਇਹ ਕਰ ਦੇਣ ਅੱਗੇ ਨੂੰ, ਤਾਂ ਮੇਰਾ ਖਿਆਲ ਕਦੀ ਵੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਏਦਾਂ ਦੀ ਦਿੱਕਤ ਆਏਗੀ। ਠੀਕ ਹੈ, ਬਾਕੀ ਤੁਸੀਂ ਦੱਸੋ ਤੁਹਾਡੇ ਕੀ ਵਿਚਾਰ ਹੈ, ਤੁਸੀਂ ਕੀ ਸੋਚਦੇ? ਥੈਂਕ ਯੂ ਵੈਰੀ ਮਚ। ਮੈਂ ਇਹਦੇ ਬਾਰੇ ਕੁਛ ਕੁ ਹੱਦ ਤੱਕ ਤੁਹਾਡੀ ਗੱਲ ਦੇ ਨਾਲ ਸਹਿਮਤ ਹੈਗਾ ਹਾਂ। ਮੇਰੇ ਹਿਸਾਬ ਦੇ ਨਾਲ ਚਾਹੇ ਪੀਲ ਪੁਲਿਸ, ਚਾਹੇ ਸਾਡੀ ਸਿਟੀ ਹਾਲ, ਉਹਨਾਂ ਨੂੰ ਏਜੰਡਾ ਲੈਣਾ ਚਾਹੀਦਾ ਵੀ ਤੁਹਾਡਾ ਰੈਲੀ ਕਰਨ ਦਾ ਏਜੰਡਾ ਕੀ ਆ। ਉਹ ਏਜੰਡਾ ਇਨਵੈਸਟੀਗੇਟ ਕੀਤਾ ਜਾਵੇ ਵੀ ਵਾਕਿਆ ਇਹ ਜੈਨੂਅਨ ਹੈਗਾ ਆ, ਇਹ ਜੈਨੂਅਨ ਕੰਸਰਨ ਹੈਗਾ। ਫਿਰ ਉਹਦੇ ਉੱਤੇ ਲਿਮਿਟ, ਜਿੱਦਾਂ ਇੱਕ ਚੀਜ਼ ਉਹਦੇ ਉੱਤੇ ਲਿਮਿਟ ਲਗਾਈ ਜਾਵੇ ਵੀ ਆਹ ਨਹੀਂ ਵੀ ਇੱਕ ਵੀਕਐਂਡ 'ਤੇ ਤਿੰਨ ਰੈਲੀਆਂ ਜਾਂ ਇੱਕ ਵੀਕਐਂਡ ਦੇ ਉੱਤੇ ਹਰੇਕ ਵੀਕਐਂਡ ਦੇ ਉੱਤੇ ਰੈਲੀ, ਕਿਉਂਕਿ ਉਹਦਾ ਕੋਈ ਇੰਪੈਕਟ ਹੀ ਨਹੀਂ ਰਹਿ ਜਾਂਦਾ। ਮੇਰੇ ਆਪਣੇ ਨਿੱਜੀ ਵਿਚਾਰ ਨੇ ਕਿ ਉਹ ਰੋਜ਼ ਜਿਹੜੀ ਰੋਜ਼ ਰੈਲੀ ਆ, ਉਹਦਾ ਨਾ ਲੋਕਾਂ ਦੇ ਉੱਤੇ ਕੋਈ ਇਨਫਲੂਐਂਸ ਪੈਂਦਾ, ਨਾ ਕਿਸੇ ਪੋਲੀਟੀਕਲ ਪਾਰਟੀ ਦੇ ਉੱਤੇ ਇਨਫਲੂਐਂਸ ਪੈਂਦਾ। ਉਹਦੇ ਨਾਲ ਲੋਕਾਂ ਨੂੰ ਡਿਸਟਰੈਕਸ਼ਨ ਹੁੰਦੀ ਆ, ਲੋਕਾਂ ਨੂੰ ਡਿਸਟਰਬੈਂਸ ਹੁੰਦੀ ਹੈ। ਮੇਰੇ ਆਪਣੇ ਨਿੱਜੀ ਵਿਚਾਰ ਨੇ, ਰੈਲੀ ਬਿਲਕੁਲ ਹੋਣੀ ਚਾਹੀਦੀ ਆ। ਜੇ ਇੱਦਾਂ ਦਾ ਕੱਲ੍ਹ ਦੁਨੀਆਂ ਦੇ ਵਿੱਚ ਕਿਤੇ ਹਿਊਮਨ ਰਾਈਟਸ ਦੇ ਵਾਇਓਲੇਸ਼ਨ ਹੋਣ, ਜੇ ਅਸੀਂ ਕਹਿ ਦਈਏ ਰੈਲੀਆਂ ਹੀ ਨਹੀਂ ਹੋਣੀਆਂ ਚਾਹੀਦੀਆਂ, ਬਿਲਕੁਲ ਹੋਣੀਆਂ ਚਾਹੀਦੀਆਂ ਰੈਲੀਆਂ। ਰੈਲੀ ਹੀ ਇੱਕ ਪੀਸਫੁੱਲ ਰੈਲੀ ਹੀ ਵਾਹਿਦ ਇੱਕ ਇਹੋ ਜਿਹਾ ਟੂਲ ਆ ਕਿ ਜਿਹੜਾ ਸਰਕਾਰਾਂ ਨੂੰ ਝੁਕਣ ਲਈ ਮਜਬੂਰ ਕਰ ਦਿੰਦੀ ਆ। ਔਰ ਤੁਹਾਡੇ ਸਾਹਮਣੇ ਹਿਸਟਰੀ ਦੇ ਵਿੱਚ ਹੁੰਦਾ ਆ, ਜਿੰਨੀਆਂ ਮਰਜ਼ੀ ਤੁਸੀਂ ਦੇਖ ਲਓ, ਜਿੰਨੀਆਂ ਮਰਜ਼ੀ ਮੂਵਮੈਂਟਾਂ ਚੱਲੀਆਂ। ਹਾਂ, ਈਵਨ ਭਾਰਤ ਦੀ ਆਜ਼ਾਦੀ, ਭਾਰਤ ਦੀ ਆਜ਼ਾਦੀ ਹੀ ਇਹਨਾਂ ਮੂਵਮੈਂਟਾਂ ਦੇ ਵਿੱਚੋਂ ਆਈ ਆ। ਸਾਡੀ ਕੈਨੇਡਾ ਦਾ ਬਹੁਤ ਵੱਡਾ ਯੋਗਦਾਨ ਹੈ ਭਾਰਤ ਦੀ ਆਜ਼ਾਦੀ ਦੇ ਵਿੱਚ। ਸਾਡੇ ਪਿੰਡ ਦੇ ਦਰਸ਼ਨ ਸਿੰਘ ਕੈਨੇਡੀਅਨ, ਉਹਨਾਂ ਨੇ ਤਖਲਸੇ ਕੈਨੇਡੀਅਨ ਲੈ ਰੱਖ ਲਿਆ ਸੀ। ਦੋ ਵਾਰੀ MLA ਰਹੇ ਉਹ ਜਾ ਕੇ ਇੱਥੋਂ, 1942-43 ਮੇਰਾ ਖਿਆਲ ਉਹ ਆਏ ਆ, 40-41 ਦੇ ਵਿੱਚ ਉਹ ਆਉਂਦੇ ਆ, 36 ਤੋਂ ਮੇਰਾ ਖਿਆਲ 40 ਦੇ ਦਰਮਿਆਨ।
ते 1945-46 दे विच वापस मुड़ जांदे आ ते उत्थे जाके पूरी वो आजादी दी दुए दे विच जाके हिस्सा लैंदे आ। सो ये चीज़ां आ भी जिहड़ियां जिहड़ा साडे इत्थे तुसीं देखो जिहड़ी गदर पार्टी जिहड़ी नैक्सलाइट मूवमेंट उहदे विच कैनेडियन इत्थों साडे जिहड़ी आ तुसीं गल करदे आ उत्थे BC दे विच गुरद्वारा साहिब तों उत्थों भारत दी आजादी दी मूवमेंट BC दे गुरद्वारा साहिब तों शुरू हुंदी आ और जाके भारत की आजादी दे विच इत्थों इत्थों जाके वह उत्थे जाके पूरा योगदान पाउंदे आ। सो ये नहीं मैं कहिंदा पर मैं एक चीज़ का जरूर तारनी आ कि लिमिट होनी चाहिए आ और इनफ्लुएंशियल होनी चाहिए आ। जे इत्थे असी अपनी होमे दे पट्ठे पाउण नूं रैलियां कढ़नियां मैं ये साडे फार्मर वीरां दी गल करदा दूजे वीरां नाल मैं रैली कढ़न दे नाल ही सहमत नहीं हैगा उहनां दी। तुसीं रैली कढ़नी तुहाडा डेमोक्रेटिक राइट है पर फिर उही गल तुसीं गणतंत्र दिवस ते कढ़ो तुसीं आजादी दिवस ते कढ़ो तुसीं कनेडा दे साडा 1 जुलाई कनेडियन डे आ उदण कढ़ो मतलब कोई एजेंडा होवे। यही चीज़ साडे किसान वीरां नूं रैली कढ़नी आ इक कढ़ो सारे उत्थे यूनिटी दिखाओ फिर मैसेज का कोई दिओ भी हाँ भाई 2 लख का कट्ठ 2 लख कनेडियन का कट्ठ कनेडा की धरती के उत्ते कट्ठा होकर किसानों के गया। यह की होया भी हरेक वीक वह कहें जी कोई नहीं खबर ही आ लाउणी ला दिओ नहीं लगी तो ना भी सही। सो उहदा कोई इनफ्लुएंस नहीं रहिंदा। यही चीज़ दुनिया के किते भी अज तुसीं पहलां सब तो पहलां मैं गोहित साहब की इस गल दे नाल सहमत हाँ सब तो पहला ब्रैम्पटन के लिए आपां रैलियां कढ़ीए दूसरे नंबर से ईवन कनेडा दे विच साडे ह्यूमन राइट्स दे की साडे पब्लिक इंसानियत दे साडे इशू हैगे साडी फर्स्ट नेशन का हाल देखो की आ उन्होंने सरकारां साडियां चाहे हारपर साहब उन्हीं 3 टर्मां कढ गए उन्हां दी दुर्दशा अज उत्थे यही आ। कनेडियन फार्मर के भी हालात GTA दे विच वधिया है क्योंकि उन्हां दी जमीन जिहड़ी आ उह लखां तों मिलियनां दी हो गई पर हाल कनेडा दे फार्मर की भी है वो एग्जैक्ट इंडिया वाले फार्मर की आ। फार्मिंग का खिता वर्ल्डवाइड अच्छ घाटे का खिता है इतने भी फार्मर जिहड़ा तुहानू मैं गल दसी सी मेरा गुआंढी वो Saskatchewan तो मूव होकर मुंडा आया वो कहिंदा जी मैनू 10 साल हो गए कहिंदा मेरे नाल ट्रक चलाउंदा सी फार्मर उत्थे कहिंदा उसदे कोल कहिंदा 450 किला सी कहिंदा मैं उहनू पुछिया भी तू भी मेरे नाल ट्रक चलाउंदा भी 550 एकड़ का मालिक वो कहिंदा दैट्स नथिंग कहिंदा आई नीड 2 माइल स्केयर द पार्सल एंड आई नीड मिनीम 2 पार्सल्स टू सर्वाइव कहिंदा जदों मैं उन्होंने पूछा भी वो एकड़ किन्ने कहिंदा 1400 एकड़ के 1400 एकड़ के मेरे को 2 लॉट होने चाहिए आ दैन जिन्ना मेरा इक्विपमेंट आ जिहड़ा एग्रीकल्चर नूं रन करता कहिंदा फिर मैं उहदियां किश्तां दे के अपना टब्बर पाल सकदा मतलब 2800 एकड़ वो कहिंदा जे मेरे को जमीन होवे तां मैं पाल सकदा अदरवाइज कहिंदा मेरा हुण 450 एकड़ ना मैनूं कम करके इक्विपमेंट दीआं किश्तां देणियां पैणियां। इह इत्थे दे कनेडा दे फार्मर दी हालात है। सो वीरो ये चीज़ा जिहड़ियां देखो हर एक फार्मर जिहड़ा दुनिया दे विच मैं तां बार बार यही गल कहिंदा 2 चीज़ा परमात्मा ने सानू दित्तियां हवा ते पाणी 3री चीज़ फार्मर ने देनी आ फूड इंसान नूं जींदा रखण दे लई ते इह सरकारां दा फर्ज आ इंसान नूं जींदा रखणा चाहे कनेडा गवर्नमेंट WTO दे विच जाके कही जावे वी फार्मर नूं तुसीं जिहड़ी MSP क्यों दिंदे आ तां कनेडा आप क्यों सबसिडी दिंदा डीजल भी सबसिडी दे प्रॉपर्टी टैक्स भी सबसिडी दे फसलों की भी इंश्योरेंस हर चीज़ की फार्मर नूं सबसिडी आ इक्विपमेंट ते सबसिडी आ फिर क्यों दिंदा अमेरिका दे विच billions of dollars सबसिडी जा रही आ अमेरिका क्यों दिंदा यूरोपीयन यूनियन सब तो वड्डी दुनिया की सबसिडी यूरोपीयन यूनियन दे रही आ चाइना दे रहा इस हर एक ने क्योंकि उन्होंने भी पता सानू ग्रीन चाहिए था। सो फार्मर नूं सर्वाइव रखना पर उन्होंने ना तो कनेडा की साड़ी लाइफ जी डिस्टर्ब नहीं होनी चाहिए कनेडियन सोसाइटी की फैब्रिक जी ये भंग नहीं होनी चाहिए ये डिस्टर्बेंस नहीं होनी चाहिए और साडे दूजे भी वीरां नूं बेनती आ हिंदू वीरां नूं ओह वीरो असी भरा आ एक मां दे पुत आ असी एक मां दे पुत आ ते साडा एक दूसरे दे नाल अज जिमीदार नूं लोड़ आ उहदे नाल मोढा ला के खड़ो क्योंकि तुहाडे भी परिवार उत्थे आ। सो जिद्दण तुसीं 15 अगस्त की आज़ादी ते असी आवांगे किसानां नूं नाल लैके आवांगे आओ इंडो कनेडियन टाइज नूं भी असी होर स्ट्रोंग करिए कट्ठे तुरांगे तिरंगा लैके मोहरे ते कनेडा दा झंडा लैके तिरंगे दे विच बहुत मेरे अपने मेरे ग्रेट ग्रैंडफादर ही वॉज़ ए वैटरन मेरे ताया जी वैटरन मेरे मासड़ जी वैटरन असी लाइक केड़ी लड़ाई है यार पंजाबियों ने तो घर घर ये चीज़ मेरे माँ पे मेरी माँ जम्मी पाकिस्तान की उन्होंने पुछ के देखो 47 की कुछ होया। सो ये चीज़ा आ इनू असी किसी एक धर्म का एक मजहब का ठेकेदारी ना कर दईए भारत साडा आ हर एक का आ हर भारती का आ असी सारे उस माँ के पोते हाँ असी उस माँ के पुत ही रहना आ अज असी कनेडियन आ। मैं तो फिर वो कई बार आ जाते जी मैंने लोग कह देंगे क्यों मैं तो मेरी मदर ने जी असी बिरक साहब सिटीजनशिप आजाद साहब कट्ठे ने ली
ਜਦੋਂ ਸਿਟੀਜ਼ਨਸ਼ਿਪ ਲਈ ਲੋਕੀ ਚਾਵਾਂ ਦੇ ਨਾਲ ਫੋਟੋਆਂ ਖਿੱਚ ਰਹੇ ਸੀ, ਮੈਂ ਆਪਣੀ ਮਾਂ ਦੇ ਗਲ ਲੱਗ ਕੇ ਮੇਰੇ ਹੰਝੂ ਨਿਕਲ ਗਏ। ਇਹੀ ਚੀਜ਼ ਮੈਂ ਕਿਹਾ ਮਾਂ ਅੱਜ ਮੈਂ ਤੈਨੂੰ ਛੱਡ ਕੇ ਮਤਰੇਈ ਮਾਂ ਨੂੰ ਮਾਂ ਬਣਾ ਲਿਆ, ਕੀ ਮੇਰੀਆਂ ਮਜਬੂਰੀਆਂ ਹੋਣਗੀਆਂ। ਮੈਂ ਲੋਕੀ ਕਹਿੰਦੇ ਅੱਜ ਛੱਡ ਕੇ ਚਲੇ ਜਾਓ, ਮੈਂ ਕਿਹਾ ਨਹੀਂ, ਗੱਲ ਇਹ ਨਹੀਂ ਹੈਗੀ, ਗੱਲ ਮੇਰੀ ਭਾਵਨਾ ਦੀ ਸਮਝੋ ਵੀ ਮੇਰੀਆਂ ਕੀ ਮਜਬੂਰੀਆਂ ਸੀ, ਵੀ ਮੈਨੂੰ ਉਹ ਕੰਟਰੀ ਜਿੱਥੇ ਮੈਂ ਜੰਮਿਆ ਜਿਹਦੀ ਮਿੱਟੀ, ਔਰ ਮੈਂ ਉਹ ਬੰਦਾ ਹਾਂ ਜਿਹੜਾ ਮੈਂ ਜਿਸ ਦਿਨ ਉੱਥੋਂ ਆਇਆ ਸੀ ਅਤੇ ਮੈਂ ਪਸ਼ੂਆਂ ਦੇ ਵੀ ਮੱਝਾਂ ਦੇ ਵੀ ਗਲ ਲੱਗ ਲੱਗ ਕੇ ਹੱਗ ਕਰ ਕਰਕੇ ਆਪਣੇ ਦੂਏ ਦੇ ਨਾਲ, ਕਿਉਂਕਿ ਮੈਂ 4.5 ਪੁਸ਼ਤਾਂ 'ਚ ਖੇਤੀ ਨਹੀਂ ਸੀ ਕੀਤੀ, ਮੈਂ ਖੇਤੀ ਕੀਤੀ। ਰਾਈਟ, ਮੈਂ ਉਹੀ ਗੱਲ ਉਸ ਦਿਨ ਤੋਂ ਬਾਅਦ, ਹਾਂ ਅੱਜ ਤੱਕ ਇਹ ਚੀਜ਼ ਆ, ਆਲਵੇਜ਼ ਕੈਨੇਡੀਅਨ ਫਸਟ। ਜਿਸ ਦਿਨ ਸਿਟੀਜ਼ਨਸ਼ਿਪ ਕੈਨੇਡਾ ਦੀ ਓਥ ਚੱਕ ਲਈ, ਕੈਨੇਡਾ ਦੇ ਵਿੱਚ ਆ ਗਏ, ਜਿੱਦਣ ਕਣਕ ਅਤੇ ਮੱਕੀ ਦੀ ਰੋਟੀ 'ਚ ਫਰਕ ਲੱਗਣ ਲੱਗ ਪਿਆ ਵੀ ਕੀ ਫਰਕ ਹੈ, ਦੋਨਾਂ ਦਾ ਸਿਸਟਮ ਦਾ ਕੀ ਫਰਕ ਹੈ, ਉੱਦਣ ਤੋਂ ਕੈਨੇਡੀਅਨ ਫਸਟ। ਔਰ ਹਾਂ, ਇਹ ਚੀਜ਼ ਜ਼ਰੂਰ ਹੈ, ਜਿਹੜੇ ਸਾਡੇ ਭਾਰਤ ਦੇ ਵਿੱਚ ਸਾਡੇ ਭੈਣ ਭਰਾ ਰਹਿੰਦੇ, ਆਹ ਜਿਹੜਾ ਅਸੀਂ ਜੋ ਕੁਛ ਵੀ ਕਰ ਰਹੇ ਹਾਂ, ਅਸੀਂ ਇਹੀ ਕਰ ਰਹੇ ਹਾਂ ਕਿ ਅਸੀਂ ਇੱਥੇ ਵੀ ਬੈਟਰ ਇੱਕ ਜ਼ਿੰਦਗੀ ਆਪਣੇ ਬੱਚਿਆਂ ਲਈ ਛੱਡ ਕੇ ਜਾਈਏ, ਉੱਥੇ ਦੇ ਭੈਣ ਭਰਾ ਸਾਡੇ ਉਹ ਵੀ ਅੱਗੇ ਨਾਲੋਂ ਬੈਟਰ ਜ਼ਿੰਦਗੀ ਜਿਹੜੀ ਉਹ ਬਤੀਤ ਕਰਨ। ਇੱਕ ਇੱਕ ਹਾਂਜੀ ਮਿੰਟ ਸਾਰੇ ਪੈਨਲਿਸਟ ਨੂੰ ਜੀ, ਆਪਣੀ ਰੈਪ ਅਪ ਜ਼ਰੂਰ ਡੈਫੀਨੇਟਲੀ। ਹਾਂਜੀ, ਮੈਂ ਦਲਜੀਤ ਹੋਣਾ ਤੋਂ ਸ਼ੁਰੂ ਕਰੂੰਗਾ, ਫਿਰ ਸੁਦੀਪ ਜੀ, ਔਰ ਰੈਪ ਅਪ ਦੇ ਵਿੱਚ ਤੁਸੀਂ ਡੈਫੀਨੇਟਲੀ ਜੀ ਤੁਸੀਂ ਐਡਰੈਸ ਕਰ ਸਕਦੇ ਹਾਂ ਜੋ ਵੀ ਚਾਹੋ, ਖਾਸ ਤੌਰ ਦੇ ਉੱਤੇ ਇਹ ਮੈਸੇਜ ਕਿ ਅਸੀਂ ਕਿਵੇਂ ਅਸੀਂ ਇਸ ਪਲੈਨਟ ਨੂੰ ਬੈਟਰ ਬਣਾਉਣਾ ਆ। ਦੋਨਾਂ ਨੂੰ ਜਿਵੇਂ ਮੈਂ ਕਹਿੰਦਾ ਵੀ ਵੀਰੋ ਤੁਸੀਂ 15 ਅਗਸਤ ਨੂੰ ਰੈਲੀ ਕੱਢਿਓ, 26 ਜਨਵਰੀ ਨੂੰ ਰੈਲੀ ਕੱਢਿਓ, 1 ਜੁਲਾਈ ਨੂੰ ਰੈਲੀ ਕੱਢਿਓ, ਅਸੀਂ ਤੁਹਾਡੇ ਨਾਲ ਆਵਾਂਗੇ। ਅੱਜ ਕਿਸਾਨ ਨੂੰ 130 ਕਰੋੜ ਦੀ ਆਬਾਦੀ ਦੇ ਲਈ ਉੱਥੇ ਤੁਹਾਡੀ ਸਪੋਰਟ ਦੀ ਲੋੜ ਆ, ਅਤੇ ਤੁਸੀਂ ਉਹਨਾਂ ਦੇ ਨਾਲ ਖੜੋ ਕਿਸਾਨਾਂ ਦੇ ਨਾਲ, ਕਿਉਂਕਿ ਉਹ ਅੱਜ ਆਪਣੇ ਇਕੱਲੇ ਹੱਕਾਂ ਦੀ ਨਹੀਂ ਲੜ ਰਹੇ, ਉਹ 130 ਕਰੋੜ ਦੇ ਆਵਾਮ ਦੀ ਗੱਲ ਕਰ ਰਹੇ ਆ, ਇਹਨੂੰ ਜ਼ਰੂਰ ਐਡਰੈਸ ਕਰਿਓ। ਹਾਂਜੀ ਦਲਜੀਤ। ਹਾਂਜੀ ਸੰਦੀਪ ਭਾਜੀ, ਮੈਂ ਜਿਹੜੇ ਮੇਨ ਟੋਪਿਕ 'ਤੇ ਅੱਜ ਗੱਲ ਸੀਗੀ ਕਿ ਜਿਹੜੀ ਸਾਡੀ ਭਾਈਚਾਰਕ ਸਾਂਝ ਹੈ ਅਸੀਂ ਉਹਨੂੰ ਕਿੱਦਾਂ ਮੇਨਟੇਨ ਕਰਕੇ ਰੱਖਣਾ ਹੈ, ਕਿਉਂਕਿ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਜਾਂ ਜਿਹੜੇ ਸਾਡੇ ਪੈਨਲਿਸਟ ਕਾਫੀ ਟਾਈਮ ਦੇ ਇੱਥੇ ਕੈਨੇਡਾ ਦੇ ਵਿੱਚ ਆਏ ਹੋਏ ਨੇ, ਉਹ ਇਹ ਦੱਸਦੇ ਨੇ ਕਿ 150 ਸਾਲ ਹੋ ਗਿਆ, ਜਾਂ ਜਿਹੜੇ 80 ਦੇ ਵਿੱਚ ਆਏ ਨੇ, ਜਾਂ ਤੁਸੀਂ ਜਦੋਂ 95 ਜਾਂ 96 ਦੇ ਵਿੱਚ ਆਏ ਸੀ। ਮੈਂ ਜਦੋਂ ਆਸਟ੍ਰੇਲੀਆ ਭਾਜੀ ਰਹਿੰਦਾ ਸੀ, ਇਹ ਜਿਹੜਾ ਆਸਟ੍ਰੇਲੀਆ ਉਹ ਪੜਾਅ ਦੇ ਵਿੱਚ ਹਜੇ ਨਿਕਲ ਰਿਹਾ, ਕਿਉਂਕਿ ਉੱਥੇ ਦੇ ਲੋਕਲ ਲੋਕਾਂ ਨੂੰ ਇਹ ਪਤਾ ਨਹੀਂ ਆ ਕਿ ਇੰਡੀਅਨ ਰੇਸਿਸ ਦਾ ਜਿਹੜਾ ਸਾਹਮਣਾ ਮੈਂ ਆਪਣੀ ਅੱਖੀਂ ਮੈਂ ਖੁਦ ਕੀਤਾ ਉੱਥੇ, ਜਦੋਂ 2006-07 ਦੇ ਵਿੱਚ ਜਾਂ 2008 ਦੇ ਵਿੱਚ, ਉਦੋਂ ਕਾਫੀ ਉੱਥੇ ਇੰਡੀਅਨਸ ਦੇ ਅਟੈਕ ਹੋਏ ਸੀਗੇ, ਅਤੇ ਉਹ ਚੀਜ਼ਾਂ ਨੂੰ ਜਦੋਂ ਤੁਸੀਂ ਕੰਪੇਅਰ ਕਰਕੇ ਦੇਖਦੇ ਹਾਂ ਕਿ ਇੱਥੇ ਆ ਕੇ ਸਾਡੀ ਕਮਿਊਨਿਟੀ ਨੇ ਜਾਂ ਸਾਡੇ ਬਜ਼ੁਰਗਾਂ ਨੇ ਕੀ ਕੱਟਿਆ, ਅਤੇ ਮੈਂ ਸਿਰਫ ਇੱਕੋ ਹੀ ਮੈਸੇਜ ਜਿਹੜਾ ਉਹ ਬਹੁਤ ਸਪਸ਼ਟ ਅਤੇ ਕਲੀਅਰ ਸ਼ਬਦਾਂ ਦੇ ਵਿੱਚ ਸਾਡੇ ਸਰੋਤਿਆਂ ਨੂੰ ਜਾਂ ਜਿਹੜੇ ਵੀ ਸੁਣ ਰਹੇ ਨੇ ਦੇਣਾ ਚਾਹੁੰਦਾ ਕਿ ਭਾਈਚਾਰਕ ਸਾਂਝ ਨੂੰ ਬਣਾਉਣ ਦੇ ਲਈ, ਸਪੈਸ਼ਲੀ ਜਦੋਂ ਅਸੀਂ ਭਾਰਤ ਤੋਂ ਬਾਹਰ ਰਹਿੰਦੇ ਹਾਂ, ਇਹਨੂੰ ਬਹੁਤ ਟਾਈਮ ਲੱਗ ਗਿਆ, ਜਿਹੜੀਆਂ ਤੁਸੀਂ ਡਿਸਕਸ਼ਨ ਹੁਣੇ ਪਿੱਛੇ ਕੀਤੀਆਂ, ਇਹਨੂੰ ਕਿਸੇ ਵੀ ਹੱਦ 'ਤੇ ਕਿਸੇ ਵੀ ਕੀਮਤ 'ਤੇ ਅਸੀਂ ਗਵਾਉਣਾ ਨਹੀਂ ਚਾਹੀਦਾ। ਜਿਹੜੇ ਕੁਛ ਸ਼ਰਾਰਤੀ ਤੱਤ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਨੇ, ਉਹਨਾਂ ਨੂੰ ਪਛਾਣਨਾ ਚਾਹੀਦਾ, ਆਪਣੇ ਅੱਖਾਂ 'ਤੇ ਕੰਨ ਜਿਹੜੇ ਖੁੱਲ੍ਹੇ ਰੱਖ ਕੇ, ਤਾਂ ਉਹਨਾਂ ਨੂੰ ਜ਼ਰੂਰ ਛੱਡਣਾ ਚਾਹੀਦਾ ਕਿ ਇਹਦਾ ਮਕਸਦ ਕੀ ਆ। ਕਿਸਾਨਾਂ ਦੀ ਸਪੋਰਟ ਜਿਹੜੀ ਆ ਉਹ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਸਾਨੂੰ ਕਰਨੀ ਚਾਹੀਦੀ ਆ, ਕਿਸ ਤਰੀਕੇ ਨਾਲ ਕਰਨੀ ਚਾਹੀਦੀ ਆ, ਉਹ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਕੈਨੇਡੀਅਨ ਵੈਲਿਊ ਨੂੰ ਵੀ ਪ੍ਰਮੋਟ ਕਰੀਏ, ਅਤੇ ਕੈਨੇਡੀਅਨ ਵੈਲਿਊਜ਼ ਜਿਹੜੀਆਂ ਹੈਗੀਆਂ ਉਹ ਇਹਨਾਂ ਰੈਲੀਆਂ ਦੇ ਨਾਲ ਜਾਂ ਇਹਨਾਂ ਦੀ ਸਪੋਰਟ ਦੇ ਨਾਲ ਉਹਨੂੰ ਹਾਰ ਨਾ ਹੋਵੇ। ਅਤੇ ਮੈਂ ਦੁਬਾਰਾ ਇਹ ਸਾਰੇ ਸਾਡੇ ਸਰੋਤੇ ਜਿਹੜੇ ਸੁਣ ਰਹੇ ਨੇ ਜਾਂ ਦੇਖ ਰਹੇ ਨੇ, ਉਹਨਾਂ ਨੂੰ ਇਹ ਗੁਜ਼ਾਰਿਸ਼ ਕਰਦਾ, ਇਹ ਹੱਥ ਜੋੜ ਕੇ ਇਹ ਬੇਨਤੀ ਕਰਦਾ ਕਿ ਜਿਹੜੀ ਸਾਡੀ ਸੱਭਿਆਚਾਰਕ ਸਾਂਝ ਹੈ ਉਹਨੂੰ ਬਣਾਉਣ ਨੂੰ ਬਹੁਤ ਟਾਈਮ ਲੱਗਿਆ ਆ, ਉਹਨੂੰ ਕਿਸੇ ਵੀ ਕੀਮਤ ਤੇ ਆਪਾਂ ਨਾ ਦੇਈਏ। ਥੈਂਕ ਯੂ ਜੀ। ਸੁਦੀਪ ਭਾਜੀ। ਬਿਲਕੁਲ ਭਾਜੀ, ਜਿੱਦਾਂ ਲਾਲੀ ਭਾਜੀ ਨੇ ਗੱਲ ਕਹੀ ਆ, ਮੈਂ ਉਹੀ ਗੱਲ ਕਰਨੀ ਚਾਹੁੰਦਾ ਆ ਵੀ ਰਿਸ਼ਤੇ ਬਣਾਉਣ ਨੂੰ ਬਹੁਤ ਦੇਰ ਲੱਗ ਜਾਂਦੀ ਆ, ਬਹੁਤ ਮਿਹਨਤਾਂ ਕਰਨੀਆਂ ਪੈਂਦੀਆਂ ਇੱਕ ਆਪਣਾ ਅਕਸ ਬਣਾਉਣ ਲਈ, ਆਪਣੀ ਇੱਕ ਆਈਡੈਂਟੀ ਬਣਾਉਣ ਲਈ, ਪਰ ਇੱਕ ਛੋਟੀ ਜਿਹੀ ਗਲਤੀ ਜਿਹੜੀ ਆ ਉਹ ਸਾਨੂੰ ਬਹੁਤ ਪਿੱਛੇ ਸੁੱਟ ਦਿੰਦੀ ਆ, ਸਾਡੀ ਜਿਹੜੀ ਆਈਡੈਂਟੀ ਨੂੰ ਖਤਮ ਕਰ ਦਿੰਦੀ ਆ। ਸੋ ਸਾਡਾ ਹਾਲੇ ਅੱਛਾ ਨਾਮ ਆ ਕਮਿਊਨਿਟੀ ਵਿੱਚ। ਮੈਂ ਕੱਲ੍ਹ ਪਰਸੋਂ ਵੀ ਇੱਕ ਰਿਪੋਰਟ ਪੜ੍ਹਦਾ ਪਿਆ ਸੀਗਾ, ਉਹਨਾਂ ਰਿਪੋਰਟ US ਦੀ ਸੀਗੀ ਵੀ ਜਿਹੜਾ ਇੰਡੋ ਅਮਰੀਕਨ ਭਾਈਚਾਰਾ ਆ ਉਹਦੀ ਜਿਹੜੀ ਮੀਡੀਅਨ ਇਨਕਮ ਆ ਪਰਿਵਾਰਾਂ ਦੀ ਉਹ ਕਈ ਗੁਣਾ ਜ਼ਿਆਦਾ ਆ ਬਾਕੀ ਜਿਹੜੀ ਵਿਜੀਬਲ ਮਿਨੋਰਿਟੀਜ਼ ਆ। ਉਹੀ ਹਾਲ ਇੱਥੇ ਆ, ਜੇ ਅਸੀਂ ਗੱਲ ਕਰੀਏ ਆਪਣਾ ਜਿਹੜਾ ਇੰਡੀਅਨ ਕਮਿਊਨਿਟੀ ਆ ਉਹ ਸਾਰੀ ਬਹੁਤ ਅੱਛਾ ਇੱਥੇ ਸਕਸੈਸਫੁਲ ਹੈਗੀ ਆ। ਜਿਹੜੇ ਬੰਦੇ ਇੱਥੇ ਆਉਂਦੇ ਉਹਨਾਂ ਨੇ ਬੜੀਆਂ ਮਿਹਨਤਾਂ ਕੀਤੀਆਂ, ਡਾਕਟਰਸ ਆ, ਲਾਇਰਸ ਆ, ਬੜੇ ਬੜੇ ਆਪਣੇ ਪ੍ਰੋਫੈਸ਼ਨ 'ਚ ਸੈੱਟ ਆ। ਅਸੀਂ ਇੱਦਾਂ ਦੀਆਂ ਹੋਜੀਆਂ ਹਰਕਤਾਂ ਕਰਕੇ ਆਪਣੀ ਆਈਡੈਂਟੀ ਨੂੰ ਖਰਾਬ ਨਾ ਕਰੀਏ,
ਆਪਾਂ ਜੇ ਕੋਈ ਆਪਣਾ ਕੋਈ ਪੁਆਇੰਟ ਰੱਖਣਾ ਆ ਤੇ ਉਹਨੂੰ ਕਿਤੇ ਲੈ ਕੇ ਆਉਣਾ ਹੈ, ਉਹਨੂੰ ਆਪਾਂ ਸ਼ਾਂਤਮਈ ਤਰੀਕੇ ਨਾਲ ਕਰੀਏ, ਵਾਇਲੈਂਸ ਨਾ ਕਰੀਏ ਕਿ ਜਿਹਦੇ ਨਾਲ ਆਪਸ 'ਚ ਵੀ ਸਾਡੇ 'ਚ ਫਾੜ ਪਵੇ ਤਾਂ ਕੈਨੇਡੀਅਨ ਕਮਿਊਨਿਟੀ ਸਾਡੇ ਬਾਰੇ ਕੀ ਸੋਚੂਗੀ ਵੀ ਅਸੀਂ ਕਿਹੜੀਆਂ ਮੁੱਦਾਂ 'ਤੇ ਗੱਲ ਕਰਦੇ ਹਾਂ। ਜਿਹੜਾ ਕੋਈ ਚੰਗਾ ਟੋਪਿਕ ਆ ਜਿਹਦੇ 'ਚ ਵਾਇਲੈਂਸ ਨਹੀਂ ਕੋਈ ਹੋ ਸਕਦੀ, ਜਾਂ ਜਿਹੜੀ ਇੱਕ ਆਮ ਕੈਨੇਡੀਅਨ ਨੂੰ ਜਾਂ ਬ੍ਰੈਮਟੋਨੀਅਨ ਨੂੰ ਹੈਲਪ ਕਰਦਾ ਜਾਂ ਉਹਨੂੰ ਚਾਹੀਦੀ ਆ, ਜਿੱਦਾਂ ਕਿ ਆਜ਼ਾਦ ਸਾਹਿਬ ਨੇ ਕਿਹਾ ਆ, ਹੋਸਪਿਟਲ ਦੀ ਗੱਲ ਆ, ਯੂਨੀਵਰਸਿਟੀ ਦੀ ਗੱਲ ਆ, ਜਾਂ ਕਾਰਨ ਦੀ ਇੰਸ਼ੋਰੈਂਸ ਦੀ ਗੱਲ ਆ, ਜਾਂ ਪ੍ਰੋਪਰਟੀ ਟੈਕਸ ਦੀ ਗੱਲ ਆ, ਕੋਈ ਜੋਬ ਦੀ ਗੱਲ ਆ, ਜਾਂ ਕੋਈ ਕੋਈ ਸਰਕਾਰ ਤੋਂ ਕੋਈ ਕਿਸੇ ਚੀਜ਼ ਦੀ ਮੰਗ ਲੈਣੀ ਆ, ਉਹ ਚੀਜ਼ਾਂ ਬਾਰੇ ਆਪਾਂ ਜਿਹੜਾ ਆਪਣਾ ਵਿਚਾਰ ਵਟਾਂਦਰਾ ਕਰੀਏ, ਸ਼ਾਂਤਮਈ ਤਰੀਕੇ ਨਾਲ ਕਰੀਏ। ਕਿ ਹਟਿਆ ਮੈਰੋਲਾਨਾ ਵੀ ਬੋਲ ਦਿਓ ਮੇਰਾ, ਬਿਲਕੁਲ ਬਿਲਕੁਲ ਵਿਰਕ ਸਾਹਿਬ, ਬਿਲਕੁਲ ਬਿਲਕੁਲ ਤੁਹਾਡੇ ਸੀਨੀਅਰ ਨਾਲ ਸਾਡੇ ਮਾਰਗ ਦਰਸ਼ਕ ਆ ਤੁਸੀਂ, ਤੇ ਬਿਲਕੁਲ ਬਹੁਤ ਤੁਹਾਡਾ ਵਧੀਆ ਪੁਆਇੰਟ ਆ। 30-35 ਦੁਕਾਨਾਂ ਦੀ ਮੈਨੂੰ ਪਤਾ ਐਪਲੀਕੇਸ਼ਨ ਜਾ ਚੁੱਕੀ ਆ। ਆਪਾਂ ਆਪਣੀ ਯੂਥ ਨੂੰ ਚੀਜ਼ਾਂ ਤੋਂ ਬਚਾਈਏ, ਜਿੰਨਾ ਨਸ਼ੇ ਪੱਤੇ ਤੋਂ ਆਪਣੇ ਬੱਚੇ ਦੂਰ ਰਹਿਣਗੇ ਉਨਾ ਚੰਗੀ ਗੱਲ ਆ। ਆਲਰੇਡੀ ਤੁਹਾਨੂੰ ਪਤਾ ਨਸ਼ਾ ਪੱਤਾ ਬਹੁਤ ਜ਼ਿਆਦਾ ਕਮਿਊਨਿਟੀ 'ਚ ਫੈਲ ਗਿਆ ਆ, ਸੋ ਆਪਣੇ ਕਮਿਊਨਿਟੀ ਵਿੱਚ ਜਿਹੜਾ ਵੀ ਬੰਦਾ, ਕੋਈ ਸਿੱਖ ਮੁਸਲਮਾਨ ਆ, ਕੋਈ ਈਸਾਈ ਧਰਮ ਆ, ਜੈਨੀ ਆ, ਹਿੰਦੂ ਸਿੱਖ, ਸਭ 'ਚ ਪਿਆਰ ਮੁਹੱਬਤ ਚਾਹੀਦਾ ਆ। ਵੈਸੇ ਵੀ ਧਰਮਾਂ ਦੀ ਜਿਹੜੀ ਗੱਲਬਾਤ ਆ ਉਹ ਘੱਟ ਹੋਣੀ ਚਾਹੀਦੀ ਆ, ਜ਼ਿਆਦਾ ਜਿਹੜੀ ਗੱਲਬਾਤ ਹੈਗੀ ਆ ਇਨਫਰਾਸਟ੍ਰਕਚਰ, ਐਜੂਕੇਸ਼ਨ, ਹੋਸਪਿਟਲ, ਜੋਬਸ ਦੀ ਗੱਲ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ। ਧਰਮ ਇੱਕ ਬੜੀ ਇੱਕ ਛੋਟੀ ਇੱਕ ਪਰਸਨਲ ਚੋਇਸ ਆ ਬੰਦੇ ਦੀ, ਕੋਈ ਵੀ ਧਰਮ ਆਪਣਾ ਅਪਣਾ ਸਕਦਾ ਆ। ਧਰਮਾਂ ਦੀ ਗੱਲ ਜਿਹੜੀ ਆ ਉਹ ਰਾਜਨੇਤਾ ਕਰਦੇ ਚੰਗੇ ਨਹੀਂ ਲੱਗਦੇ ਮੇਰੇ ਹਿਸਾਬ ਨਾਲ ਉਹਨਾਂ ਨੂੰ। ਠੀਕ ਆ, ਕੋਈ ਗੱਲ ਆ ਕਿਸੇ ਨੂੰ ਵਿਸ਼ ਕਰ ਦਿਓ, ਕੋਈ ਗੁਰਪੁਰਬ ਆ, ਦੀਵਾਲੀ ਆ, ਵਿਸ਼ ਕਰ ਦਿਓ, ਉੱਥੇ ਤੱਕ ਸੀਮਤ ਰਹਿਣਾ ਚਾਹੀਦਾ। ਪਰ ਬਾਰ ਬਾਰ ਉਹਨੂੰ ਧਰਮਾਂ ਤੇ ਗੱਲ ਕਰਕੇ ਕਿਸੇ ਦੀ ਭਾਵਨਾਵਾਂ ਨੂੰ ਭੜਕਾਉਣਾ ਕੋਈ ਬਹੁਤ ਕੋਈ ਚੰਗੀ ਗੱਲ ਨਹੀਂ ਹੈਗੀ। ਸੋ ਪਿਆਰ ਮੁਹੱਬਤ ਜਿੰਨਾ ਬਣਿਆ ਰਹੂਗਾ ਉਨੀ ਅਸੀਂ ਤਰੱਕੀ ਕਰਾਂਗੇ, ਉਨਾ ਅਸੀਂ ਪਿੱਛੇ ਵੀ ਬੈਕ ਹੁੰਦੀ ਆਪਣਾ ਨਾਮ ਰੋਸ਼ਨ ਕਰਦੇ ਹਾਂ, ਤੇ ਇੱਥੇ ਵੀ ਕੈਨੇਡੀਅਨ ਕਮਿਊਨਿਟੀ 'ਚ ਪਤਾ ਲੱਗੂ ਵੀ ਆ ਬੰਦੇ ਜਿਹੜੇ ਯੂਨਾਈਟਿਡ ਆ, ਇਹਨਾਂ ਨੂੰ ਕੋਈ ਹਲਾ ਨਹੀਂ ਸਕਦਾ। ਥੈਂਕ ਯੂ ਜੀ, ਥੈਂਕ ਯੂ ਜੀ। ਹਾਂਜੀ ਆਜ਼ਾਦ ਜੀ। ਜੀ ਸਾਹਿਬ, ਮੈਂ ਇਹੀ ਕਹਿਣਾ ਚਾਹੁੰਦਾ ਕਿ ਵੀ ਹਿੰਦੂ, ਮੁਸਲਿਮ, ਸਿੱਖ, ਈਸਾਈ ਆਪਸ ਮੇਂ ਸਭ ਬਾਈ ਬਾਈ, ਅਸੀਂ ਇਕੱਠੇ ਪਹਿਲੇ ਵੀ ਸੀ, ਹੁਣੇ ਵੀ ਹਾਂ, ਅਸੀਂ ਵੀ ਆਰ ਨੋਟ ਡਿਵਾਈਡਿਡ। ਸਰ ਮੇਰਾ ਮੈਸੇਜ ਇਹ ਹੈ ਜਿੰਨੇ ਵੀ ਵਿਊਅਰਸ ਹੈ ਕਿ ਵੀ 24 ਮਾਰਚ ਨੂੰ ਓਨਟੈਰੀਓ ਦਾ ਬਜਟ ਆਉਣਾ ਹੈ ਜੀ, ਔਰ ਪੀ ਸੀ ਗੌਰਮੈਂਟ ਕਾ ਇਹ ਲਾਸਟ ਬਜਟ ਹੈ। ਅੱਜ ਤੱਕ ਪਹਿਲੇ ਵਾਲੀ ਜਿੰਨੀ ਵੀ ਗੌਰਮੈਂਟ ਸੀ, 15 ਸਾਲ ਲਿਬਰਲ ਗੌਰਮੈਂਟ ਰਹੀ ਔਰ 3 ਸਾਲ ਆਹ ਗੌਰਮੈਂਟ ਰਹੀ ਪੀ ਸੀ ਦੀ, ਅਸੀਂ ਡਿਕੇਡ ਬਿਹਾਈਂਡ ਹਾਂ। ਇੰਨਾ ਬੜਾ ਬਰੈਂਪਟਨ ਹੁੰਦੇ ਹੋਏ, ਇੰਨੀ ਪਾਪੂਲੇਸ਼ਨ ਹੁੰਦੇ ਹੋਏ, ਇੰਨੀ ਕਮਿਊਨਿਟੀਆਂ ਹੁੰਦੇ ਹੋਏ, ਅਸੀਂ ਇਗਨੋਰਡ ਹਾਂ। ਤੋ ਅਸੀਂ ਲੋਬੀ ਕਰੀਏ, ਆਪਣੇ ਐਮ ਪੀ ਪੀਜ਼ ਨੂੰ ਪੁੱਛੀਏ, ਉਹਨਾਂ ਨੂੰ ਅਕਾਊਂਟੇਬਲ ਬਣਾਈਏ ਕਿ ਵੀ ਇਹ ਜੋ ਬਜਟ ਆਉਂਦਾ ਹੈ ਕਿਆ ਸਾਡੇ ਵਾਸਤੇ ਹੋਸਪਿਟਲ ਦੀ ਫੰਡਿੰਗ ਹੈ, ਸਾਨੂੰ ਇੰਨੀ ਫੰਡਿੰਗ ਘੱਟ ਮਿਲਦੀ ਹੈ, ਕਿਉਂ ਮਿਲਦੀ ਹੈ, ਸਾਨੂੰ ਇਸ ਬਜਟ ਤੋਂ ਮਿਲਣੀ ਚਾਹੀਦੀ, ਸਾਨੂੰ ਇੱਥੇ ਹੋਸਪਿਟਲਸ ਚਾਹੀਦੇ, ਜੋ ਪੀਲ ਮੈਮੋਰੀਅਲ ਜੋ ਇੱਕ ਵਾਕ ਇਨ ਕਲੀਨਿਕ ਹੈ ਉਹ ਫੁੱਲ ਫਲੈਜ ਵਰਕਿੰਗ ਹੋਸਪਿਟਲ ਹੋਣਾ ਚਾਹੀਦਾ, ਔਰ ਇੱਕ ਹੋਸਪਿਟਲ ਔਰ ਹੋਣਾ ਚਾਹੀਦਾ। ਬ੍ਰੈਂਪਟਨ ਨੂੰ ਘੱਟ ਤੋਂ ਘੱਟ 3 ਹੋਸਪਿਟਲ ਚਾਹੀਦੇ, ਇੰਨੀ ਪਾਪੂਲੇਸ਼ਨ ਨੂੰ ਸਰਵ ਕਰਨ ਵਾਸਤੇ। ਦੂਜਾ, ਯੂਨੀਵਰਸਿਟੀ, ਇੰਨੀ ਯੰਗਸਟ ਸਿਟੀ ਇਨ ਕੈਨੇਡਾ, ਐਂਡ ਦੇਖੋ ਬ੍ਰੈਂਪਟਨ 'ਚ ਕਮਿਊਨਿਟੀ ਕਿਹੜੀ ਰਹਿੰਦੀ ਹੈ, ਮੋਸਟਲੀ ਆਪਣੀ ਕਾਫੀ ਕਮਿਊਨਿਟੀ ਹੈ ਇੱਥੇ, ਆਪਾਂ ਸਾਰੇ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਹਾਂ ਇੱਥੇ, ਆਪਣੇ ਸਾਊਥ ਏਸ਼ੀਅਨ ਦੀ ਵੀ ਪਾਪੂਲੇਸ਼ਨ ਬਹੁਤ ਹੈ ਇੱਥੇ, ਲੇਕਿਨ ਆਪਾਂ ਇਗਨੋਰ ਹਾਂ। ਤੋ ਆਪਾਂ ਨੂੰ ਇਹ ਗੱਲ ਕਰਨੀ ਚਾਹੀਦੀ ਕਿ ਵੀ ਇੱਥੇ ਯੂਨੀਵਰਸਿਟੀ ਆਉਣੀ ਚਾਹੀਦੀ ਔਰ ਯੂਨੀਵਰਸਿਟੀ ਦੇ ਨਾਲ ਮੈਡੀਕਲ ਸਕੂਲ ਵੀ ਆਉਣਾ ਚਾਹੀਦਾ, ਕਿਉਂਕਿ ਅਸੀਂ ਇੰਨਾ ਪਿੱਛੇ ਚਲੇ ਗਏ, ਸਾਨੂੰ ਉੱਥੇ ਆਉਣ ਵਾਸਤੇ ਸਾਨੂੰ ਬਹੁਤ ਕੁਝ ਚਾਹੀਦਾ। ਤੋ ਮੈਡੀਕਲ ਸਕੂਲ ਜੋ ਹੈ ਉਹ ਨੀਡ ਆਫ ਟਾਈਮ ਹੈ। ਆਟੋ ਇੰਸ਼ੋਰੈਂਸ, ਬ੍ਰੈਂਪਟਨ ਕੇ ਅੰਦਰ ਹਾਈਐਸਟ ਆਟੋ ਇੰਸ਼ੋਰੈਂਸ ਰੇਟ। ਤੋ ਅਸੀਂ ਕਿਸ ਅਸੀਂ ਫਾਈਟ ਕਰੀਏ, ਕਿਹਨ ਵਾਸਤੇ ਕਰੀਏ? ਆਪਾਂ ਜੋ ਆਪਣੀ ਟਾਈਜ਼ ਹੈ ਆਪਾਂ ਉੱਥੇ ਕਨੈਕਟਿਡ ਰਹਿਣਾ ਚਾਹੀਦਾ, ਜ਼ਰੂਰੀ ਹੈ। ਲੇਕਿਨ ਜ਼ਰੂਰੀ ਆਹ ਵੀ ਹੈ ਕਿ ਜਿੱਥੇ ਆਪਾਂ ਰਹਿੰਦੇ ਆਪਾਂ ਸਫ਼ਰ ਕਰਦੇ ਹਾਂ, ਇੱਕ ਇੱਕ ਗੱਡੀ ਦਾ ਆਟੋ ਇੰਸ਼ੋਰੈਂਸ $400, $500, $600, $2,000-3,000 ਦੀ ਗੱਡੀ ਹੁੰਦੀ ਹੈ, $500 ਮਿਲਦਾ ਆਟੋ ਇੰਸ਼ੋਰੈਂਸ ਹੁੰਦਾ। ਤੋ ਆਪਾਂ ਕਿਉਂ ਨਹੀਂ, ਆਪਾਂ ਇਸ ਇਨ ਇਸ਼ੂ 'ਤੇ ਸੇਫਟੀ ਸਿਕਿਉਰਿਟੀ ਦਾ ਇਸ਼ੂਜ਼ ਹੈ, ਤੋ ਆਪਾਂ ਕਿਉਂ ਨਹੀਂ ਇਨ 'ਤੇ ਆਪਾਂ ਰੈਲੀ ਕੱਢੀਏ, ਜੋ ਪੋਲੀਟੀਸ਼ੀਅਨ ਹੈ ਉਹਨਾਂ ਨੂੰ ਅਕਾਊਂਟੇਬਲ ਬਣਾਈਏ ਕਿ ਵੀ ਆਹ ਤੁਸੀਂ ਕਰਦੇ ਕੀ ਹੋ। ਦੇਖੋ ਪੋਲੀਟੀਸ਼ੀਅਨ ਆਪਣੇ ਵੀ ਹੈ, ਜੈਸੇ ਤੁਸੀਂ ਕਹਿੰਦੇ ਹੋ ਵੀ ਸਰਕਾਰੀਆ ਜੀ ਹੈ, ਅਮਰਜੋਤ ਸੰਧੂ ਹੈ, ਇਹ ਆਪਣੀ ਕਮਿਊਨਿਟੀ ਕਈ ਹੈ, ਦੀਪਕ ਆਨੰਦ ਵੀ, ਦੀਪਕ ਆਨੰਦ ਮਾਲਟਨ ਤੋਂ ਹੈ, ਲੇਕਿਨ ਅਸੀਂ ਬ੍ਰੈਂਪਟਨ ਦੀ ਗੱਲ ਕਰੀਏ, ਗੱਲ ਤਾਂ ਸੇਮ ਹੀ ਆ ਨਾ, ਲੇਕਿਨ ਸਪੋਰਟ ਉਹਨਾਂ ਨੇ ਵੀ ਕਰਨਾ ਚਾਹੀਦਾ, ਕਿਉਂਕਿ ਸਾਡੀ ਕਮਿਊਨਿਟੀ ਇਗਨੋਰਡ ਹੈ, ਆਸ ਪਾਸ ਲੋਵੈਸਟ ਫੰਡਿੰਗ ਇਨ ਓਨਟੈਰੀਓ, ਕਿਉਂ?
ब्रैम्पटन के लोग जो सैकेंड क्लास सिटीजन है, पता है पिछे आप क्यों हाँ? क्योंकि जो मुद्दे होंगे हैं आप मुद्दा तो गल थोड़ी सी घट करते हाँ, जो जरूरी है आप बैड बटर ते बिजी हाँ, अपने काम इन्ने हैं आप उस ते ज़्यादा बिजी हाँ, तो अपन इन चीज़ों वास्ते टाइम काढ़ना चाहिए और अकाउंटेबल होना चाहिए एंड वी आर कैनेडियन फर्स्ट, लेट्स वर्क फॉर कैनेडा। थैंक यू जी। बिरक साहब। संगा साहब, असी इंडिया तो आए इतने तो साडा हड्डां दे विच मिट्टी की खुशबू रची हुई है तो असं उन्हें भुल नहीं सकते, उत्थे जो कुछ हुंदा उहदा इमीजिएटली साडे ते इफेक्ट हुंदा, सानू तकलीफ भी हुंदी है तो असं खुश भी बड़े हुंदे जो चंगा बड़ा कुछ चंगा कुछ हो जाता। सानू उत्थों दे इकनोमिक ते सोशल इशूज़ नूं हमेशा डिस्कस करना चाहिए, ये साडा मोरल फर्ज बनता है। लेकिन उतों का जोड़ा पोलीटिकल सिस्टम है, जी पोलीटिकल सोच है, वो साढ़े तो हो हावी नहीं होनी चाहिए, वो तो सूँ दूर रहना चाहिए। सानू पोलीटिकल सोच जी इतों वाली अडोप्ट करनी चाहिए है, और वो जोड़े इशू ने वो सानू मीडिया से चकने चाहिए ने, सोशल मीडिया से चकने चाहिए ने। बड़े सोहने टूल्स परमात्मा ने टैक्नोलॉजी ने सानू देते ने, बजाय इसके कि असी उन्हां मुद्दों नूं सॉल्व करने वास्ते सड़कों के उत्ते भाजड़ा पा दीए, दूजी पब्लिक नूं भी वो शोभा नहीं दिंदा तो सानू करने भी नहीं चाहिए। सड़कों पर अगर जाने की लोड़ है तो सिर्फ कनेडियन मुद्दों के उत्ते, जे कभी लोड़ पैंदी है तो सारे रल के उन्हां इशू नूं कनेडियन सड़कों के उत्ते रैलियां के रूप में सपोर्ट करिए ते उजागर करिए। ये सारे जिहड़ियां गल्लां ने जिहड़ियां ये अबव रिलीजियस सोच दे उपरों उठ के करनियां पैणगियां सानू, तां असीं इत्थे चंगी एनवायरमेंट पैदा कर सकांगे, इत्थे चंगा वातावरण पैदा कर सकांगे। ते इत्थे इस वेले मैं बड़े चिर तों जदों तों मैनूं पता लगा है, मेरे कोई जवाक नहीं हैगा, मैनूं कोई तकलीफ भी नहीं, लेकिन मैनूं दुख बड़ा, मैं बहुत अपसैट हुंदा वां। मैरोलाना दा जदों गल आउंदी हर वेले दिमाग च फिरदी रहिंदी है कि असी इस सब तो द मोस्ट इंपोर्टेंट इशू ऑफ द टाइम इस वेले का जोड़ा इस बनाना चाहिए, सारिया सोशल ऑर्गेनाइजेशन सारे मीडियाज़ न सारे जोड़े थोड़े वर्गे सारे भरा शुभ चंकी विचारधारा रखते हैं, तो सारू जदों तुम आवो मीडिया के उत्ते जरूर इस चुको और गौरमेंट न मजबूर करो कि वो जे तीन चार पाँच दुकाना खोल बैठे ने तो उस तो बाद हूँ अगे होर 25-30-40-50 ना खोलन की कोशिश कर, ब्रैम्पटन मैरोलाना हब ना बना, इस तो बचाओ अपनी आने वाली जनरेशन बचाओ, ये वास्ते लड़ो तो ये वास्ते मरो, ये थोड़ा सब तो पहला मुद्दा इतने बैठे का इस वे होना चाहिए। थैंक यू जी। थैंक यू जी। सैनी साहब। संगा साहब, इंडिया साड़ी जन्म भूमि है जी, और कैनेडा साड़ी कर्म भूमि है। बिल्कुल। और इंडिया असी अपनी मर्जी ना छड के आए, और क्यों छड के आए कई बार डिस्कस हो चुका, पर चंगी लाइफ वास्ते, वधिया लाइफ वास्ते, इज्जत वाली लाइफ वास्ते, जिथे तुहानू अफसर जिहड़े हैगे आ गवर्नमेंट दे अफसर है, पुलिस है, वो तुहानू इज्जत नाल ट्रीट करे, हैल्थ सिस्टम वधिया होण, होर तुहानू हरेक तरीके की फैसिलिटी मिले जिहड़ी कि आम उत्थे सानू नहीं मिलती, चाहे तुहाडे कोल पैसे भी होण तां वी नहीं मिलती। तुसीं हवा आवो हवा दी गल कर लो, पॉल्यूशन देख लो तुसीं, जां होर सारे जिहड़े करप्शन देख लो, असीं इन्ने वधिया सिस्टम च आए हैं, इत्थे स्वर्ग वर्गा कंट्री है, इहनू स्वर्ग वर्गा ही रहण दिओ, इहनू होर इहनू अगे होर ये बर्बाद ना करो। जिहड़ा ये आ इंसीडेंस होया, ये मैं ये कहना कि जिहड़ा अंदर नफरत का लावा भरियो सीगा वो फट गया, और एक सिमटम है इस सोसाइटी के विच, जिहड़ा अंदर सोसाइटी के विच कैंसर है वह एक सिमटम है। इहनू साडे जिहड़े समझदार सियाने धार्मिक लीडर है, सोशल लीडर है, साडे पॉलिटिशन है, इन्हां नू इस चीज़ नू एक वार्निंग साइन समझ लेना चाहिए कि ये तो बाद काम खराब ही होएगा, चंगा नहीं होएगा। इस करके इहनू ये समझदे होया जो भी इहदे इलाज वास्ते इमीजिएट इलाज वास्ते जो बनते आ स्टैप वो लेने चाहिए, चाहे वह समाजिक सोसाइटी के तौर पर लेने हो, चाहे
लॉ के हिसाब न लेने हो इमीजिएटली स्टैप लेने चाहिए आ इस तो पहला कि ये चीज़ होर फैले। रही रैलियां की गल, रैलियां करनिया पता नहीं मैं कि कह कह जरूरी है कि नहीं जरूरी, ये आप डेमोक्रेटिक राइट दे विच कहने हैं, पर मैं हैरान है कि ब्रैम्पटन दे विच खाली दो कम्यूनिटियां नहीं रहनिया, खाली हिंदू या सिख तो नहीं रहिंदे, जो बाकी आप कहने 190 या 180 या 200 कंट्रिया तो जो होर लोग आए हुआ उन्होंने भी अलग अलग कम्यूनिटी वाले लोग इतने रहेंदे आ। तुसी अंदाजा लगाओ कि जे साडी सोच इन्नी वधिया रैलियां वास्ते जो उन्हां सारियां दी सोच इन्ना नहीं वधिया होण लग पवे ते उन्हां नूं भी रैलियां करन दा हक हैगा, फिर ब्रैम्पटन का की हाल होगा। सानू ये चीज़ सोचनी चाहिए आ, जे सानू अपने अंदर सानू अपने झाकना चाहिए ऑनैसटली कि असी जो करते हैं इहदा परपज़ की है, इहदा मकसद की है, ये साडे अपने भाईचारे नूं साडी अपनी लाइफ नूं साडे बच्चियां दे भविख नूं खराब तो नहीं करता, ये सब नूं सिर जोड़ के सोचना चाहिए और इमीजिएटली इलाज रखना करना चाहिए, ये तो पहला कि गवर्नमेंट कोई इहो जिहा सख्त स्टैप लवे जिवें आस्ट्रेलिया च उन्होंने किया, ये तो पहला कि गवर्नमेंट कुछ करे सानू अपने समाज दे विच सोचना चाहिए कि ये आपां नूं की करना ते की नहीं करना। जिहड़ा हिंदुस्तान च हुंदा आ जिहड़ा इंडिया च हो रहा उहदा इफैक्ट इदां नहीं असीं नैगेट नहीं कर सकते, जो उत्थे हो रहा इत्थे इफैक्ट होना ही है, पर वो ना साडे रैशनल हो के सानू सोचना चाहिए किहड़ा किहड़ा इशू किहड़ा हैगा ते किहदा मतलब की हैगा, और अपना आपस विच ही जिहड़ा भाईवाल सिस्टम है उन्हों खराब नहीं करना चाहिए, और इमीजिएटली इस वार्निंग का साइन समझ के ये उत्ते इमीजिएटली काम करना चाहिए सबनों। और जे कोई रैलियां करनिया भी है जिवें मेरे सारे पैनलिस्ट ने कहा, मेरे दोस्तों ने कहा कि जिहड़े लोकल इशू है जे सानू वो सानू कहते नहीं बॉदर करते, विरक साहब बहुत मैरोवाना वास्ते कह रहे हैं, और मैं भी समझदा कि जिन्ने ज़्यादा खुलणगे इत्थे जिन्नी ज़्यादा अवेलेबिलिटी होगी ईजीली अवेलेबिलिटी होएगी उन्नी बच्चे तो यंग बच्चे तो एक्सपैरीमेंट करन दे चक्कर दे विच ही सारा कुछ करते हैं और वो तो शुरू हो जाता। होर किन्ने इशू है हॉस्पिटल की युद्धवीर हुणी किन्नी वारी हर लगभग हरेक डिस्कशन उन्होंने ये आता कि इतने हॉस्पिटल एक होर कद नहीं बनता, करीब एक मिलियन की पापूलेशन हो गई इतने इतने सड़क वधिया ज ट्रांजिट सिस्टम वधिया कद नहीं बनता जी, है ना, तो ये सारिया चीज़ों बारे सोचना। लॉ एंड ऑर्डर का सिस्टम जी प्रॉब्लम होंगी वो कद नहीं ठीक होंगी, हाउसिंग की प्रॉब्लम कद नहीं ठीक होंगी, है ना, यारिया चीज़ों के उत्ते जे करनिया भी है तो जोड़े कॉमन कॉजेज है जोड़े कि साढ़े भविख वास्ते जरूरी है उन्होंने वास्ते करनिया चाहिए, उधरले वास्ते ध्यान देना चाहिए, और खाम खा ये नॉन इशूज़ के उत्ते अपने रिलेशन खराब नहीं करने चाहिए और कन्फ्रंटेशन करके इन होर बधाना नहीं चाहिए। बिल्कुल जी, डेफिनेटली जी उम्मीद करते हैं कि साड़ी ये छोटी जी कोशिश तुहानू पसंद आई होगी। मेरे वालों सारे वीर पैनल के उत्ते बैठने लिए बहुत बहुत धन्यवाद, दलजीत लाली तुहाडा धन्यवाद, सुदीप जी तुहाडा बहुत बहुत धन्यवाद, आजाद साहब तुहाडा धन्यवाद, सैणी साहब तुहाडा धन्यवाद, बिरक साहब तुहाडा धन्यवाद, धन्यवाद जी सारिआं दा बहुत बहुत धन्यवाद। देखो मैं बार बार यही गल कहना हुंदा कि जो कुछ कैनेडा आ इन सानू बहुत कुछ दिता, कला सानू नहीं दिता साडियां आउण वालियां पीढ़ियां लई सानू एक धरती उहो जिही दित्ती आ कि जिथे सही महीनिआं दे विच चाहे रामराज कह लईए चाहे गुरु नानक साहब का असी फलसफा कह लईए सही महीनिआं दे विच वरसदा, सही महीनिआं दे विच जे वाकई इंसान नूं इंसान दा रुतबा मिलिआ तां उह जिन्नी क मेरी सुरत है उहदे विच कनेडा दे विच मैनूं देखण नूं मिलिआ कि बहुत ही वधिया दुनिया का मुल्क है। आओ कोशिश करिए कि असी अपनी इस पैनी नूं इहदे विच कंट्रीब्यूट करिए, असी जिहड़ा इह साडा इह भाईचारा आ इंडो कनेडियन भाईचारा आ, जे सानू पोलीटिशियन चाहे सानू इत्थे बैठे जां बाहर बैठे सानू वंडण की कोशिश करते आ, चाहे वह अकाली दल होवे चाहे कांग्रेस होवे आम आदमी होवे बीजेपी होवे कोई पार्टी होवे कोई पोलीटिशियन होवे, उन्हां नूं वो रास्ता दिखाइए कि मुड़ के कभी वो युरत ना करन, जिहड़े 8-10-15 बंदे मैं कहना दोनों ही साइडां दे रेडिकल सोच वाले हैगे आ उन्हां नूं असीं इहो जिहा जवाब दईए, इहो जिही जिहड़ी 99% लोगी जिहड़े अज तुसीं एक भी चीज़ देखो किसी भी कालर ने ना किसी साडे हिंदू वीरां दे विरुद्ध ना किसी हिंदू वीर ने सिख दे विरुद्ध कोई भी गलबात नहीं की, 90% नहीं 99.99% लोगों की यह परसैप्शन है, बिकॉज वी आर इंटरलिंक्ड विद ईच अदर, साडियां तां अजकल इंटर फेथ फैमिलीज़ जिहड़ियां आम घरां दे विच हैगियां। सो आओ इस सांझ नूं अगे वधाईए, जिवें मैं इस चीज़ का धारनी हाँ जी
कैनेडा फस्ट इस वेले ब्रैम्पटन फस्ट असी मजोरिटी के सारे ब्रैम्पटन के निवासी हाँ असी अज तो चार पाँच वीक पहला इतने धर्मपाल होना दे नाल स्पैशल मैरोवाना के उत्ते यही चीज़ के उत्ते कीता सी और लिंक भी तुहानू दित्ते सी कि उत्थे अपनी कंप्लेंट जिहड़ी आ फाइल करो और इत्थे अनफॉर्चुनेट गल है कि साडे कौंसलर मेरे वार्ड के 9 और 10 तो हरकीरत सिंह होनी मोशन लैके आए थे कि असी इत्थे नंबर ऑफ स्टोर्स के उत्ते लिमिट पा दे ला देिए वह भी मोशन जिहड़ा ब्रैम्पटन की कौंसल ने डिफीट कर दिता उन्हों का कि नो असी ये चीज़ सोचते सी कि एक वार्ड के मैक्सीमम यार एक खोल लो नंबर दो रेजिडेंशियल एरिए तो प्रोक्सीमिटी घट्टो घट 2 किलोमीटर तो रखो ता जो अंडर एज बच्चा तुर के तो ना जाए घट्टो घट उन्हूं कार की तो जरूरत हो और साड़ी ब्रैम्पटन की कौंसल ने वो मोशन भी डिफीट कर दिता सो एहोजी जी ये चीज़ है नंबर ओके सब तो पहला स्टैप यॉर्क रीजन ने सिटी ऑफ वान उन्होंने ऑप्ट आउट किया कैलेडन ने ऑप्ट आउट किया मिससागा ने ऑप्ट आउट किया ब्रैम्पटन वाले ने जी 3 वोटा फेवर दे विच पईआं सी भई हाँ भई नहीं इत्थे खुलणियां चाहीदियां वो दोए मेरा ख्याल हरकीरत ढिल्लों सीगे एक वोट होर सी ते बाकी सारियां वोटां फेवर दे विच पईआं मोशन पूरी तरह दे नाल डिफीट हो गया जी नहीं जिहड़ा ब्रैम्पटन नूं रेवन्यू वध आऊगा वो भाई उस रेवन्यू दे नाल होस्पिटल दे विच वी तां क्राउड वधणी आ उहदे नाल एम्पेयर ड्राइविंग भी वधणी आ उहदे नाल तुहाडे घरां दे विच वायलेंस भी वधणी आ उहदी कॉस्ट किन्नी आउणी आ मैं तां उदों वी इह गल कीती सी टैक्सपेयर्स दे कोल डॉलर फिगर लै के आउंदे वी भाई तुहाडे $10 टैक्स बिल दा देईए कि तुहानूं मैरोवाना दी शॉप खोल देईए तुसीं स्टडी दा लैके आओ सामने सो आओ इन्हां मुद्दिआं दे उत्ते अपना ध्यान जिहड़ा केंद्रित रखिए बच्चिआं दे विच स्कूलां दे विच सब नूं बेनती आ मैनूं हुण वी आ अपील बोर्ड ऑफ एजुकेशन वल्लों ओह ईमेल आई हैगी आ पेरेंट ओह सेफ्टी कौंसल और मजे दी गल इह आ जी मैं 4-5 साल स्कूल कौंसल चेयर कीती और इस साल फिर मैनूं स्कूल तों परसों फोन आया मैं जी असी एक सेफ्टी कमेटी बनाउणी आ वी असी तुहानूं चाहुंदे वी तुसीं उस कमेटी दे विच बैठो मतलब यू कैन स्टिल इनवॉल्व हालांकि मेरा बच्चा स्कूल दे विच कोई भी नहीं और मैं आप कहना जी मैं कहा जी डेफिनेटली वे टिल आई एम इन दिस नेबरहुड आई विल बी ऑन द कमेटी नो प्रॉब्लम सो ये चीज़ा है असी अपना अपना जिथे भी बनता योगदान है अपना पाइए कनेडा नू बैटर प्लेस बनाने के लिए चाहे वह स्कूलों के हो चाहे कम्यूनिटी के हो चाहे कितने भी सो यही साड़ी परमात्मा अगे अरदास है जी कि यह कनेडा तू कनेडा ही रहे जिस कंट्री के आए हैं यह कंट्री तू भी हसदा वसदा तो खुशहाल रहे यही है जी असी वो साड़ी जन्म भूमि सी उसने सानू जन्म दिता कनेडा साड़ी कर्म भूमि और इन्हें सानू तराशिया जो अज का संदीप है वह कनेडा ने पैदा किया और इंडिया ने एक बच्चा पैदा करके 21 साल की उम्र के मैं 22वें साल कनेडा दे लैंड कर गया सी और इत्थे आण के जो कुछ भी वो तुहाडे सारयां दे सहयोग दे नाल तुहाडे कोलों ही लर्न करके जिंदगी जिहड़ी जीउण दी एक जाच सीखी आ और तुहाडे नाल ही विचारां दी आदान प्रदान करके मैं तां कहिंदा हुंदा जी मैं बच्चे पाल लै 10-12 साल लै से टीवियां दे उत्ते मैं तां जोधवीर जी हुणी असी सुरसागर तो एक जर्नी शुरू कीती सी मुड़ के रॉजर्स दे उत्ते चैनल 10 दे उत्ते मुड़ के 6 साल तो मेरा ख्याल जोधवीर जी हुणी इत्थे सब हो गए आ और जद दा ही तुहाडे नाल सांझा पा के तुहाडे नाल ही आ विरक साहब हुणी साडे वड्डे बैठे आ सैणी साहब हुणी इन्हां कोलों असी वड्डिआं कोलों सिख्या कि बच्चे किवें पालणे आ इदां ही असीं अपनी जिंदगी दा रहण सिर हांजी सिंघा साहब मैनूं इक सलाह दिओ मेरा लोणा दी छेते मैं मरण वर्त रख सकदा जा रिलीजियस फेथ कह लो चाहे कोई भी वर्त ले कोई थां नहीं हैगी हाँ साडा असी तुहाडे नाल है असी बिल्कुल जी मैं अगले वीक कौंसलर हरकीरत होना लाइन अप कर रहा कि उन्होंने लैके आईए क्योंकि साडे लोकल इशूज़ बहुत ज़्यादा इशूज़ है और मैं तो इतने मेयर साहब के नाल पैट्रिक ब्राउन होना के नाल भी इतने प्रोग्राम किया तुहाडे सामने मेयर ज MPP दीपक आनंद होनी अमरजोत संधु होनी सारे इतने प्रोग्राम करके गए साडा तो टाइम टू टाइम पर होना क्योंकि कोविड करके ये चीज़ सी कि असी उन्होंने इतने लिया नहीं सके पर फिर भी कोशिश करांगे कि असी वीडियो कॉलिंग के जरिए तुहाडे रूबरू जरूर करिए और डेफिनेटली जी असी चाहते हाँ दिलों चाहते हाँ कि साडा जिहड़ा ये कंट्री आ ये होर भी वधे फुले तरक्कियां करिए और असी अपना बनता योगदान दे विच जरूर पाइए उम्मीद करते हैं कि तुहाडा सारयां दा आने वाला वीकेंड वधिया लंघेगा एक बार फिर यही साडी ताईद आ कि तुसी गौरमेंट दीआं दित्तीआं होईआं हदायतां दा पालन करते रहो जिहड़े जिहड़े एज ग्रुप दे विच जिवें हुण इस वेले तकरीबन 80 साल तक सारयां दी वैक्सीनेशन जिहड़ी आ जिन्ना कु पता लगा कि लग चुकी आ हुण जिहड़े 80 साल दे आस पास मेरा ख्याल 75 तों 80 साल वालिआं दी वारी आउण वाली आ तुसीं ऑनलाइन रजिस्ट्रेशन करा सकदे आ 64 साल तों उत्ते वी मेरा ख्याल एक सर्टन कैटेगरी दे विच तुसीं जिहड़े उत्थे रजिस्ट्रेशन करा के तुसीं वी जिहड़ी वो वैक्सीनेशन लवा सकदे आ
ਤੇ ਡੈਫੀਨਿਟਲੀ ਜੀ ਜੋ ਬਾਰ ਬਾਰ ਤੁਸੀਂ ਆਪਣੇ ਹੱਥ ਜ਼ਰੂਰ ਧੋਵੋ, ਮਾਸਕ ਜ਼ਰੂਰ ਲਾਓ, ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖੋ, ਔਰ ਕੱਲ੍ਹ ਨੂੰ ਆਪਣੀਆਂ ਘੜੀਆਂ ਜੀ ਜਿਹੜੀਆਂ ਉਹ ਇੱਕ ਘੰਟਾ ਅੱਗੇ ਜ਼ਰੂਰ ਕਰ ਲੈਣੀਆਂ, ਪਹਿਲਾਂ ਹੀ ਕਰ ਲਿਓ ਤਾਂ ਜੋ ਸੌਣ ਵੇਲੇ ਤੁਸੀਂ ਅਰਲੀ ਸੌਂ ਜਾਵੋ। ਔਰ ਜਾਣ ਲੱਗਿਆਂ ਜੀ ਫਿਰ ਸਾਡੇ ਸਾਰੇ ਹਿੰਦੂ ਵੀਰਾਂ ਨੂੰ ਜੀ ਸ਼ਿਵਰਾਤਰੀ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ, ਔਰ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਸਾਰੇ ਪੈਨਲਿਸਟ ਦਾ, ਔਰ ਸਾਰੇ ਹੀ ਸਾਡੇ ਕਾਲਰਸ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਜਿਨ੍ਹਾਂ ਨੇ ਬਹੁਤ ਹੀ ਵਧੀਆ ਅਲਫਾਜ਼ਾਂ ਦੇ ਨਾਲ ਸਾਡਾ ਸਾਥ ਦਿੱਤਾ। ਔਰ ਇੱਥੇ ਇਜਾਜ਼ਤ ਦਿਓ, ਤੁਸੀਂ ਦੇਖਦੇ ਰਹਿਣਾ ਚੈਨਲ ਵਾਈ।